Bigger no-no, okay. ਸੁਨਾਹ ਅਮਰਤ ਗਿਆਨ ਹੈ ਮਾਨਕ ਭਗਤ ਵਾਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤិន ਸੰਤਨ ਕੋ ਬੰਦਨੋ ਸਿਰ ਚਰਨਨ ਪਰਤਾਰੇ ਕੰਕਰ ਸਤਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤ ਬੇਗਨ ਬਿਨਾਸਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਰਾ ਕਿਤਕ ਕਹਿਤ ਹੈ ਗ੍ਰੰਥ ਕੋ ਜਿਲਤ ਬੰਧਾਵਨ ਕਾਜ ਭਿਜੋ ਲਵਪੁਰ ਨਗਰ ਕੋ ਗੁਰੂ ਗਰੀਬਨਵਾਜ ਕਿਤਕ ਕਹਿਤ ਹੈ ਗ੍ਰੰਥ ਕੋ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬਤ ਸੰਗਤਾਂ ਮੇਰੀ ਪੀਰੀ ਦੇ ਮਾਲਕ ਗਰੀਬ ਨਵਾਜ਼ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬਹੁਤ ਪਰਉਪਕਾਰੀ ਐਸੇ ਮਹਾਨ ਪਰਉਪਕਾਰੀ ਸਤਿਗੁਰੂ ਗਰੀਬਨਵਾਜ ਸਤਿਗੁਰੂ ਧਨ ਤਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਾਜੇ ਹੋਏ ਮਹਾਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਖੇ ਜੋਗੋ ਡੋਗਾ ਟਾਲ ਸਤਿਗੁਰੂ ਧਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਨਤਮਸਤਕ ਹੋ ਕਰਕੇ ਹਾਜ਼ਰੀਆਂ ਭਰ ਰਹੇ ਹੋ ਸਾਥ ਸੰਗਤ ਜੀ ਅੱਜ ਬਹੁਤ ਹੀ ਭਾਗਾਂ ਭਰਿਆ ਦਿਹਾੜਾ ਹੈ ਗਰੀਬ ਨਵਾਟ ਸਤਿਗੁਰੂ ਧਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਸੰਗਤਾਂ ਧਨ ਤਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਔਰ ਧੰਨ ਸਤ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਰਮ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਰਾਮ ਸਰ ਸਾਹਿਬ ਵਿਖੇ ਔਰ ਇਸੇ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਉਤਸ਼ਾਹ ਦੇ ਨਾਲ ਮਨਾ ਰਹੀਆਂ ਹਨ ਆਪ ਸੰਗਤਾਂ ਨੇ ਰਾਗੀ ਜਥਿਆਂ ਤੋਂ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਔਰ ਸਾਥ ਸੰਗਤ ਜੀ ਹੁਣੇ-ਹੁਣੇ ਜਿਵੇਂ ਧੰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਹਾੜਿਆਂ ਤੇ ਗੁਰਦੁਆਰਾ ਸ੍ਰੀ ਰਾਮ ਸਰ ਸਾਹਿਬ ਜੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਵਾਰੇ ਨੂੰ ਸਤਿਗੁਰੂ ਮਹਾਰਾਜ ਜੀ ਨੇ ਤਨ ਬਾਬਾ ਬੁੱਢਾ ਸਾਹਿਬ ਜੀ ਜੋ ਪਹਿਲੇ ਸੱਟਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁਖ ਅਡ ਗ੍ਰੰਥੀ ਜਿਨ੍ਹਾਂ ਨੂੰ ਥਾਪਿਆ ਗਿਆ ਉਹਨਾਂ ਦੇ ਸੀਸ ਉੱਤੇ ਸਤਿਗੁਰੂ ਜੀ ਨੇ ਸਤਿਗੁਰੂ ਜੀ ਦਾ ਸਵਾਰਾ ਸੁਭਾਈ ਮਾਨ ਕੀਤਾ ਔਰ ਆਪ ਸਤਿਗੁਰੂ ਜੀ ਚੌਰ ਕਰਦੇ ਹੋਏ ਵਾਜਿਆਂ ਗਾਜਿਆਂ ਰਣ ਸਿੰਘਿਆਂ ਦੀ ਕਣਕੌਰ ਵਿੱਚ ਨਿਸ਼ਾਨ ਸਾਹਿਬਾਂ ਦੀ ਅਗਵਾਈ ਵਿੱਚ ਅੱਜ ਮਹਾਨਗਰ ਕੀਰਤਨ ਜਲੂਸ ਸਤਿਗੁਰੂ ਜੀ ਸੱਟਖਣ ਸ੍ਰੀ ਹਰਮੰਦਰ ਸਾਹਿਬ ਵਿਖੇ ਲੈ ਕੇ ਆਏ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੱਜ ਪਹਿਲਾ ਪ੍ਰਕਾਸ਼ ਸੱਟਖਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਕੀਤਾ ਗਿਆ ਉਸੇ ਤਰ੍ਹਾਂ ਅੰਮ੍ਰਿਤ ਵੇਲੇ ਤੋਂ ਨਗਰ ਨਿਵਾਸੀ ਭਾਵ ਸ਼ਹਿਰ ਨਿਵਾਸੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀਆਂ ਸੰਗਤਾਂ ਅਤੇ ਹੋਰ ਦੂਰ ਦਰਾਡੇ ਤੋਂ ਆਈਆਂ ਹੋਈਆਂ ਸੰਗਤਾਂ ਨੇ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਬੜਾ ਭਾਰੀ ਨਗਰ ਕੀਰਤਨ ਗੁਰਦੁਆਰਾ ਸ੍ਰੀ ਰਾਮ ਸਰ ਸਾਹਿਬ ਜੀ ਤੋਂ ਪ੍ਰਾਰambh ਕੀਤਾ ਔਰ ਸਨਮਾਨਯੋਗ ਸੱਟਖਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਅਟ ਗ੍ਰੰਥੀ ਸਿੰਘ ਸਾਹਿਬ ਗਿਆਨੀ ਡਿਕਤਾਰ ਸਿੰਘ ਜੀ ਅਤੇ ਹੋਰ ਸਿੰਘ ਸਹਿਬਾਨ ਸਤਿਗੁਰੂ ਜੀ ਦੇ ਸਰੂਪ ਦੇ ਨਾਲ ਚੱਲਦੇ ਹੋਏ ਪੰਜਾਂ ਪਿਆਰਿਆਂ ਦੀ ਗਵਾਈ ਵਿੱਚ ਉਹ ਨਗਰ ਕੀਰਤਨ ਉਹ ਪ੍ਰਾਣੀ ਪਰੰਪਰਾ ਮੁਤਾਬਕ ਪ੍ਰਾਣੀ ਰਵਾਇਤ ਮੁਤਾਬਕ ਹੁਣੇ-ਹੁਣੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਹਨ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਖੇ ਇਹ ਪੁਰਾਤਨ ਸਮੇ ਤੋਂ ਮਰਿਆਦਾ ਚੱਲੀ ਆ ਰਹੀ ਹੈ ਕਿ ਜਦੋਂ ਨਗਰ ਕੀਰਤਨ ਪਹੁੰਚ ਜਾਂਦੇ ਹੈ ਨਗਰ ਕੀਰਤਨ ਦੀ ਸੰਪੂਰਨਤਾ ਦੇ ਅਰਦਾਸਿਆਂ ਤੋਂ ਉਪਰੰਤ ਚੂਣਾਮਨ ਕਵੀ ਮਹਾਨ ਕਵੀ ਗੁਰੂ ਘਰ ਦੇ ਮਹਾਨ ਪ੍ਰੇਮੀ ਸ਼ਰਧਾਲੂ ਗੁਰਸਿੱਖ ਮਹਾਨ ਵਿਦਵਾਨ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਸ਼੍ਰੀ ਗੁਰ ਪ੍ਰਤਾਪ ਸਰੂਜ ਗ੍ਰੰਥ ਦੇ ਅੰਦਰ ਉਹ ਸਮੇਂ ਦਾ ਜੋ ਇਤਿਹਾਸ ਹੈ ਉਹ ਸਾਰਾ ਆਪਣੀ ਕਲਮ ਨਾਲ ਆਪ ਲਿਖਿਆ ਆਪਣੇ ਮੁਖਾਰ ਬਿੰਦੋਂ ਉਚਾਰਨ ਕੀਤਾ ਉਸ ਸਮੇਂ ਤੋਂ ਲੈ ਕੇ ਇਸ ਸਤਿਗੁਰੂ ਮਹਾਰਾਜ ਜੀ ਦੇ ਗੁਰਤਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਜਿਵੇਂ ਸਤਿਗੁਰੂ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸ੍ਰੀ ਹਰਮੰਦਰ ਸਾਹਿਬ ਵਿਖੇ ਲੈ ਕੇ ਆਏ ਉਹ ਸਾਰਾ ਇਸ ਇਤਿਹਾਸ ਦੇ ਅੰਦਰ ਅੰਕਿਤ ਕੀਤਾ ਗਿਆ ਹੈ ਔਰ ਉਹ ਸਾਰਾ ਇੱਕ ਅਧਿਆਏ ਸੰਗਤਾਂ ਨੂੰ ਸਤਿਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਰਵਣ ਕਰਵਾਇਆ ਜਾਂਦਾ ਹੈ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣ ਦਾ ਕੀ ਪ੍ਰਯੋਜਨ ਸੀ ਸਤਿਗੁਰਾਂ ਦਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵਨ ਆਵਰਨਾ ਕੋਏ ਸਮਾਤ ਲੋਕ ਦੇ ਜੀਵਾਂ ਦੇ ਭਲੇ ਵਾਸਤੇ ਨਰੰਕਾਰ ਦਾ ਸਰੂਪ ਵਾਹਿਗੁਰੂ ਪਰਮੇਸ਼ਰ ਦੀ ਅਕਾਲੀ ਗੁਰਬਾਣੀ ਇਸ ਮਾਤ ਲੋਕ ਤੇ ਸਤਿਗੁਰੂ ਮਹਾਰਾਜੀ ਨੇ ਜੀਵਾਂ ਦੇ ਉਧਾਰ ਵਾਸਤੇ ਪ੍ਰਗਟ ਕੀਤੀ ਹੈ। ਔਰ ਉਸ ਕੁਰਬਾਨੀ ਦੁਆਰਾ ਸਤਿਗੁਰੂ ਜੀ ਦਿੱਥੇ-ਦਿੱਥੇ ਵੀ ਸੰਸਾਰ ਵਿੱਚ ਗਏ ਪੂਰੇ ਪ੍ਰਾਣੀ ਮਨੁੱਖ ਮਾਤਰ ਨੂੰ ਪਾਵਨ ਗੁਰਬਾਣੀ ਦੇ ਉਪਦੇਸ਼ਾਂ ਦੁਆਰਾ ਹੀ ਸਤਿਗੁਰੂ ਜੀ ਨੇ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਕੇ ਕਿਰਤਾਰਥ ਕੀਤਾ ਜੀਵਾਂ ਦਾ ਭਲਾ ਕੀਤਾ ਉਸੇ ਬਾਣੀ ਦੁਆਰਾ ਧੰ ਗੁਰੂ ਅੰਗਦ ਦੇਵ ਜੀ ਮਹਾਰਾਜ ਸੰਗਤਾਂ ਨੂੰ ਪਾਵਨ ਪਵਿੱਤਰ ਗੁਰਬਾਣੀ ਦੇ ਉਪਦੇਸ਼ਾਂ ਦੀ ਬਖਸ਼ਿਸ਼ ਕਰਦੇ ਰਹੇ ਔਰ ਧੰ ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਵੀ ਉਸ ਪਾਵਨ ਗੁਰਬਾਣੀ ਦੁਆਰਾ ਹੀ ਸੰਗਤਾਂ ਨੂੰ ਅਤੇ ਜਗਤ ਦੁਲੰਦੇ ਨੂੰ ਤਾਰਨਾ ਕੀਤਾ ਤਾਂ ਅੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਤੱਕ ਸਾਧ ਸੰਗਤ ਦੀ ਹੋਡੇ ਸੇ ਮਨਮਤੀਏ ਲੋਕ ਪੈਦਾ ਹੋ ਚੁੱਕੇ ਸਨ ਜਿਹੜੇ ਗੁਰਬਾਣੀ ਦੇ ਬਰਾਬਰ ਆਪਣੀਆਂ ਕਵਤਾਵਾਂ ਰਚ ਕੇ ਗੁਰਬਾਉਣੀ ਦੀ ਬਰਾਬਰੀ ਕਰਨ ਲੱਗ ਚੁੱਕੇ ਸਨ ਜਿਵੇਂ ਇੱਕ ਪ੍ਰਮਾਣ ਦੇ ਦਿਆਂ ਆ ਜੋ ਬੜਾ ਪ੍ਰਸਿੱਧ ਔਰ ਪ੍ਰਚਲਿਤ ਪ੍ਰਮਾਣ ਹੈ ਆਪ ਦੀ ਆਸੋ ਦੁੱਧ ਬਰਾਬਰ ਮੰਗ ਲਿਆ ਆਸੋ ਪਾਣੀ ਝੰਗੜ ਲੀਆ ਸੁਰਗਤ ਬਰਾਬਰ ਕੋ ਨਾਨਕ ਨਿਰਬਾਣੀ ਇਹ ਗੁਰਬਾਣੀ ਦੀ ਪੰਕਤੀ ਤਾਂ ਨਹੀਂ ਹੈ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਾਮ ਜੋੜ ਕੇ ਕੁਝ ਲੋਕਾਂ ਨੇ ਐਸੀਆਂ ਕਵਤਾਵਾਂ ਰਟਣੀਆਂ ਸ਼ੁਰੂ ਕਰ ਦਿੱਤੀਆਂ ਸਨ ਜਿਸ ਕਰਕੇ ਲੋਕਾਂ ਦੇ ਮਨਾਂ ਵਿੱਚ ਸੰਗਤਾਂ ਦੇ ਮਨਾਂ ਵਿੱਚ ਭਰਮ ਭੁਲੇਖੇ ਪੈਦਾ ਹੋਣੇ ਸੁਭਾਵਿਕ ਸਨ ਇਸ ਕਰਕੇ ਇਹ ਸ਼ਿਕਾਇਤਾਂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸ ਵੀ ਆਉਣੀਆਂ ਸ਼ੁਰੂ ਹੋ ਚੁੱਕੀਆਂ ਸਨ ਕਿ ਕੋਡ ਲੋਕ ਸ੍ਰੀ ਗੁਰੂ ਨਾਨਕ ਦੇਵ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਗੁਰਬਾਣੀ ਦੇ ਬਰਾਬਰ ਆਪਣੀਆਂ ਕਵਤਾਵਾਂ ਰਚ ਕੇ ਲੋਕਾਂ ਨੂੰ ਗੁਰਬਾਣੀ ਦਾ ਭਲੇਖਾ ਪਾ ਰਹੇ ਹੈ ਉਸ ਵਕਤ ਸਤਿਗੁਰੂ ਜੀ ਨੇ ਗੁਰਬਾਣੀ ਦੁਆਰਾ ਹੀ ਇਸ ਵਿਚਾਰ ਦਾ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਨਿਰਣਾ ਕੀਤਾ ਆਬੋ ਸਿੱਖ ਸਤਿਗੁਰੂ ਕੇ ਪਿਆਰ ਹੋ ਗਾਬੋ ਸੱਚੀ ਬਾਣੀ ਬਾਣੀ ਤਾਂ ਗਾਬ ਹੋ ਗੁਰੂ ਕੇਰੀ ਬਾਣੀਆਂ ਸਰ ਬਾਣੀ ਸਤਿਗੁਰੂ ਜੀ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਰਹੇ ਕਿ ਗੁਰਸਿੱਖੋ ਸੱਚੀ ਬਾਣੀ ਉਹੋ ਹੀ ਐ ਜੋ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਉਚਾਰਨ ਕੀਤੀ ਐ ਤੁਸੀਂ ਉਸੇ ਗੁਰਬਾਣੀ ਦੇ ਲੜ ਲੱਗਣਾ ਹੈ ਪਰ ਸਤਿਗੁਰੂ ਮਹਾਰਾਜ ਜੀ ਨੇ ਵੇਖਿਆ ਕਿ ਆਉਣ ਵਾਲੇ ਭਵਿੱਖਤ ਵਿੱਚ ਕਈ ਲੋਕ ਗੁਰਬਾਣੀ ਦੇ ਮੁਕਾਬਲੇ ਆਪਣੇ ਗ੍ਰੰਥ ਰੱਟ ਕੇ ਸੰਗਤਾਂ ਵਿੱਚ ਬਾਣੀ ਦਾ ਭੁਲੇਖਾ ਪੈਦਾ ਕਰਨਗੇ ਇਸ ਲਈ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਸ੍ਰੀ ਗੋਵਿੰਦ ਵਾਲ ਸਾਹਿਬ ਵਿਖੇ ਨਿਰਣਾ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਅਤੇ ਆਪਣੀ ਬਾਣੀ ਉਥੀਆਂ ਵਿੱਚ ਲਿਖਵਾ ਕਰਕੇ ਸੰਭਾਲ ਦਿੱਤੀ ਜਾਏ ਤਾਂ ਕਿ ਸੰਗਤਾਂ ਭਰਮ ਭੁਲੇਖੇ ਤੋਂ ਬਚੀਆਂ ਰਹਿਣ ਕਿਸੇ ਸ਼ੰਕਾ ਵਿੱਚ ਕੋਈ ਆਵੇ ਨਾ ਸਾਡੇ ਪਰਾਚੀਨ ਧਾਰਮਿਕ પ્રાਣੇ ਗੁਰ ਇਤਿਹਾਸ ਦੇ ਗ੍ਰੰਥਾਂ ਦੇ ਵਿੱਚ ਵੀ ਜ਼ਿਕਰ ਆਇਆ ਕਿ ਮਿਹਰਬਾਨ ਜੋ ਪਿਰਥੀਏ ਦਾ ਪੁੱਤਰ ਸੀ ਉਸ ਨੇ ਵੀ ਗੁਰਬਾਣੀ ਦੇ ਮੁਕਾਬਲੇ ਬਾਣੀ ਰਚਣ ਦਾ ਬੜਾ ਵੱਡਾ ਯਤਨ ਕੀਤਾ ਸੀ ਜਿਸ ਬਾਬਤ ਬੜਾ ਸੁੰਦਰ ਲਿਖਿਆ ਆਉਂਦਾ ਹੈ ਮਿਹਰਬਾਨ ਪੁੱਤ ਪਿਰਥੀਏ ਦਾ ਕਵੀਸ਼ਰੀ ਕਰੇ ਹਿੰਦੀ ਪਾਰਸੀ ਸੰਸਕ੍ਰਿਤੀ ਨਾਲ ਗੁਰਮੁਖੀ ਪੜ੍ਹੇ ਤਿੰਪੀ ਬਾਣੀ ਬਹੁਤ ਬਣਾਈ ਭੋ ਗੁਰੂ ਨਾਨਕ ਜੀ ਦਾ ਹੀ ਪਾਈ ਕਿ ਮਿਹਰਬਾਨ ਜੋ ਪਿਰਥੀ ਦਾ ਪੁੱਤਰ ਸੀ ਹਿੰਦੀ ਦਾ ਵਿਦਵਾਨ ਵੀ ਸੀ ਫਾਰਸੀ ਦਾ ਵਿਦਵਾਨ ਵੀ ਸੀ ਸੰਸਕ੍ਰਿਤ ਵੀ ਜਾਣਦਾ ਸੀ ਗੁਰਮੁਖੀ ਨੂੰ ਵੀ ਜਾਣਦਾ ਸੀ ਉਸ ਨੇ ਵੀ ਗੁਰਬਾਣੀ ਦੇ ਮੁਕਾਬਲੇ ਵਿੱਚ ਆਪਣੀਆਂ ਕਵਤਾਵਾਂ ਰਚ ਕੇ ਬੜਾ ਭਾਰੀ ਇੱਕ ਗ੍ਰੰਥ ਬਣਾਇਆ ਔਰ ਜਿਸ ਦੀ ਹਰ ਪੌੜੀ ਦੀ ਸੰਪੂਰਨਤਾ ਉਸ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਮ ਦੀ ਮੋਹਰ ਲਾ ਕੇ ਸੰਪੂਰਨਤਾ ਕੀਤੀ ਇਸ ਕਰਕੇ ਐਸੇ ਲੋਕ ਬੜੇ ਭਰਮ ਭੁਲੇਖੇ ਪੈਦਾ ਕਰ ਰਹੇ ਸਨ ਸੋ ਸਾਧ ਸੰਗਤ ਜੀ ਨੇ ਭਰਮ ਭੁਲੇਖਿਆਂ ਨੂੰ ਮੇਟਣ ਵਾਸਤੇ ਅੱਜ ਦੇ ਦਿਨ ਸਤਿਗੁਰੂ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੰਪੂਰਨ ਕੀਤੀ ਸੀ ਪਹਿਲਾ ਪ੍ਰਕਾਸ਼ ਇਸੇ ਕਰਕੇ 60 ਸ੍ਰੀ ਹਰਮੰਦਰ ਸਾਹਿਬ ਦੀ ਵਿਖੇ ਹੋਇਆ ਸੋ ਤਾਂ ਅੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਉਹ ਫੈਸਲਾ ਕਰਕੇ ਸਾਧ ਸੰਗਤ ਜੀ ਗੋਇੰਦਵਾਲ ਸਾਹਿਬ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਮੋਹਨ ਜੀ ਦੇ ਸੁਪੁੱਤਰ ਭਾਈ ਸੰਸ੍ਰਾਮ ਜੀ ਨੂੰ ਜਦੋਂ ਕਿ ਉਹਨਾਂ ਦੀ ਉਮਰ 9-10 ਸਾਲ ਦੀ ਸੀ ਬਚਪਨ ਵਿੱਚ ਉਹਨਾਂ ਦੀ ਮਾਤਾ ਅਕਾਲ ਚਲਾਣਾ ਕਰ ਗਏ ਸਨ ਉਹ ਸਤਿਗੁਰੂ ਜੀ ਦੇ ਪਾਸ ਹੀ ਲੰਮਾ ਸਮਾਂ ਰਹਿ ਕੇ ਸੇਵਾ ਕਰਦੇ ਜਦੋਂ ਬਾਣੀ ਦੀਆਂ ਪੋਥੀਆਂ ਲਿਖਾਉਣ ਦੀ ਸਾਰੀ ਤਿਆਰੀ ਕੀਤੀ ਗਈ ਤਾਂ ਸਤਿਗੁਰੂ ਜੀ ਨੇ ਆਪਣੇ ਪੁੱਤਰੇ ਭਾਈ ਸੰਸ੍ਰਾਮ ਨੂੰ ਆਪਣੇ ਪਾਸ ਬੁਲਾਇਆ ਅਤੇ ਆਗਿਆ ਕੀਤੀ ਸੰਸ੍ਰਾਮ ਜੋ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਅਸੀਂ ਕੰਠੋਂ ਉਚਾਰਨ ਕਰਾਂਗੇ ਉਹ ਸਾਰੀ ਗੁਰਬਾਣੀ ਤੁਸੀਂ ਤਰਤੀਬ ਵਾਰ ਤਰਤੀਬ ਨਾਲ ਲਿਖਣੀ ਹੈ ਔਰ ਪੋਥੀਆਂ ਦੇ ਵਿੱਚ ਬੜੇ ਧਿਆਨ ਨਾਲ ਉਹ ਗੁਰਬਾਣੀ ਦਰਜ ਕਰਨੀ ਹੈ ਭਾਈ ਸੰਸ੍ਰਾਮ ਖੜਾ ਹੋ ਕੇ ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਸੱਚੇ ਪਾਤਸ਼ਾਹ ਮੇਰੀ ਬਾਲ ਕੁਮਰ ਹੈ ਛੋਟੀ ਅਵਸਥਾ ਹੈ ਐਡੀ ਵੱਡੀ ਮਹਾਨ ਗੁਰਬਾਣੀ ਮੈਂ ਕਿਵੇਂ ਲਿਖਾਂਗਾ ਤਾਂ ਉਹ ਸਵੰਗ ਧੰਨ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਸੰਸ੍ਰਾਮ ਇਹ ਬਾਣੀ ਅਕਾਲੀ ਬਾਣੀ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਤੋਂ ਸੱਟਖੰਡ ਵਿੱਚੋਂ ਬਾਣੀ ਆਈ ਹੈ ਇਹ ਬਾਣੀ ਅਕਾਲ ਸਰੂਪ ਧੰਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁਖਾਰਬਿੰਦ ਤੋਂ ਕਲਯੁਗ ਦੇ ਵਿੱਚ ਆਪ ਪ੍ਰਗਟ ਕੀਤੀ ਹੈ ਮਾਤ ਲੋਕ ਦੇ ਜੀਵਾਂ ਦੇ ਉਧਾਰ ਵਾਸਤੇ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਰਬ ਸ਼ਕਤੀਮਾਨ ਸਰਬ ਕਲਾ ਸਮਰੱਥ ਹਨ ਤੂੰ ਉਹਨਾਂ ਦਾ ਧਿਆਨ ਧਾਰ ਕੇ ਅਰਦਾਸ ਕਰ ਤੇ ਜਦੋਂ ਗੁਰਬਾਣੀ ਲਿਖਣੀ ਹੈ ਧੰਗੁਰੂ ਨਾਨਕ ਸਾਹਿਬ ਦਾ ਧਿਆਨ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਇਹ ਕਲਮ ਤੇ ਦਵਾਤ ਦੁਆਰਾ ਲਿਖਣ ਦੀ ਤੂੰ ਸੇਵਾ ਕਰਨੀ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੈਥੋਂ ਗੁਰਬਾਣੀ ਆਪ ਲਿਖਵਾਉਣਗੇ ਸਾਥ ਸੰਗਤ ਜੀ ਐਸੇ ਵਰਦਾਨ ਹੋਏ ਮੇਰੇ ਸਤਿਗੁਰੂ ਜੀ ਦੇ ਔਰ ਇਹੀ ਇਤਿਹਾਸ ਉਦੋਂ ਦੁਹਰਾਇਆ ਗਿਆ ਜਦੋਂ 1705 ਬਿਕਰਮੀ 1762 ਸੰਮਤ ਨੂੰ 1705 ਈਸਵੀ 1762 ਬਿਕਰਮੀ ਸੰਮਤ ਨੂੰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤਾਂ ਸ੍ਰੀ ਦਮਦਮਾ ਸਾਹਿਬ ਗੁਰੂ ਕੀ ਕਾਸ਼ੀ ਸਾਬੋ ਕੀ ਤਲਵੰਡੀ ਵਿਖੇ ਭਾਈ ਮਨੀ ਸਿੰਘ ਜੀ ਨੂੰ ਆਗਿਆ ਕੀਤੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਵਿੱਚ ਸ਼ਾਮਲ ਕਰਕੇ ਸੰਪੂਰਨ ਕਰਨੀ ਹੈ ਔਰ ਗੁਰਬਾਣੀ ਦੇ ਲਿਖਣ ਦੀ ਸੇਵਾ ਤੁਸੀਂ ਕਰਨੀ ਹੈ ਔਰ ਧੰਨ ਬਾਬਾ ਦੀਪ ਸਿੰਘ ਜੀ ਦੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਮਹਾਪੁਰਖ ਸਨ ਉਹਨਾਂ ਨੂੰ ਆਗਿਆ ਸੀ ਕਿ ਸਿਆਹੀ ਕਲਮਾ ਔਰ ਅੰਗ ਜੋ ਸਾਰੇ ਆ ਉਹ ਤੁਸੀਂ ਤਿਆਰ ਕਰਕੇ ਹਾਜ਼ਰ ਕਰਨੇ ਆ ਇਹਨਾਂ ਦੋਨੋਂ ਮਹਾਂਪੁਰਖਾਂ ਦੀ ਜਦੋਂ ਸੇਵਾ ਲਈ ਗਈ ਤਾਂ ਭਾਈ ਮਨੀ ਸਿੰਘ ਜੀ ਨੇ ਬੇਨਤੀ ਕੀਤੀ ਹਜੂਰ ਮੈਂ ਮੇਰੀ ਸਰੀਰ ਕੁਮਰ ਬੜੀ ਛੋਟੀ ਹੈ ਇਸ ਕਰਕੇ ਸੱਚੇ ਪਾਤਸ਼ਾਹ ਮੈਂ ਇਹ ਗੁਰਬਾਣੀ ਕਿਵੇਂ ਲਿਖਾਂਗਾ ਤਾਂ ਉਸ ਵਕਤ ਵੀ ਦਸਮ ਪਿਤਾ ਜੀ ਨੇ ਆਪਣੇ ਮੁਖਾਰ ਬਿਨ ਤੋਂ ਬਚਨ ਕੀਤੇ ਸਨ ਕਿ ਭਾਈ ਮਨੀ ਸਿੰਘ ਤੂੰ ਧੰਨ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦਾ ਧਿਆਨ ਧਾਰ ਕੇ ਅਰਦਾਸ ਕਰ ਉਹ ਆਪ ਹੀ ਤੇਥੋਂ ਗੁਰਬਾਣੀ ਲਿਖਵਾਉਣਗੇ ਅਗੰਮੀ ਕਲਮ ਚੱਲੇਗੀ ਪੂਰੇ ਕਾ ਕੀਆ ਸਭ ਕੁਝ ਪੂਰਾ ਘਟ ਵੱਧ ਕਿਛ ਨਾਹੀ ਔਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰਬਾਣੀ ਦੀ ਲਿਖਾਈ ਆਰੰਭ ਕਰਾਉਣ ਵੇਲੇ ਵੀ ਉਹੀ ਵਰਦਾਨ ਦਿੱਤੇ ਗੁਰਬਾਣੀ ਦੀ ਸੰਪੂਰਨਤਾ ਵੇਲੇ ਵੀ ਦਸਮ ਪਿਤਾ ਜੀ ਨੇ ਉਹੀ ਬਚਨ ਭਾਈ ਮਨੀ ਸਿੰਘ ਜੀ ਨੂੰ ਆਪਣੇ ਮੁਖਾਰ ਬਿੰਦ ਤੋਂ ਕੀਤੇ ਸਨ ਸੋ ਸਾਧ ਸੰਗਦੀਏ ਇਸ ਕਰਕੇ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਪੋਤਰੇ ਭਾਈ ਸੰਸ੍ਰਾਮ ਤੋਂ ਇਹ ਗੁਰਬਾਣੀ ਦੀਆਂ ਪੋਥੀਆਂ ਲਿਖਵਾਉਣਾ ਕੀਤੀਆਂ ਸਨ ਜਿਦੇ ਵਿੱਚ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਸਾਰੀ ਔਰ ਦੂਜੇ ਪਾਤਸ਼ਾਹ ਜੀ ਦੀ ਔਰ ਤੀਸਰੀ ਆਪਣੀ ਬਾਣੀ ਸਤਿਗੁਰੂ ਜੀ ਨੇ ਔਰ ਭਾਈ ਸੰਸ੍ਰਾਮ ਨੇ ਉਹਨਾਂ ਪੋਥੀਆਂ ਵਿੱਚ ਚੌਥੇ ਪਾਤਸ਼ਾਹ ਜੀ ਦੀ ਵੀ ਬਾਣੀ ਆਪ ਸ਼ਾਮਲ ਕਰਨਾ ਕੀਤੀ ਸੀ ਬਾਅਦ ਵਿੱਚ ਔਰ ਪੰਚਮ ਪਾਤਸ਼ਾਹ ਜੀ ਨੇ ਆਪ儿 ਆਪਣੇ ਮੁਖਾਰਬਿੰਦ ਤੋਂ ਸਾਰੀ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਭਾਈ ਗੁਰਦਾਸ ਜੀ ਤੋਂ ਲਿਖਵਾਉਣਾ ਕੀਤਾ ਸੋ ਸਾਧ ਸੰਗਤ ਜੀ ਮੈਂ ਇਹ ਤਾਂ ਬੇਨਤੀ ਕਰ ਰਿਹਾ ਹਾਂ ਇਤਿਹਾਸ ਸੁਣਾਉਣ ਦਾ ਇੱਕ ਪ੍ਰਯੋਜਨ ਹੋਇਆ ਕਰਦਾ ਕਿ ਕਈ ਵੇਰੀ ਅਸੀਂ ਭਰਮ ਭੁਲੇਖੇ ਦਾ ਸ਼ਿਕਾਰ ਹੋ ਜਾਂਦੇ ਹਾਂ ਕਈ ਵੇਰੀ ਇਹ ਗੱਲਾਂ ਸਾਡੇ ਵਿੱਚ ਪ੍ਰਚਲਿਤ ਕੀਤੀਆਂ ਹੋਈਆਂ ਹਨ ਚਲਦੀਆਂ ਵੀ ਰਹਿੰਦੀਆਂ ਹਨ ਕਈ ਗੁਰਬਾਣੀ ਦੀ ਪੋਥੀ ਗੁਰੂ ਨਾਨਕ ਸਾਹਿਬ ਨੇ ਲਿਖੀ ਉਹ ਪੋਥੀ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਉਹ ਪੋਥੀ ਅੱਗੇ ਤੋਂ ਅੱਗੇ ਚੱਲੀ ਪ੍ਰਮਾਣ ਦਿੱਤਾ ਜਾਂਦਾ ਆਸਾ ਹੱਥ ਕਿਤਾਬ ਕਾਚ ਨੀਲ ਰੂਪ ਧਾਰੇ ਬਿਨਵਾਰੀ ਤੇ ਗੁਰੂ ਨਾਨਕ ਸਾਹਿਬ ਜਦੋਂ ਮੱਕੇ ਮਦੀਨੇ ਗਏ ਉਹਨਾਂ ਦੇ ਹੱਥ ਵਿੱਚ ਆਸਾ ਸੋਟਾ ਤੇ ਕਿਤਾਬ ਉਹਨਾਂ ਦੇ ਪਾਸ ਸੀ ਗੁਰਬਾਣੀ ਦੀ ਪੋਥੀ ਵਾਲੀ ਸਾਧ ਸੰਗਤ ਦੀ ਐਸੀ ਕੋਈ ਸਾਡੇ ਇਤਿਹਾਸ ਵਿੱਚ ਮਿਸਾਲ ਨਹੀਂ ਮਿਲਦੀ ਉਹ ਕਿਤਾਬ ਕੀ ਸੀ ਉਹ ਕੁਰਾਨ ਸੀ ਸਤਿਗੁਰਾਂ ਦੇ ਪਾਸ ਕਿਉਂਕਿ ਉਸ ਸਮੇਂ ਮੁਤਾਬਕ ਹਜ਼ੂਰ ਨੇ ਉਹਨਾਂ ਜੀਵਾਂ ਦਾ ਇਸਲਾਮ ਧਰਮ ਨੂੰ ਮੰਨਣ ਵਾਲਿਆਂ ਦਾ ਉਧਾਰ ਕਰਨ ਵਾਸਤੇ ਉਹਨਾਂ ਦੀ ਪਾਕ ਕੁਰਾਨ ਨੂੰ ਆਪਣੇ ਪਾਸ ਕੁਝ ਸਮੇਂ ਲਈ ਰੱਖਿਆ ਹੋਇਆ ਸੀ ਗੁਰਮਾਣੀ ਵਿੱਚ ਜਿੱਥੇ ਵੀ ਜ਼ਿਕਰ ਆਇਆ ਹੈ ਉੱਥੇ ਸਤਿਗੁਰੂ ਜੀ ਨੇ ਜਿੱਥੇ ਵੇਦਾਂ ਦਾ Hindu ਧਰਮ ਦੇ ਧਾਰਮਿਕ ਗ੍ਰੰਥਾਂ ਦਾ ਜ਼ਿਕਰ ਕੀਤਾ ਉਥੇ ਮੁਸਲਮਾਨ ਧਰਮ ਧਰਮ ਦੇ ਵੀ ਧਾਰਮਿਕ ਗ੍ਰੰਥਾਂ ਦਾ ਜ਼ਿਕਰ ਕੀਤਾ ਉਹਦੇ ਵਿੱਚ ਜ਼ਿਕਰ ਆਉਂਦਾ ਹੈ ਵੇਦ ਕਿਤਾਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਚਾਰੇ ਵੇਦ ਔਰ ਕਿਤੇ ਵਿਚਾਰੇ ਹੀ ਮੁਸਲਮਾਨ ਧਰਮ ਦੇ ਧਾਰਮਿਕ ਗ੍ਰੰਥ ਔਰ ਇਹ ਅੰਜੀਲ ਜੰਬੂਰ ਔਰ ਕੁਰਾਨ ਸਾਥ ਸੰਗਤ ਜੀ ਇਹ ਚਾਰ ਕਿਤਾਬਾਂ ਦਾ ਜ਼ਿਕਰ ਹੈ ਨਾ ਕਿ ਗੁਰੂ ਸਾਹਿਬ ਜੀ ਦੀ ਉਸ ਪੋਥੀ ਦਾ ਵੇਦਕ ਤੇਵ ਕਹੋ ਮਤ ਝੂਠੇ ਇੱਥੇ ਵੀ ਕਤੇਵ ਸ਼ਬਦ ਉਸੇ ਤਰ੍ਹਾਂ ਹੀ ਵਰਤਿਆ ਗਿਆ ਹੈ ਜਿਵੇਂ ਪਹਿਲਾਂ ਇਹ ਇਸਲਾਮ ਧਰਮ ਦੇ ਧਾਰਮਿਕ ਗ੍ਰੰਥਾਂ ਲਈ ਜਿੱਕਰ ਸਾਰਾ ਗੁਰਬਾਣੀ ਵਿੱਚ ਕੀਤਾ ਗਿਆ ਹੈ ਸੋ ਇਹ ਖਿਆਲ ਰੱਖਣ ਦੀ ਲੋੜ ਹੈ ਕਿ ਦੇਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕਰ ਸਾਰੀ ਗੁਰਬਾਣੀ ਓ ਅੰਕਾਰ ਤੋਂ ਲੈ ਕੇ 18 10 20 ਤੱਕ ਕੰਠੋਂ ਜ਼ੁਬਾਨੀ ਆਪਣੇ ਪਾਵਨ ਮੁਖਾਰ ਬਿੰਦ ਤੋਂ ਉਚਾਰ ਸਕਦੇ ਆ ਤਾਂ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੀ ਪਹਿਲੇ ਤੇ ਦੂਜੇ ਪਾਤਸ਼ਾਹੀ ਦੀ ਬਾਣੀ ਕੰਠੋਂ ਨਹੀਂ ਉਚਾਰ ਸਕਦੇ ਸਨ ਗੁਰੂ ਇਤਿਹਾਸ ਵਿੱਚ ਜ਼ਿਕਰ ਆਉਂਦਾ ਜਦੋਂ ਗੁਰੂ ਅੰਗਦ ਦੇਵ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਿਖੇ ਗੁਰਤਾ ਗੱਦੀ ਦਾ ਤਖਤ ਬਖਸ਼ਿਆ ਨਾਲ ਹੀ ਉਹ ਗੁਰਬਾਣੀ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਵਿੱਚ ਸਤਿਗੁਰਾਂ ਨੇ ਟਿਕਾ ਦਿੱਤੀ ਸੀ ਜਦੋਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਤਾ ਗੱਦੀ ਦਾ ਤਖਤ ਬਖਸ਼ਿਸ਼ ਕੀਤਾ ਤਾਂ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਔਰ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਪਣੀ ਬਾਣੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਹਿਰਦੇ ਵਿੱਚ ਟਕਾਈ ਸੋ ਸਾਧ ਸੰਗਤ ਜੀ ਬੜੇ ਐਸੇ ਕਰਨੀ ਵਾਲੇ ਬੜੇ-ਬੜੇ ਗੁਰਸਿੱਖ ਹੋਏ ਜਿਨ੍ਹਾਂ ਨੇ ਲਗਭਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਬਾਅਦ ਵਿੱਚ ਜ਼ਮਾਨੀ ਯਾਦ ਰੱਖੀ ਪੰਥ ਦੇ ਬੜੇ ਪ੍ਰਸਿੱਧ ਵਿਦਵਾਨ ਹੋਏ ਭਾਈ ਕਾਨ ਸਿੰਘ ਜੀ ਨਾ ਬਾ ਉਹਨਾਂ ਦੇ ਪਿਤਾ ਜੀ ਬਜ਼ੁਰਗ ਬਾਬਾ ਨਾਰਾਇਣ ਸਿੰਘ ਜੀ ਉਹਨਾਂ ਨੂੰ ਸਾਰੇ ਹੀ ਤਕਰੀਬਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਜ਼ੁਬਾਨੀ ਯਾਦ ਸੀ ਇਸੇ ਤਰ੍ਹਾਂ ਮਹਾਪੁਰਖ ਦਮਦਮੀ ਟਕਸਾਲ ਦੇ 11ਵੇਂ ਮੁਖੀ ਪੰਥ ਰਤਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਵਾਲਿਆਂ ਨੂੰ ਸਾਰੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜ਼ੁਬਾਨੀ ਪਾਠ ਯਾਦ ਸੀ ਪਰ ਕਦੇ ਇਹ ਮਹਾਂਪੁਰਖ ਗੁਰਸਿੱਖ ਦਾਵਾ ਨਹੀਂ ਕਰਿਆ ਕਰਦੇ ਸਨ ਗੁਰੂ ਕੇ ਭੈ ਵਿੱਚ ਰਿਹਾ ਕਰਦੇ ਸਨ ਕਿ ਸਾਨੂੰ ਸਾਰੀ ਬਾਣੀ ਯਾਦ ਹੈ ਬਲਕਿ ਨਿਮਰਤਾ ਰੱਖਿਆ ਕਰਦੇ ਸਨ ਕਿ ਸੱਚੇ ਪਾਤਸ਼ਾਹ ਜਿੰਨੀਕ ਬਾਣੀ ਤੁਸੀਂ ਯਾਦ ਕਰਾਈ ਉਨੀ ਤੁਹਾਡੀ ਕਿਰਪਾ ਉਨਾ ਹੀ ਤੁਸੀਂ ਸਾਡੇ ਕੋਲੋਂ ਇਸ ਗੁਰਬਾਣੀ ਦਾ ਜਾਪ ਕਰਵਾਉਂਦੇ ਹੋ ਇਸੇ ਤਰ੍ਹਾਂ ਸਾਧ ਸੰਗਤ ਦੀ ਰਾਗੀ ਭਾਈ ਸਾਧੂ ਸਿੰਘ ਜੀ ਹੋਏ ਜੋ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਦੇ ਜਥੇ ਵਿੱਚ ਟਕਸਾਲ ਵਿੱਚ ਰਹਿ ਕੇ ਗੁਰਬਾਣੀ ਦਾ ਕੀਰਤਨ ਸੰਗਤਾਂ ਨੂੰ ਸੁਣਾਉਂਦੇ ਰਹੇ ਤਖਤ ਹਜੂਰ ਸਾਹਿਬ ਵੀ ਉਹਨਾਂ ਨੇ ਬਿਆੰਤ ਸਮਾਂ ਰਹਿ ਕੇ ਗੁਰਬਾਣੀ ਦਾ ਨਿਸ਼ਕਾਮ ਕੀਰਤਨ ਕੀਤਾ ਉਹ ਅੱਖਾਂ ਤੋਂ ਸੂਰਮੇ ਸਨ ਪਾਵ ਨੇਤਰਾਂ ਦੀ ਨਿਗਾਹ ਪ੍ਰਤੱਖ ਉਹਨਾਂ ਦੀ ਕੰਮ ਨਹੀਂ ਕਰਦੀ ਸੀ ਪਰ ਉਹਨਾਂ ਨੇ ਇੱਕ ਕੰਗ ਕਰਕੇ ਸਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਗੁਰਬਾਣੀ ਜਬਾਨੀ ਯਾਦ ਕਰ ਲਈ ਸੀ ਅਮਰੀਕਾ ਦੇ ਵਿੱਚ ਕੁੱਝ ਸਾਲਾਂ ਦੇ ਵਿੱਚੀ ਸੋ ਸਾਧ ਸੰਗਤ ਦੀ ਦਿਨਾਂ ਤੇ ਸਤਿਗੁਰੂ ਦੀ ਕਿਰਪਾ ਹੋ ਜਾਏ ਮੈਂ ਇਹ ਬੇਨਤੀਆਂ ਤਾਂ ਕੀਤੀਆਂ ਹਨ ਕਿ ਸਤਿਗੁਰੂ ਜੀ ਨੇ ਬਾਣੀ ਸਾਰੀ ਕੰਠੋਂ ਹੀ ਤੀਜੇ ਪਾਤਸ਼ਾਹ ਨੇ ਵੀ ਔਰ ਦਸਮ ਪਾਤਸ਼ਾਹ ਜੀ ਨੇ ਵੀ ਕੰਠੋਂ ਹੀ ਵਿਚਾਰਨ ਕੀਤੀ ਹੈ ਆਪਾਂ ਕਿਸੇ ਤਰ੍ਹਾਂ ਦੇ ਭੁਲੇਖੇ ਦਾ ਸ਼ਿਕਾਰ ਨਹੀਂ ਕਦੇ ਵਾਸਤੇ ਵੀ ਹੋਣਾ ਇਸ ਲਈ ਤਨਗੁਰ ਅਮਰਦਾਸ ਸਾਹਿਬ ਜੀ ਨੇ ਸਾਡੇ ਅੰਦਰ ਜੋ ਪਰਮ ਭਲੇਖੇ ਪੈਦਾ ਕੀਤੇ ਜਾ ਰਹੇ ਸਨ ਉਹਨਾਂ ਨੂੰ ਦੂਰ ਕਰਨ ਵਾਸਤੇ ਗੁਰਬਾਣੀ ਦੀਆਂ ਦੋ ਪੋਥੀਆਂ ਆਪਣੇ ਪੁੱਤਰੇ ਭਾਈ ਸੰਸ੍ਰਾਮ ਤੋਂ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਲਿਖਵਾਈਆਂ ਔਰ ਮਾਰਾ ਸਾਹਿਬ ਨੇ ਜਦੋਂ ਪੋਥੀਆਂ ਲਿਖੀਆਂ ਗਈਆਂ ਆਪਣੇ ਪੁੱਤਰ ਬਾਬਾ ਮੋਹਨ ਜੀ ਨੂੰ ਬੁਲਾ ਕੇ ਬਚਨ ਕੀਤਾ ਕਿ ਬਾਣੀ ਦੀਆਂ ਪੋਥੀਆਂ ਦਾ ਅਮੋਲਕ ਖਜ਼ਾਨਾ ਹੈ ਔਰ ਇਹ ਤੁਸੀਂ ਕਿਸੇ ਨੂੰ ਵੀ ਨਹੀਂ ਦੇਣਾ ਜਦੋਂ ਅਸੀਂ ਜੋਤੀ ਜੋਤ ਸਮਾਜ ਜਾਈਏ ਤਾਂ ਸਾਡੀ ਥਾਂ ਤੇ ਸਾਡੇ ਦੋਤਰੇ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਜਦੋਂ ਗੁਰਤਾ ਗੱਦੀ ਦੇ ਤਖਤ ਉੱਤੇ ਸੁਭਾਏਮਾਨ ਹੋਣਗੇ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਬਾਣੀ ਦਾ ਸੰਪੂਰਨ ਸਰੂਪ ਲਿਖਣਗੇ ਆਪਣੀ ਅਗਵਾਈ ਵਿੱਚ ਲਿਖਾਉਣਗੇ ਇਹ ਪੋਥੀਆਂ ਤੁਸੀਂ ਉਹਨਾਂ ਨੂੰ ਨਾਮ ਦਾ ਬਾਣੀ ਦਾ ਖਜ਼ਾਨਾ ਬਖਸ਼ਿਸ਼ ਕਰਨਾ ਹੋਰ ਕਿਸੇ ਨੂੰ ਵੀ ਇਹ ਪੋਥੀਆਂ ਨਹੀਂ ਤੁਸੀਂ ਸਾਡੇ ਵੱਲੋਂ ਆਗਿਆ ਤੇ ਹੁਕਮ ਹੈ ਕਿਸੇ ਨੂੰ ਵੀ ਇਹ ਪੋਥੀਆਂ ਨਹੀਂ ਦੇਣੀਆਂ ਇਹ ਪੋਥੀਆਂ ਕੇਵਲ ਗੁਰੂ ਅਰਜਨ ਦੇਵ ਜੀ ਨੂੰ ਬਖਸ਼ਿਸ਼ ਕਰਨੀਆਂ ਹਨ ਕਿਉਂਕਿ ਧੰ ਗੁਰੂ ਅਮਰਦਾਸ ਸਾਹਿਬ ਜੀ ਦੇ ਵਰਦਾਨ ਸਨ ਜਦੋਂ ਖੇਡਦੇ ਖੇਡਦੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਬਾਲ ਅਵਸਥਾ ਵਿੱਚ ਗੁਰਦੁਆਰਾ ਚੁਬਾਰਾ ਸਾਹਿਬ ਸ੍ਰੀ ਗੋਵਿੰਦਵਾਲ ਸਾਹਿਬ ਜਿੱਥੇ ਸ੍ਰੀ ਗੁਰੂ ਅਮਰਦਾਸ ਸਾਹਿਬ ਦੀ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸਮਾਧੀ ਵਿੱਚ ਸਥਿਤ ਸਨ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਖੇਡਦੇ ਖੇਡਦੇ ਸਤਗੁਰਾਂ ਦੇ ਕੋਠੜੇ ਵਿੱਚ ਚਲੇ ਗਏ ਔਰ ਕੋਠੜੀ ਵਿੱਚ ਪਲੰਘ ਦੇ ਪਾਵੇ ਨੂੰ ਪਕੜ ਕੇ ਖੜੇ ਹੋ ਕੇ ਉੱਚੀ ਉੱਚੀ ਆਵਾਜ਼ਾਂ ਮਾਰਨ ਲੱਗੇ ਬੀਬੀ ਭਾਨੀ ਜੀ ਨੇ ਜਦੋਂ ਉੱਚੀ ਆਵਾਜ਼ਾਂ ਸੁਣੀਆਂ ਤਾਂ ਬੜੀ ਕਾਲੀ ਨਾਲ ਪਾਸ ਗਏ ਤਨਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਵੇਖ ਕੇ ਕਿ ਪਿਤਾ ਸਤਗੁਰੂ ਜੀ ਦੀ ਸਮਾਧੀ ਵਿੱਚ ਬੈਠੇ ਆ ਨਿਤਨੇਮ ਵਿੱਚ ਬੈਠੇ ਹਨ ਕਿਤੇ ਸਾਹਜਾ ਦਾ ਸਤਗੁਰੂ ਜੀ ਦੀ ਸਮਾਧੀ ਦੇ ਵਿੱਚ ਫਰਕ ਨਾ ਪਾ ਦੇ ਉਦੋਂ ਜਾਂਦਿਆਂ ਨੂੰ ਤਨਗੁਰੂ ਅਰਜਨ ਦੇਵ ਜੀ ਡੌਲਿਆਂ ਤੋਂ ਤਨਗੁਰੂ ਅਮਰਦਾਸ ਜੀ ਤਨਗੁਰੂ ਅਰਜਨ ਦੇਵ ਜੀ ਨੂੰ ਬਾਲਕ ਅਵਸਥਾ ਵਿੱਚ ਆਪਣੇ ਆਪਣੇ ਪਾਵਨ ਪਵਿੱਤਰ ਹਸਤ ਕਮਲਾ ਨਾਲ ਡੌਲਿਆਂ ਤੋਂ ਪਕੜ ਕੇ ਉੱਤੇ ਨੂੰ ਕਰ ਰਹੀ ਸਨ ਜਿਵੇਂ ਬੱਚਿਆਂ ਨੂੰ ਮਾਤਾ ਪਿਤਾ ਉੱਤੇ ਨੂੰ ਝੂਲਾ ਦੰਦੇ ਐ ਇਸ ਤਰ੍ਹਾਂ ਬਚਨ ਕਰ ਰਹੇ ਸਨ ਨਾਲ ਕਹਿ ਰਹੇ ਸਨ ਦੋਹੇ ਥਾ ਬਾਣੀ ਕਾ ਬੋਹੇ ਥਾ हे ਦੋਤਰੇ ਤੂੰ ਬਾਣੀ ਦਾ ਜਹਾਜ਼ ਰਟੇਂਗਾ ਇਹ ਵਰਦਾਨ ਸੰਸਤਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਸੋ ਸਾਥ ਸੰਗਤ ਦੀ ਉਸ ਵਰਦਾਨ ਦੇ ਫਲ ਸਰੂਪ ਜਦੋਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣ ਦੀ ਤਿਆਰੀ ਕਰਵਾਈ ਤਾਂ ਪੋਥੀਆਂ ਲੈਣ ਵਾਸਤੇ ਪਹਿਲਾਂ ਗੁਰਸਿੱਖਾਂ ਨੂੰ ਭਾਈ ਗੁਰਦਾਸ ਜੀ ਨੂੰ ਭੇਜਿਆ ਬਾਬਾ ਮੋਹਨ ਜੀ ਸਮਾਦੀ ਵਿੱਚੋਂ ਥਾਨ ਨਾ ਹੋਏ ਫਿਰ ਬਾਬਾ ਬੁੱਢਾ ਜੀ ਆਖਣ ਲੱਗੇ ਮੈਂ ਜਾ ਕੇ ਲੈ ਕੇ ਆਉਂਦਾ ਹਾਂ ਜਦੋਂ ਬਾਬਾ ਬੁੱਢਾ ਜੀ ਗਏ ਬਾਬਾ ਮੋਹਨ ਜੀ 6-6 ਮਹੀਨੇ ਲਗਾਤਾਰ ਨਿਰਵਕਲਪ ਸਮਾਧੀ ਵਿੱਚ ਬੈਠੇ ਰਹਿੰਦੇ ਸਨ ਅਫੋਰ ਅਵਸਥਾ ਵਿੱਚ ਜੁੜੇ ਰਹਿੰਦੇ ਸਨ ਬਾਬਾ ਬੁੱਢਾ ਜੀ ਦੇ ਬੁਲਾਇਆ ਵੀ ਨਾ ਬੋਲੇ ਉੱਚੀ ਆਵਾਜ਼ਾਂ ਵੀ ਮਾਰੀਆਂ ਤਾਂ ਵੀ ਕੋਈ ਅੱਗੋਂ ਆਵਾਜ਼ ਨਾ ਦਿੱਤੀ ਤਾਂ ਬਾਬਾ ਬੁੱਢਾ ਜੀ ਨੇ ਦਰਵਾਜ਼ੇ ਦੀ ਝੁਗਾਠ ਪੁੱਟ ਕੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਉਸ ਵਕਤ ਕੀ ਦੇਖਦੇ ਆ ਬਾਬਾ ਮੋਹਨ ਜੀ ਸਮਾਧੀ ਵਿੱਚ ਬੈਠੇ ਆ ਬੜੇ ਹਲੂਨੇ ਵੀ ਦਿੱਤੇ ਨਿਰਵਕਲਪ ਸਮਾਧੀ ਐਸੀ ਸਮਾਧੀ ਹੁੰਦੀ ਹੈ ਸਾਧ ਸੰਗਤ ਜੀ ਧਾਰਮਿਕ ਗ੍ਰੰਥਾਂ ਵਿੱਚ ਜ਼ਿਕਰ ਆਉਂਦਾ ਜੇ ਮਿਰਗ ਵੀ ਨਾਲ ਖੈ ਖੈ ਕੇ ਤਪਸੀ ਦੇ ਨੰਗੀ ਜਾਣ ਤਾਂ ਵੀ ਉਸ ਦੀ ਦੇਹ ਦਾ ਉਹਨੂੰ ਕੋਈ ਚਿੱਤ ਚੇਤਾ ਨਹੀਂ ਹੋਇਆ ਕਰਦਾ ਇਸ ਕਰਕੇ ਤਪਸਵੀ ਲੋਕ ਨਿਰਵikalਪ ਸਮਾਧੀ ਵਿੱਚ ਜਦੋਂ ਚਲਿਆ ਜਾਂਦਾ ਹੈ ਉਸ ਨੂੰ ਦੇਹ ਦਾ ਵੀ ਚਿੱਤ ਚੇਤਾ ਨਹੀਂ ਰਿਹਾ ਕਰਦਾ ਬਾਬਾ ਮੋਹਨ ਜੀ ਐਸੀ ਹੀ 6-6 ਮਹੀਨੇ ਦੀ ਲਗਾਤਾਰ ਇੱਕ ਸਮਾਧੀ ਵਿੱਚ ਇੱਕ ਚੌਂਕੜੇ ਵਿੱਚ ਬੈਠੇ ਨਾਮ ਸਿਮਰਨ ਕਰਦੇ ਰਹਿੰਦੇ ਸਨ। ਬਾਬਾ ਜੀ ਨੇ ਬਥੇੜੇ ਹਲੂਣੇ ਦਿੱਤੇ ਪਰ ਬਾਬਾ ਜੀ ਦੀ ਸਮਾਧੀ ਨਾ ਖੁੱਲੀ। ਫੇਰ ਬਾਬਾ ਬੁੱਢਾ ਜੀ ਵਾਪਸ ਆਏ ਤਾਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਫੇਰ ਗੋਇੰਦਵਾਲ ਸਾਹਿਬ ਗਏ। ਔਰ ਜਿੱਥੇ ਚਬਾਰਾ ਸਾਹਿਬ ਹੈ ਉੱਥੇ ਗਲੀ ਦੇ ਵਿੱਚ ਵਿਛਾਈ ਕਰਾ ਕੇ ਹਜੂਰ ਨੇ ਆਪ ਮੋਹਨ ਤੇਰੇ ਉੱਚੇ ਮੰਦਰ ਮਹਿਲ અપਾਰਾ ਮੋਹਣ ਤੇਰੇ ਸੋਹਣ ਦਵਾਰ ਜੀਓ ਸੰਤ ਧਰਮਸਾਲਾ ਇਹ ਸ਼ਬਦ ਦਾ ਬਾਣੀ ਦਾ ਜਦੋਂ ਕੀਰਤਨ ਕੀਤਾ ਬਾਬਾ ਮੋਹਣ ਜੀ ਦੀ ਸਮਾਧੀ ਖੁੱਲੀ ਔਰ ਉੱਠ ਕੇ ਬੜੇ ਸਤਕਾਰ ਨਾਲ ਕੀਰਤਨ ਸੁਣਦਿਆਂ ਕਿ ਧੰਨ ਗੁਰੂ ਅਰਜਨ ਦੇਵ ਜੀ ਆਪ ਕੀਰਤਨ ਕਰ ਰਹੇ ਆ ਸਰੰਦੇ ਦੇ ਨਾਲ ਸੀਸ ਉੱਤੇ ਪੋਥੀਆਂ ਲੈ ਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਾਸ ਆਏ ਕਹਿਣ ਲੱਗੇ ਇਹ ਪੋਥੀਆਂ ਲੈਣ ਵਾਸਤੇ ਪਹਿਲਾਂ ਵੀ ਕਈ ਆਏ ਪਰ ਮੇਰੇ ਪਿਤਾ ਤੀਸਰੇ ਗੁਰੂ ਅਮਰਦਾਸ ਜੀ ਦਾ ਬਚਨ ਸੀ ਕਿ ਬਾਣੀ ਦਾ ਖਜ਼ਾਨਾ ਇਹ ਪੋਥੀਆਂ ਤੁਹਾਨੂੰ ਬਖਸ਼ਿਸ਼ ਕਰਨੀਆਂ ਹੋਰ ਕਿਸੇ ਨੂੰ ਨਹੀਂ ਦੇਣੀਆਂ ਇਸ ਕਰਕੇ ਪਿਤਾ ਸਤਿਗੁਰੂ ਦਾ ਬਚਨ ਸੀ ਉਸ ਬਚਨ ਨੂੰ ਪੂਰਾ ਕਰਨ ਵਾਸਤੇ ਮੈਂ ਪੋਥੀਆਂ ਲੈ ਕੇ ਹਾਜ਼ਰ ਹੋਇਆ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਹ ਪੋਥੀਆਂ ਆਪਣੇ ਸੀਸ ਤੇ ਲੈ ਕੇ ਸਾਧ ਸੰਗਤ ਦੀ ਪਾਲਕੀ ਵਿੱਚ ਸੁਭਾਈਮਾਨ ਕੀਤੀਆਂ ਔਰ ਨੰਗੇ ਚਰਨੀ ਪੋਥੀਆਂ ਨੂੰ ਚੌਰ ਕਰਦੇ ਗੋਇੰਦਵਾਲ ਸਾਹਿਬ ਤੋਂ ਪਾਲਕੀ ਲੈ ਕੇ ਗੁਰਸਿੱਖ ਸੰਗਤਾਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਅੱਜ ਵੀ ਉਹ ਪਾਲਕੀ ਗੋਇੰਦਵਾਲ ਸਾਹਿਬ ਗੁਰਦੁਆਰਾ ਚਬਾਰਾ ਸਾਹਿਬ ਵਿਖੇ ਸੁਭਾਈਮਾਨ ਹੈ ਉਹ ਪੋਥੀਆਂ ਫਿਰ ਸ੍ਰੀ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਲਿਆ ਕੇ ਜਿੱਥੇ ਦੁਖ ਭੰਜਨੀ ਬੇਰ ਸਾਹਿਬ ਕੋਲੇ 68 ਘਾਟ ਸਥਾਨ ਐ ਥੜਾ ਬਣਿਆ ਸੰਗੇ ਮਰਮਰ ਦੀ ਮੰਜੀ ਸਾਹਿਬ ਬਣੀ ਹੋਈ ਐ ਸੁਨਹਿਰੀ ਪਾਲਕੀ ਵਾਲੀ ਉਸ ਜਗਾ ਤੇ ਲਿਆ ਕੇ ਉਹ ਪਾਲਕੀ ਸੁਭਾਏਮਾਨ ਕੀਤੀ ਔਰ ਸਾਰੀ ਰਾਤ ਰਣ ਸਬਾਈ ਕੀਰਤਨ ਕੀਤਾ ਰਣ ਸਬਾਈ ਕੀਰਤਨ ਤੋਂ ਬਾਅਦ ਅੰਮ੍ਰਿਤ ਵੇਲੇ ਆਸਾ ਜੀ ਦਾ ਭੋਗ ਪਾਸਾ ਜੀ ਦੀ ਵਾਰ ਦਾ ਭੋਗ ਪਾ ਕੇ ਹਜੂਰ ਔਰ ਪੋਥੀਆਂ ਨੂੰ ਉਸੇ ਤਰ੍ਹਾਂ ਪਾਲਕੀ ਵਿੱਚ ਨਗਰ ਕੀਰਤਨ ਜਲੂਸ ਦੀ ਸ਼ਕਲ ਵਿੱਚ ਗੁਰਦੁਆਰਾ ਰਾਮ ਸਰ ਸਾਹਿਬ ਵਿਖੇ ਲੈ ਕੇ ਗਏ ਔਰ ਭਾਈ ਗੁਰਦਾਸ ਜੀ ਨੂੰ ਲਖਾਰੀ ਲਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਾਰਾ ਲਿਖਵਾਇਆ ਔਰ ਸਾਰਾ ਸਰੂਪ ਅੱਜ ਦੇ ਦਿਨ ਸੰਪੂਰਨ ਹੋਣ ਤੋਂ ਬਾਅਦ ਜਿਲਦ ਬਣਾਉਣ ਤੋਂ ਉਪਰੰਤ ਸਤਿਗੁਰੂ ਜੀ ਸ੍ਰੀ ਹਰਮੰਦਰ ਸਾਹਿਬ ਵਿਖੇ ਲੈ ਕੇ ਪਹੁੰਚੇ ਆ ਉਹ ਜੋ ਕਥਾ ਹੈ ਮਨ ਮਿਰਤੀ ਨੂੰ ਅਕਾਗਰ ਕਰਕੇ ਆਪ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਸਰਬਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਗਿੱਤਕ ਕਹਤ ਹੈ ਗ੍ਰੰਥ ਕੋ ਕਿੰਨੇ ਕੁ ਗੁਰਸਿੱਖਾਂ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਸਰੂਪ ਤਿਆਰ ਹੋਇਆ ਸੰਪੂਰਨ ਹੋਇਆ ਜਿਲਦ ਬੰਧਾਵਨ ਕਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਜਿਲਦ ਬਣਾਉਣ ਵਾਸਤੇ ਭੇਜੋ ਲਵਪੁਰ ਨਗਰ ਕੋ ਲਾਹੌਰ ਨਗਰ ਲਾਹੌਰ ਸ਼ਹਿਰ ਵਿੱਚੋਂ ਦੋਂ ਸਾਧ ਸੰਗਤ ਜੀ ਜਿਲਦਾਂ ਬੰਨਣ ਦਾ ਕਾਰਜ ਹੋਇਆ ਕਰਦਾ ਸੀ ਬੜੇ ਸਿਆਣੇ ਸਿਆਣੇ ਕਾਰੀਗਰ ਉੱਥੇ ਜਿਲਦਾਂ ਬੰਨ ਕੇ ਦਿਆ ਕਰਦੇ ਸਨ ਉਦੋਂ ਹੱਥਾਂ ਨਾਲ ਜਿਲਦਾਂ ਬੰਨਣੀਆਂ ਪੈਂਦੀਆਂ ਸਨ ਅੱਜ ਕੱਲ ਤਾਂ ਮਸ਼ੀਨਾਂ ਦੇ ਸਾਧਨ ਬਣ ਚੁੱਕੇ ਐ ਸੋ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਲਦ ਬਣਾਉਣ ਵਾਸਤੇ ਲਾਹੌਰ ਵਿਖੇ ਭੇਡਣਾ ਕੀਤਾ ਇਹ ਕਿੰਨੇ ਕੁ ਸਿੱਖਾਂ ਦਾ ਕਹਿਣਾ ਹੈ ਗੁਰੂ ਗਰੀਬ ਨਿਵਾਜ਼ ਗਰੀਬਾਂ ਨੂੰ ਨਵਾਟਣ ਵਾਲੇ ਧੰ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸੱਚੇ ਪਾਤਸ਼ਾਹ ਜੀ ਨੇ ਤਹ ਆਵਤ ਜਾਤੇ ਲਿਖਿਓ ਲਾਹੌਰ ਨੂੰ ਜਾਂਦਿਆਂ ਤੇ ਲਾਹੌਰ ਤੋਂ ਵਾਪਸ ਸਰੂਪ ਲਿਆਉਂਦਿਆਂ ਹੋਇਆ ਭਾਈ ਬੰਨੂ ਦੀ ਡਿਊਟੀ ਲਈ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜੋ ਤਿਆਰ ਹੋਇਆ ਇਸ ਦੀ ਜਿਲਦ ਬਣਾ ਕਰਕੇ ਲਿਆਓ ਤਾਂ ਭਾਈ ਬੰਨੂ ਜੀ ਨੇ ਤੇਜ਼ ਲਖਾਰੀ ਲਾ ਕੇ ਨਾ ਜਾਣ ਵਕਤ ਤੇ ਆਉਣ ਵਕਤ ਐਨੇ ਸਮੇਂ ਦੇ ਵਿੱਚ ਬੰਨੋ ਗ੍ਰੰਥ ਦੁਤੀਓ ਦੂਜਾ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਤਾਰੇ ਵਾਲਾ ਲਖਾਰੀਆਂ ਕੋਲੋਂ ਤਿਆਰ ਕਰਵਾਇਆ ਮਹਿਮਾ ਸ੍ਰੀ ਸਤਗੁਰੂ ਕੀ ਧੰ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਮਹਾਰਾਜ ਜੀ ਦੀ ਜੋ ਮਹਿਮਾ ਹੈ ਸਭ ਦੇ ਉੱਤਮ ਧੀਆ ਸਾਰਿਆਂ ਤੋਂ ਉੱਤਮ ਹੈ ਹਰ ਜਗ੍ਹਾ ਤੇ ਹਰ ਥਾਂ ਤੇ ਭਾਵੇਂ ਲਾਹੌਰ ਵੇਖੇ ਸਰੂਪ ਬਣਾਉਣ ਵਾਸਤੇ ਭੇਜਿਆ ਭਾਵੇਂ ਇੱਥੇ ਜਿੱਥੇ-ਜਿੱਥੇ ਵੀ ਸਤਗੁਰੂ ਜੀ ਦਾ ਇਹ ਸਰੂਪ ਹੈ ਬਾਣੀ ਹੈ ਇਸ ਦੀ ਮਹਿਮਾ ਉੱਤਮ ਤੋਂ ਉੱਤਮ ਹੈ ਹਰ ਥਾਂ ਤੇ ਸਵਈਆ ਸੰਮਤ 1660 ਹੈ 1661 ਵਿੱਚ 1604 ਈਸਵੀ ਵਿੱਚ ਭਾਦਵ ਕੀ ਸੁਧ ਏਕਮ ਜਾਨੋ ਬਾਦਰੋਂ ਦੀ ਸੁਦੀ ਏਕਮ ਏਕਮ ਸੁਦੀ ਦਾ ਦਿਹਾੜਾ ਅੱਜ ਬਾਦਰੋਂ ਸੁਦੀ ਏਕਮ ਹੈ ਇਸ ਕਰਕੇ ਭਾਦਰੋ ਸੁਤੀ ਸੁਦੀ ਇਕਮ ਦਾ ਦਿਹਾੜਾ ਜਾਣਨਾ ਕਰੋ ਗ੍ਰੰਥ ਸਮਾਪਤ ਸ੍ਰੀ ਗੁਰਕੀਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦ ਬੀੜ ਇਸ ਨੂੰ ਕਿਹਾ ਗਿਆ ਹੈ ਔਰ ਇਸ ਬੀੜ ਨੂੰ ਪੋਥੀ ਸਾਹਿਬ ਵੀ ਕਿਹਾ ਗਿਆ ਹੈ ਗੁਰਬਾਣੀ ਵਿੱਚ ਵੀ ਜ਼ਿਕਰ ਹੈ ਪੋਥੀ ਪਰਮੇਸ਼ਰ ਦਾ ਥਾਨ ਜਿਹੜੀ ਆਦ ਬੀੜ ਸਭ ਤੋਂ ਪਹਿਲਾਂ ਤਿਆਰ ਹੋਈ ਨਾ ਤਨ ਗੁਰੂ ਅਰਜਨ ਦੇਵ ਜੀ ਨੇ ਤਿਆਰ ਕਰਵਾਈ ਉਸ ਨੂੰ ਪੋਥੀ ਸਾਹਿਬੀ ਆਖਿਆ ਜਾਂਦਾ ਹੈ। ਔਰ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਪੂਸ਼ ਸਰੂਪ ਆਦ ਬੀੜ ਸੰਪੂਰਨ ਹੋਈ। ਮਹਾ ਉਤਸਾਹ ਗੁਰੂ ਘਰ ਠਾਨੋ ਗੁਰੂ ਘਰ ਦੇ ਵਿੱਚ ਬੜੀਆਂ ਖੁਸ਼ੀਆਂ ਮਨਾਇਆਂ ਗਈਆਂ। ਸੰਗਤ ਦੇਸ਼ ਵਿਦੇਸ਼ਣ ਕੀ ਸੁਣ ਦੇ ਦੇਸ਼ਾਂ ਔਰ ਪ੍ਰਦੇਸ਼ਾਂ ਦੀ ਸੁਣ ਕਰਕੇ ਸੰਗਤ ਨੇ ਜਦੋਂ ਇਹ ਖਬਰ ਸੁਣੀ ਜੇ ਧੰਨ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦ ਬੀੜ ਸੰਪੂਰਨ ਕੀਤੀ ਹੈ ਸੁਨ ਕੇ ਮਨ ਆਨੰਦ ਦੀਰਗ ਮਨੋ ਸਾਰਿਆਂ ਦੇ ਮਨ ਵਿੱਚ ਬੜਾ ਭਾਰੀ ਆਨੰਦ ਪੈਦਾ ਹੋਇਆ ਸਾਰਿਆਂ ਨੇ ਬੜੀ ਭਾਰੀ ਖੁਸ਼ੀ ਮੰਨਣਾ ਕੀਤੀ ਹੈ ਦੇਖਣ ਆਵਤ ਭਾਉ ਬਧਾਵਤ ਉਹ ਤਾਂ ਪ੍ਰੇਮ ਵਧਾ ਕਰਕੇ ਮਨ ਵਿੱਚ ਉਸ ਸਰੂਪ ਦੇ ਆਦ ਬੀੜ ਦੇ ਦਰਸ਼ਨ ਕਰਨ ਵਾਸਤੇ ਬਹੁਤ ਸੰਗਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਆਈਆਂ ਕੋ ਲਖ ਬਾਵਨ ਕੋ ਹਿਤਵਾਨੋ ਬਹੁਤੇ ਪ੍ਰੇਮੀਆਂ ਦੀ ਇੱਛਾ ਹੋਈ ਕਿ ਅਸੀਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਰੂਪ ਤੋਂ ਉਤਾਰੇ ਕਰਕੇ ਬੀੜਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਿਖਵਾਉਣਾ ਕਰੀਏ ਬੰਨੋ ਆਦਕ ਹੈ ਸਿੱਖ ਸੰਗਤ ਭਾਈ ਬੰਨੋ ਤਿਆ ਅਤੇ ਹੋਰ ਤਾਦਕ ਜਿੰਨੇ ਵੀ ਸਿੱਖ ਸੰਨ ਸ਼੍ਰੀ ਗੁਰੂ ਬੈਠ ਦਿਵਾਨ ਲਗਾਇਓ ਸਤਿਗੁਰੂ ਜੀ ਨੇ ਸ੍ਰੀ ਰਾਮ ਸਰ ਸਾਹਿਬ ਕੇ ਦੀਵਾਨ ਲਾਇਆ ਔਰ ਉਸ ਦੀਵਾਨ ਵਿੱਚ ਭਾਈ ਬੰਨੋ ਜੀ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਭਾਈ ਸਾਲੋ ਜੀ ਸਾਰੇ ਐਸੇ ਮਹਾਪੁਰਖ ਗੁਰਸਿੱਖ ਬ੍ਰਹਮ ਗਿਆਨੀ ਬੈਠੇ ਆਂ ਸ੍ਰੀ ਹਰਿ ਗੋਬਿੰਦ ਪਾਸ ਬਿਰਾਜਤ ਬਾਲ ਅਵਸਥਾ ਵਿੱਚ ਧੰਗੁਰੂ ਹਰਗੋਬਿੰਦ ਸਾਹਿਬ ਜੀ ਵੀ ਅੱਜ ਦੇ ਦਿਹਾੜੇ ਤੇ ਸਤਗੁਰਾਂ ਦੇ ਦੀਵਾਨ ਵਿੱਚ ਸੰਗਤ ਵਿੱਚ ਸਜੇ ਹੋਏ ਆਂ ਚੰਦ ਮਨੋ ਪਰਿਵਾਰ ਸੁਹਾਇਓ ਜਿਵੇਂ ਚੰਦਰਮਾ ਦੇ ਆਲੇ ਦੁਆਲੇ ਤਾਰੇ ਸੋਭਨੀਕ ਹੁੰਦੇ ਆ ਨਾ ਚੰਦਰਮਾ ਵਿਚਕਾਰ ਚੰਦਰਮਾ ਦਾ ਪਰਿਵਾਰ ਤਾਰੇ ਉਸ ਨੂੰ ਵਿਚਕਾਰ ਲੈ ਕੇ ਬੜੀ ਸ਼ੋਭਾ ਪਾਉਂਦੇ ਆ ਇਸੇ ਤਰ੍ਹਾਂ ਵਿਚਕਾਰ ਧੰਗ ਗੁਰੂ ਅਰਜਨ ਦੇਵ ਮਹਾਰਾਜ ਜੀ ਆਲੇ ਦੁਆਲੇ ਸਾਰੀਆਂ ਸੰਗਤਾਂ ਤਾਰਿਆਂ ਦੀ ਤਰ੍ਹਾਂ ਛੱਡ ਕੇ ਬੈਠੀਆਂ ਹੋਈਆਂ ਹਨ ਸਿੱਖ ਲੱਗੇ ਸਭ ਕੋ ਤਬ ਦੇਵਨ ਧੰਗ ਗੁਰੂ ਅਰਜਨ ਦੇਵ ਜੀ ਦੀਵਾਨ ਵਿੱਚ ਬੈਠ ਕੇ ਸੰਗਤਾਂ ਨੂੰ ਸੁਭ ਸਿੱਖਿਆ ਉਪਦੇਸ਼ ਦੇਣ ਲੱਗੇ ਉਸ ਸਮੇਂ ਸ਼ਰੇ ਭਰਿਓ ਬਚ ਜਾਉ ਫੁਰਮਾਇਓ ਮੁਕਤੀ ਭਰੇ ਕਲਿਆਣ ਭਰੇ ਸਾਰਿਆਂ ਨੂੰ ਮੁਕਤੀ ਦਾ ਦਾਨ ਦੇਣ ਵਾਸਤੇ ਇਸ ਤਰ੍ਹਾਂ ਆਪ ਜੀ ਨੇ ਆਪਣੇ ਮੁਖਾਰਬਿੰਦ ਤੋਂ ਬਚਨ ਕੀਤੇ ਐ ਗ੍ਰੰਥ ਜਹਾਜ਼ ਸੋ ਭੌਜਲ ਕੋ ਤਰ ਆਖੋ ਭਾਈ ਵਾਹਿਗੁਰੂ ਸੰਗਤ ਜੀ ਕੀ ਬਚਨ ਕੀਤਾ ਕਿ ਸੰਗਤ ਜੀ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਸਰੂਪ ਤਿਆਰ ਕੀਤੇ ਨਾ ਆਦ ਬੀੜ ਤਿਆਰ ਕੀਤੀ ਐ ਇਹ ਸੰਸਾਰ ਭੌਜਲ ਤੋਂ ਗੁਰਸਿੱਖਾਂ ਨੂੰ ਪਾਰ ਕਰ ਦਵੇਗੀ ਇਸ ਬਾਣੀ ਵਿੱਚ ਇੰਨੀ ਸ਼ਕਤੀ ਹੈ ਬਰਕਤ ਹੈ ਜਾਤ ਸੁਖੈ ਨ ਜਿਨੀ ਚਿਤ ਲਾਇਓ ਜਿਹੜੇ ਚਿਤ ਲਾ ਕੇ ਇਸ ਬਾਣੀ ਨੂੰ ਪੜਨਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਹਿਰਦੇ ਵਿੱਚੋਂ ਪ੍ਰੇਮਾ ਭਗਤੀ ਨਾਲ ਜੁੜਨਗੇ ਨਾ ਉਹ ਸੌਖੇ ਹੀ ਸੰਸਾਰ ਭੌਜਲ ਨੂੰ ਤਰ ਕੇ ਮੁਕਤੀ ਦੇ ਕਿਨਾਰੇ ਤੇ ਅੱਪੜ ਜਾਣਗੇ ਮੁਕਤੀ ਪ੍ਰਾਪਤ ਹੋ ਜਾਏਗੀ ਸ੍ਰੀ ਗੁਰ ਕੇ ਰਸੀਰ ਜੋ ਸਭ ਸਤਗੁਰੂ ਜੀ ਕੀ ਸਿੱਖਿਆ ਦੇ ਰਹੇ ਆ ਜਾ ਅਨਲ ਬਚਨ ਸੁਣਨ ਵਾਲੇ ਐ ਤੇ ਜਿਹੜਾ ਸਾਡਾ ਸਰਗੁਣ ਰੂਪ ਸਰੀਰ ਹੈ ਨਾ ਦੇਹ ਹੈ ਦੇਹ ਧਾਰੀ ਔਰ ਪੰਜਾਂ ਤੱਤਾਂ ਦੇ ਆਕਾਰਾਂ ਵਾਲਾ ਜਿਹੜਾ ਸਾਡਾ ਸਰੀਰ ਹੈ ਨਾ ਭਾਨ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਲੈ ਕੇ ਹੁਣ ਤੱਕ ਪੰਜ ਜਾਮੇ ਅਸੀਂ ਮਨੁੱਖਾ ਜਾਮੇ ਵਿੱਚ ਧਾਰਨ ਕੀਤੇ ਹੈ ਇਹ ਜਿਹੜਾ ਦੇਹ ਧਾਰੀ ਪੰਜਾਂ ਤਤਾਂ ਦੇ ਆਕਾਰ ਵਾਲਾ ਗੁਰੂ ਸਾਹਿਬ ਦਾ ਸਰੀਰ ਹੈ ਥਾਨ ਸਮੇ ਸਭ ਨਾ ਦਰਸੈ ਹੈ ਸਭ ਥਾਨ ਸਮੇ ਸਭ ਨਾ ਦਰਸੈ ਹੈ ਇਹ ਸਾਰੀਆਂ ਥਾਵਾਂ ਤੇ ਔਰ ਸਾਰਿਆਂ ਸਮਿਆਂ ਵਿੱਚ ਸਾਰੀਆਂ ਸੰਗਤਾਂ ਨੂੰ ਇੱਕੋ ਵਕਤ ਇਸ ਦੇ ਦਰਸ਼ਨ ਨਹੀਂ ਹੋ ਸਕਦੇ ਮਹਾਰਾਜਤਾ ਚੌਹਣ ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ ਪਰਮੇਸ਼ਰ ਅਨੇਕਾਂ ਰੂਪ ਧਾਰ ਕੇ ਆਪਣੀਆਂ ਭਗਤਾਂ ਦੀਆਂ ਇੱਛਾ ਪੂਰੀਆਂ ਕਰ ਦਿੰਦਾ ਇੱਕੋ ਹੀ ਸਮੇਂ ਵਿੱਚ ਗੁਰੂ ਸਾਹਿਬ ਚੌਣ ਤਾਂ ਭਾਵੇਂ ਲੱਖਾਂ ਕਰੋੜਾਂ ਹੀ ਰੂਪ ਆਪਣੇ ਧਾਰਨ ਕਰਕੇ ਸੰਸਾਰ ਵਿੱਚ ਜਿੱਥੇ-ਜਿੱਥੇ ਕੋਈ ਗੁਰਸਿੱਖ ਬੈਠਾ ਸਾਰਿਆਂ ਨੂੰ ਦਰਸ਼ਨ ਦੇ ਕੇ ਸਾਰਿਆਂ ਦੀ ਕਾਮਨਾ ਪੂਰੀ ਕਰ ਸਕਦੇ ਆ ਸਰ ਸਤਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਮਹਿਮਾ ਇੱਥੇ ਜਨਾ ਰਹੇ ਆ ਕਿ ਜਿਹੜਾ ਦੇਹ ਧਾਰੀ ਸਰੀਰ ਹੈ ਨਾ ਇਹ ਸਾਰੀਆਂ ਥਾਵਾਂ ਤੇ ਤੇ ਸਾਰੇ ਇੱਕੋ ਹੀ ਸਮੇਂ ਵਿੱਚ ਸਾਰਿਆਂ ਨੂੰ ਕਿਸੇ ਵਕਤ ਦਰਸ਼ਨ ਨਹੀਂ ਦੇ ਸਕਦਾ ਗ੍ਰੰਥ ਰਦਾ ਗੁਰ ਕੋ ਇਹ ਜਾਣੋ ਇਹ ਜਿਹੜਾ ਗ੍ਰੰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਆਦ ਬੀੜ ਤਿਆਰ ਕੀਤੀ ਹੈ ਨਾ ਇਹ ਸਾਡਾ ਹਿਰਦਾ ਹੈ ਹਿਰਦਾ ਇਹ ਗੁਰੂ ਦਾ ਰਿਦਾ ਹੈ ਉਤਮ ਹੈ ਸਭ ਕਾਲ ਰਹਾ ਹੈ ਇਹ ਸਾਰਿਆਂ ਤੋਂ ਸਾਡੇ ਦੇਹ ਧਾਰੀ ਸਰਗੁਣ ਸਰੂਪ ਤੋਂ ਵੀ ਉੱਤੇ ਹੈ ਔਰ ਸਾਰਿਆ ਸਮਿਆਂ ਵਿੱਚ ਇਹ ਸਦਾ ਰਹੇਗਾ ਭੂਤ ਵਿੱਚ ਵੀ ਭਵਿੱਖ ਵਿੱਚ ਵੀ ਵਰਤਮਾਨ ਵਿੱਚ ਵੀ ਤਿੰਨਾਂ ਕਾਲਾਂ ਵਿੱਚ ਹੀ ਇਹ ਬਾਣੀ ਜੁਗੋ ਜੁਗ ਅਟਲ ਰਹੇਗੀ ਤਾਂ ਹੀ ਆਪਾਂ ਇਹ ਬਚਨ ਕਹੀਦੇ ਐ ਜੁਗੋ ਜੁਗ ਅਟਲ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਦਾ ਹੀ ਜੁਗਾ ਜੁਗਾ ਵਿੱਚ ਰਹਿਣਗੇ ਇਸ ਕਰਕੇ ਸਾਰਿਆਂ ਤੋਂ ਉੱਤਮ ਇਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਇਹ ਬਾਣੀ ਹੈ ਜਿਹੜੀ ਹਰ ਸਮੇਂ ਰਹੇਗੀ ਦੁਨੀਆ ਵਿੱਚ ਭਾਵੇਂ ਸ੍ਰਿਸ਼ਟੀ ਦੇ ਜੀਵਾਂ ਦਾ ਨਾਸ ਵੀ ਹੋ ਜਾਏ ਪਰ ਬਾਣੀ ਸਦਾ ਹੀ ਰਹੇਗੀ ਮੇਰੇ ਸਰੂਪ ਤੇ ਜਾਂ ਤੇ ਹਦੀਰਗ ਸਾਡੇ ਸਰੂਪ ਨਾਲੋਂ ਵੀ ਵੱਡੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਕਿੱਡਾ ਵੱਡਾ ਸਨਮਾਨ ਆਖੋ ਵਾਹਿਗੁਰੂ ਕਿ ਸਾਡੇ ਨਾਲੋਂ ਵੀ ਜੇ ਵੱਡਾ ਰਤਮਾ ਨਾ ਤਾਂ ਬਾਣੀ ਦਾ ਰਤਵਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਦਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਜੈਸੀ ਮ ਆਵੇ ਖਸਮ ਕੀ ਬਾਣੀ ਤੈਸਲਾ ਕਰੀ ਗਿਆਨ ਵੇ ਲਾਲੋ ਇਸ ਕਰਕੇ ਗੁਰਸਿੱਖੋਂ ਸਾਡੇ ਨਾਲੋਂ ਵੀ ਉੱਤੇ ਗੁਰਬਾਣੀ ਦਾ ਥਾਂ ਹੈ ਕਿੰਨਾ ਵੱਡਾ ਕੁਰਬਾਨੀ ਦਾ ਸਨਮਾਨ ਸਤਿਕਾਰ ਸਤਗੁਰੂ ਕਰਦੇ ਐ ਸਾਹਿਬ ਜਾਨ ਅਦਾਇਬ ਕਹੈ ਇਹ ਗੁਰਸਿੱਖੋ ਸਾਹਿਬ ਦਾ ਅਰਥ ਹੁੰਦਾ ਮਾਲਕ ਪਰਮੇਸ਼ਰ ਵਾਹਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਮਾਲਕ ਸਮਝ ਕੇ ਪਰਮੇਸ਼ਰ ਦਾ ਰੂਪ ਸਮਝ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਮੇਸ਼ਾ ਆਦਬ ਅਦਬਤਾ ਭਾਵ ਹੁੰਦਾ ਮਨ ਵਿੱਚ ਡਰ ਭੈ ਰੱਖਣਾ ਪਾਣੀ ਦਾ ਡਰ ਭੈ ਰੱਖਣਾ ਗੁਰਬਾਣੀ ਦਾ ਸਤਕਾਰ ਰੱਖਣਾ ਗੁਰਬਾਣੀ ਨਾਲ ਪ੍ਰੇਮ ਕਰਨਾ ਇਸ ਕਰਕੇ ਸਦਾ ਹੀ ਆਦਬ ਸਤਕਾਰ ਰੱਖਣਾ ਹੈ ਪੂਜੋ ਚੰਦਨ ਕੇ ਸਿਰ ਕੋ ਘਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਸੇਵਾ ਕਿਵੇਂ ਕਰਨੀ ਹੈ ਚੰਦਨ ਅਤੇ ਕੇਸਰ ਨੂੰ ਘਸਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉੱਤੇ ਚੰਦਨ ਅਤੇ ਕੇਸਰ ਦਾ ਛਿੜਕਾ ਕਰਨਾ ਹਮੇਸ਼ਾ ਸੁਗੰਧੀਆਂ ਦਾ ਛਿੜਕਾ ਕਰਨਾ ਜਦੋਂ ਅੰਦਰ ਛਟਖਣ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਣ ਲੱਗਦੇ ਆ ਉਦੋਂ ਸਾਧ ਸੰਗਤ ਦੀ ਆਤਰਵੀ ਸਤਿਗੁਰੂ ਜੀ ਦੇ ਸਰੂਪ ਦੇ ਇर्द-ਗਿਰਦ ਲਾਇਆ ਜਾਂਦਾ ਹੈ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਦੀ ਸੰਗਤ ਵਿੱਚ ਬੈਠੇ ਆਪ ਜੀ ਪਹਿਲਾਂ ਛਟਖਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਵੀ ਹੈੱਡ ਗ੍ਰੰਥੀ ਰਹੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੀ ਵੀ ਲੰਮਾ ਸਮਾਂ ਸੇਵਾ ਨਿਭਾਈ ਆਪਣੇ ਹੱਤੀ ਸਿੰਘ ਸਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਸੁਗੰਧਿਤ ਵਸਤੂਆਂ ਨੂੰ ਚੜਾਉਣਾ ਕਰਦੇ ਆ। পুষ্প ਲਾਏ ਜਾਂਦੇ ਆ, ਮਾਲਾ ਪਰੋਪਰੋ ਕੇ ਅੱਗੇ ਸਜਾਈਆਂ ਜਾਂਦੀਆਂ ਹਨ। ਇਸ ਕਰਕੇ ਮਰਜਾਦਾ ਸਤਗੁਰਾਂ ਨੇ ਸਥਾਪਿਤ ਕੀਤੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਚੰਦਨ ਅਤੇ ਕੇਸਰ ਨੂੰ ਰਗੜ ਕੇ ਸੁਗੰਧਤ ਵਸਤੂਆਂ ਦਾ ਛੜਕਾਬ ਕਰਨਾ ਹੈ ਧੂਪ ਤਖਾਏ ਕੇ ਫੂਲ ਚੜਾਏ ਧੂਪ ਤਖਾਉਣੀ ਹੈ ਦੇਣੀ ਅਤੇ ਤਖਾਉਣ ਵਿੱਚ ਫਰਕ ਹੈ ਕੋਲਿਆਂ ਤੇ ਪਾ ਕੇ ਧੂਪ ਦੇਣੀ ਸਮਗਰੀ ਦੀ ਧੂਪ ਸਤਗੁਰੂ ਜੀ ਨੂੰ ਤਖਾਉਣੀ ਸੋ ਇਸ ਕਰਕੇ ਮਹਾਰਾ ਕਹਿੰਦੇ ਧੂਪ ਤਖਾਉਣੀ ਹੈ ਅੱਗੇ ਦੇਣੀ ਹੈ ਔਰ ਫੁੱਲ ਵੀ ਚੜਾਉਣੇ ਹਨ ਜੋ ਲਿਖ ਲੇ ਭਲੇ ਤਬ ਸੋਧ ਹੈ ਜਿਹੜਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖੇ ਨਾ ਉਹ ਲਿਖ ਕੇ ਚੰਗੀ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੁਧਾਈ ਕਰੇ ਕੋਈ ਲਗਾ ਮਾਤਰ ਕੰਨਾ ਸਿਹਾਰੀ ਬਿਹਾਰੀ ਬਿੰਦੀ ਔਂਕੜ ਦਲੈਂਕੜ ਆਪਣੇ ਕੋਲੋਂ ਨਾ ਲਾਵੇ ਪੂਰੇ ਕਾ ਕੀਆ ਸਭ ਕੁਝ ਪੂਰਾ ਘਟ ਵੱਧ ਕਿਛ ਨਾਹੀ ਆਪਣੇ ਕੋਲੋਂ ਲਗਾਮਾਤਰਾ ਨਹੀਂ ਲਾਉਣੀਆਂ ਆਪਣੇ ਕੋਲੋਂ ਬਿੰਦੀਆਂ ਨਹੀਂ ਲਾਉਣੀਆਂ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕੁਝ ਆਪਣੇ ਆਪ ਨੂੰ ਪੜ੍ਹੇ ਹੋਏ ਵੱਡੇ ਵਿਦਵਾਨ ਸਮਝਣ ਵਾਲੇ ਲੋਕ ਅੱਜ ਸਾਜ ਸੰਗਤ ਦੀ ਗੁਰਬਾਣੀ ਦੀ ਲਖਾਈ ਵਿੱਚ ਬਹੁਤ ਵੱਡਾ ਫਰਕ ਪਾ ਰਹੇ ਆ ਆਪਣੇ ਕੋਲੋਂ ਲਗਾਮਾਤਰਾ ਲਾ ਰਹੇ ਆ ਆਪਣੇ ਕੋਲੋਂ ਬਿੰਦੀਆਂ ਵਾਧੂ ਲਾਈ ਤੁਰੇ ਜਾਂਦੇ ਆ ਆਪਣੇ ਕੋਲੋਂ ਹੀ ਉਹਨਾਂ ਨੇ ਉਚਾਰਨ ਬਣਾ ਬਣਾ ਕੇ ਸ਼ੁੱਧ ਉਚਾਰਨ ਵਿੱਚ ਬੜਾ ਭਾਰੀ ਫਰਕ ਪਾ ਦਿੱਤਾ ਅੱਜ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਵੀ ਲਗ ਮਾਤਰ ਦੀ ਬਾਦ ਘਾਟ ਕਰਨ ਦੀ ਕਿਸੇ ਨੂੰ ਆਗਿਆ ਨਹੀਂ ਕਿ ਕੋਈ ਆਪਣੇ ਕੋਲੋਂ ਕਲਮ ਚੁੱਕ ਕੇ ਵੱਡਾ ਸਿਆਣਾ ਬਣ ਕੇ ਆਖੇ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੋਧ ਰਿਹਾ ਉਹਨਾਂ ਲੋਕਾਂ ਤੋਂ ਸਾਵਧਾਨ ਰਹਿਣਾ ਉਹਨਾਂ ਤੋਂ ਬਚ ਕੇ ਰਹਿਣਾ ਮਹਾਰਾ ਕਹਿੰਦੇ ਜਦੋਂ ਸਰੂਪ ਲਿਖਣਾ ਪਹਿਲੇ ਸਰੂਪ ਨਾਲ ਇੱਕ ਇੱਕ ਲਗ ਮਾਤਰ ਨੂੰ ਮੇਲ ਕੇ ਅੱਖਰਾਂ ਨੂੰ ਮੇਲ ਕੇ ਪੂਰੀ ਸੁਧਾਈ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੰਗੀ ਤਰ੍ਹਾਂ ਲਿਖ ਕੇ ਸਾਰੀ ਸੁਧਾਈ ਕਰਨੀ ਹੈ ਆਪਣੇ ਕੋਲੋਂ ਕੋਈ ਵੀ ਅੱਖਰ ਵੱਧ ਘਟ ਨਾ ਲਗਾ ਮਾਤਰਾ ਨਾ ਅੱਖਰਾਂ ਦੀ ਬਣਤਰ ਕੋਈ ਵੀ ਆਪਣੇ ਕੋਲੋਂ ਵੜਾ ਕੇ ਨਹੀਂ ਲਾਉਣੀ ਅੱਖਰ ਸੋਨ ਲੱਗ ਕੀ ਚੁੱਕਸਾਈ ਚੌਕਸੇ ਅੰਨੀ ਰੱਖਣੀ ਹੈ ਕਿ ਇੱਕ ਅੱਖਰ ਵੀ ਆਪਣੇ ਕੋਲੋਂ ਵਾਧੂ ਨਹੀਂ ਪਾਉਣਾ ਭੁੱਲ ਕੇ ਵੀ ਪਾਠ ਸਮਸਤ ਕਰੈ ਬੁੱਧ ਸੋ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪੂਰਾ ਲਿਖਿਆ ਜਾਏ ਫੇਰ ਉਹਦਾ ਪਾਠ ਵੀ ਬੜੇ ਧਿਆਨ ਨਾਲ ਕਰੇ ਅੱਜ ਵੀ ਗੁਰਸਿੱਖ ਸਰੂਪ ਲਿਖਦੇ ਆ ਪ੍ਰਸਾਦ ਸਿੰਘ ਜੀ ਸੁਧਾਈ ਵੱਲੋਂ ਬੜਾ ਵਿਸੜਾਪਣ ਰੱਖਦੇ ਆ। ਪ੍ਰਾਤਨ ਗੁਰਸਖੇ ਇਸ ਤਰ੍ਹਾਂ ਨਹੀਂ ਕਰਦੇ ਸਨ। ਪ੍ਰਾਤਨ ਗੁਰਸਿੱਖ ਮਸਾਂ ਮਸਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਦੇ ਸਨ ਔਰ ਫੇਰ ਦੂਜੇ ਹੱਥ ਲਿਖਤ ਸਰੂਪਾਂ ਦੇ ਨਾਲ ਉਹਨਾਂ ਦੇ ਪਾਠ ਮੇਲਣੇ ਫੇਰ ਕਈ ਕਈ ਸਹਿਜ ਪਾਠ ਨਾਲ ਮੇਲ ਕੇ ਕਰਨੇ। ਆਬਿਆਂ ਬੈਠ ਕੇ ਨਾਲ ਦੂਜੇ ਸਿੰਘਾਂ ਨੂੰ ਸਰੂਪ ਪ੍ਰਕਾਸ਼ ਕਰਾ ਕੇ ਇੱਕ ਇੱਕ ਲਗ ਮਾਤਰ ਦਾ ਪਾਠ ਸਾਰਾ ਸੁਣਾਉਣਾ ਜਦੋਂ ਮੰਗਲ ਬਦਲੇ ਗਏ ਸਨ ਉਦੋਂ ਵੀ ਮਹਾਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਜੀ ਦੀ ਗਵਾਈ ਵਿੱਚ ਸਾਰੇ ਪੰਥ ਨੇ ਫੈਸਲਾ ਲਿਆ ਸੀ ਕਿ ਮੰਗਲਾਂ ਨੂੰ ਠੀਕ ਕਰਨ ਵਾਸਤੇ ਇਹ ਦੁਬਾਰਾ ਸਰੂਪ ਦੀ ਸੁਧਾਈ ਕੀਤੀ ਜਾਏ ਸਾਥ ਸੰਗਤ ਜੀ ਉਦੋਂ ਮਹਾਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਦੀ ਡਿਊਟੀ ਸ੍ਰੀ ਅੰਮਰ ਸਰ ਸਾਹਿਬ ਵਿਖੇ ਲਾਈ ਗਈ ਨਾਲ ਸਿੰਘਾਂ ਨੂੰ ਦੇਖ ਕੇ ਕਿ ਸਾਰੀ ਬਾਣੀ ਦੀ ਸੁਧਾਈ ਕਰਨੀ ਫਿਰ ਪੋਥੀਆਂ ਪ੍ਰਕਾਸ਼ ਕਰਕੇ ਸਰੂਪ ਨਾਲ ਹੋਰ ਹੱਥ ਲਿਖਤ ਪ੍ਰਕਾਸ਼ ਕਰਕੇ ਸਿੰਘ ਤਾਬਿਆ ਬੈਠ ਕੇ ਇੱਕ ਇੱਕ ਲਗਦਾ ਉਚਾਰਨ ਕਰਦੇ ਸਨ ਇੱਕ ਇੱਕ ਅੱਖਰ ਦਾ ਫਿਰ ਅੱਗੇ ਉਹਨਾਂ ਸਰੂਪਾਂ ਤੋਂ ਬਾਣੀ ਨੂੰ ਲਿਖ ਲੈ ਕੇ ਫਿਰ ਉਹ ਸਾਰੀ ਸੁਧਾਈ ਕੀਤੀ ਗਈ ਸੀ ਉਹ ਪਹਿਲਾ 500 ਸਰੂਪ ਛਾਪਿਆ ਗਿਆ ਸੀ ਬੜੀ ਮਹਿਮਤ ਮੁਸ਼ਕਤ ਦੇ ਨਾਲ ਜਦੋਂ ਮੰਗਲ ਠੀਕ ਹੋਏ ਸਨ ਉਹਨਾਂ ਚੋਂ ਇੱਕ ਸਰੂਪ ਅੱਜ ਵੀ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਸੁਭਾਏਮਾਨ ਵੱਖਰੇ ਵੱਖਰੇ ਵਿਰਲਿਆਂ ਥਾਮਾਂ ਤੇ ਸਰੂਪ ਅੱਜੇ ਵੀ ਦਰਸ਼ਨ ਕਰਨ ਨੂੰ ਮਿਲਦੇ ਐ ਸਰੋਹ ਵਿਚਾਰ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਐ ਕਿ ਸਾਰਾ ਪਾਠ ਬੜੀ ਬੁੱਧ ਦਾ ਭਾਵ ਐ ਬੜੀ ਸਿਆਣਪ ਨਾਲ ਬੜੇ ਧਿਆਨ ਨਾਲ ਕਰਨਾ ਵੇਸਲਾ ਪੜ੍ਹਨ ਗੈਲੀ ਨਹੀਂ ਕਰਨੀ ਦਲਾਮਾਂ ਦੀ ਥਾਂ ਤੇ ਦਲਾਮਾਂ ਲਾਈ ਜਾਓ ਦਲਾਮਾਂ ਦੀ ਥਾਂ ਤੇ ਲਾਵਾਂ ਹੀ ਲਾਈ ਜਾਓ ਇਸ ਕਰਕੇ ਬੜੇ ਧਿਆਨ ਨਾਲ ਸਾਰਾ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤੋਂ ਕਰਨਾ ਜਦੋਂ ਲਿਖਿਆ ਜਾਏ ਵਿਕ ਪੂਰਬ ਕੇ ਸੰਭਲੇ ਬਨਾਈ ਜਦੋਂ ਪਹਿਲੇ ਸਰੂਪ ਦੇ ਨਾਲ ਇਹਨ ਪੂਰਾ ਸਹੀ ਸੋਧਿਆ ਜਾਏ ਹੇ ਹੁਣ ਕੋਈ ਲਗ ਮਾਤਰਾ ਵਿੱਚ ਫਰਕ ਨਹੀਂ ਰਹਿ ਗਿਆ ਆਪ ਤੇ ਘਾਟ ਨਾ ਬਾਦ ਕਰ ਆਪਣੇ ਕੋਲੋਂ ਘਟ ਵੱਧ ਨਹੀਂ ਕੋਈ ਕਰਨਾ ਨਾ ਲਿਖਣਾ ਹੀ ਨਾ ਕੋਈ ਵਾਧੂ ਲਗ ਮਾਤਰਾ ਲਾਉਣੀਆਂ ਹਨ ਜੇ ਕਰੇ ਹੋਏ ਮੂਰਖ ਸੋ ਪਛਤਾਈ ਆਖੋ ਸੰਗਤ ਦੀ ਵਾਹਿਗੁਰੂ ਮਾਰਾ ਕਹਿੰਦੇ ਜਿਹੜਾ ਵੱਧ ਘਟ ਕਰੇਗਾ ਨਾ ਆਪਣੇ ਕੋਲੋਂ ਉਹ ਮੂਰਖ ਹੋਏਗਾ ਔਰ ਉਹਨੂੰ ਪਛਤਾਪ ਦੀ ਜ਼ਿੰਦਗੀ ਗੁਜ਼ਾਰਨੀ ਪਾਏਗੀ ਉਹ ਦੁੱਖਾਂ ਵਿੱਚ ਹੀ ਫਸਿਆ ਰਹੇਗਾ ਜਿਨੇ ਜਿਨੇ ਬਾਣੀ ਦੇ ਵਿੱਚ ਬਾਦ ਘਾਟ ਕੀਤੀ ਨਾ ਕੋਈ ਸੁਖੀ ਨਹੀਂ ਰਿਹਾ ਅੱਜ ਤੱਕ ਸਾਧ ਸੰਗਤ ਜੀ ਸਭ ਨੇ ਦੁੱਖ ਹੀ ਪਾਏ ਐ ਇੱਥੇ ਵੀ ਵਾਹਿਗੁਰੂ ਦੀ ਦਰਗਾਹ ਵਿੱਚ ਵੀ ਉਹਨਾਂ ਨੂੰ ਐਸਾ ਡੰਨ ਮਿਲਿਆ ਉਹਨਾਂ ਨੇ ਦੁੱਖ ਹੀ ਭੋਗੇ ਐ ਇਸ ਕਰਕੇ ਕੋਈ ਵੀ ਵੱਦ ਘਟ ਨਹੀਂ ਕਰ ਸਕਦਾ ਜਿਹੜਾ ਕਰੇਗਾ ਉਹ ਮੂਰਖਤਾਈ ਕਰਕੇ ਜੇ ਕੋਈ ਕਰੇਗਾ ਉਹ ਪਛਤਾਪ ਦੋਨੋਂ ਝਾਨਾਂ ਵਿੱਚ ਉਸ ਨੂੰ ਪਛਤਾਪੀ ਕਰਨਾ ਪਵੇਗਾ ਔਰ ਬਣਾਏ ਨਵੋ ਨਾ ਲਿਖੇ ਔਰ ਹੋਰ ਆਪਣੇ ਕੋਲੋਂ ਨਵਾਂ ਬਣਾ ਬਣਾ ਕੇ ਬਾਣੀ ਨਾ ਲਿਖੇ ਜੋ ਬਾਣੀ ਸਤਿਗੁਰਾਂ ਨੇ ਲਿਖੀ ਆ ਉਸੇ ਨੂੰ ਉਸੇ ਤਰ੍ਹਾਂ ਲਿਖਣਾ ਕਰੇ ਵਿੱਚ ਕਾਬਰ ਚੈ ਸੁਰਾ ਚਾਉ ਪ੍ਰਥਕਾਈ ਜੋ ਸਤਿਗੁਰਾਂ ਨੇ ਪਹਿਲਾਂ ਬਾਣੀ ਰਚੀ ਐ ਕਾਬ ਰਚਨਾ ਵਿੱਚ ਰਚੀ ਐ ਜਿਵੇਂ ਰਚੀ ਐ ਉਸੇ ਤਰ੍ਹਾਂ ਹੀ ਸਰੂਪਾਂ ਦੇ ਅੱਗੇ ਉਤਾਰੇ ਕਰਨੇ ਆ ਕੋਈ ਕਵਤਨੀ ਆਪਣੇ ਵੱਲੋਂ ਵੱਖਰੀ ਰਚਣੀ ਕੋਈ ਕਵਤਾ ਕੋਲੋਂ ਬਣਾ ਕੇ ਨਹੀਂ ਵਿੱਚ ਪਾਉਣੀ ਜਾਂ ਉਹਦੀ ਬਾਣੀ ਵਰਗੀ ਕਵਤਾ ਬਣਾ ਕੇ ਵੀ ਨਹੀਂ ਲਿਖਣੀ ਜੇ ਕੋਈ ਕਵੇ ਮੈਂ ਓਮੇਕਾਬ ਵਿੱਚ ਕਵਤਾ ਵਿੱਚ ਲਿਖ ਕੇ ਰੱਟ ਕੇ ਵੱਖਰਾ ਵਿੱਚ ਆਪਣੇ ਵੱਲੋਂ ਆਪਣੀ ਸਿਆਣਪ ਕੋਟ ਕੇ ਵਿੱਚ ਹੋਰ ਨਮਾ ਪਾ ਦਿਆਂ ਮਾਰਾ ਕਹਿੰਦੇ ਕਿਸੇ ਨੂੰ ਹਰ ਗਿਜ ਕਦੇ ਵਾਸਤੇ ਵੀ ਐਸੀ ਆਗਿਆ ਨਹੀਂ ਆ 14 ਲੋਕ ਤੇ ਹੋਏ ਬਲੀ ਸਾਧ ਸੰਗਤ ਜੀ ਹੁਣ ਸੁਣੋ ਨੌਵੇਂ ਪਾਤਸ਼ਾਹ ਜੀ ਬਾਤ ਬਚਨ ਕਹਿ ਰਹੇ ਐ 14 ਲੋਕਾਂ ਵਿੱਚੋਂ ਜੋ ਸਭ ਤੋਂ ਵੱਡਾ ਬਲੀ ਬਹਾਦਰ ਹੋਵੇਗਾ ਬਲ ਕੋ ਜਰ ਜਾਇ ਰਦੇ ਮਹੋ ਜੋਈ ਪਰਮੇਸ਼ਰ ਦੀ ਸਾਰੀ ਸ਼ਕਤੀ ਨੂੰ ਜਿਹੜਾ ਹਿਰਦੇ ਵਿੱਚ ਸਹਾਰ ਲਵੇਗਾ ਸ਼ਕਤੀਆਂ ਸਹਾਰਨੀਆਂ ਬੜੀਆਂ ਕਠਨਾ ਬੰਦੇ ਨੂੰ ਥੋੜੀ ਜੀ ਕੋਈ ਸ਼ਕਤੀ ਮਿਲ ਜੇ ਨਾ ਬੰਦਾ ਹੰਕਾਰ ਵਿੱਚ ਭਰਿਆ ਨਹੀਂ ਸਮਾਉਂਦਾ ਪਰ ਜਿਹੜਾ ਸਾਰੀਆਂ ਸ਼ਕਤੀਆਂ ਨੂੰ ਆਦਰ ਨੂੰ ਜਰ ਜਾਣ ਵਾਲਾ ਹੋਵੇ ਸੋ ਉਪਕਾਰ ਕੇ ਕਾਰਨ ਕੋ ਜਿਹੜਾ ਹਿਰਦੇ ਵਿੱਚ ਆਦਰ ਜਰਨ ਦੀ ਸਮਰੱਥਾ ਸ਼ਕਤੀ ਰੱਖਦਾ ਹੋਵੇ ਉਹ ਪਰ ਉਪਕਾਰ ਕਰਨ ਵਾਸਤੇ ਜੀਵਾਂ ਦਾ ਕਲਯੁਗ ਦੇ ਲੋਕਾਂ ਦਾ ਉਧਾਰ ਕਰਨ ਵਾਸਤੇ ਭਲਾ ਕਰਨ ਵਾਸਤੇ ਸਿਰ ਦੇ ਹੋਏ ਸਮੁਖ ਧੀਰ ਤਰੋਈ ਜਿਹੜਾ ਇੰਨਾ ਧੀਰਜ ਧਾਰੀ ਹੋਵੇ ਨਾ ਕਿ ਧਰਮ ਦੀ ਖਾਤਰ ਆਪਣਾ ਸਿਰ ਦੇਣ ਲੱਗਿਆਂ ਵੀ ਡੋਲੇ ਨਾ ਇੰਨਾ ਧੀਰਜ ਧਾਰੀ ਹੋਵੇ ਧਰਤੀ ਤਾਂ ਡੋਲ ਜਾਵੇ ਪਰ ਉਹਦਾ ਧੀਰਜ ਨਾ ਕਦੇ ਡੋਲਣਾ ਕਰੇ ਇੰਨਾ ਧੀਰਜवान ਹੋਵੇ ਤੇ ਧਰਮ ਦੀ ਰੱਖਿਆ ਲਈ ਆਪਣਾ ਸਿਰ ਦੇ ਦੇਵੇ ਆਪਣੀ ਬਾਣੀ ਚੜਾਵੇ ਸੋ ਇੱਕ ਓਏ ਇੱਕ ਆਪਣੀ ਬਾਣੀ ਇਹਦੇ ਵਿੱਚ ਚੜਾਉਣਗੇ ਕੌਣ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਹਿਲੇ ਹੀ ਬਚਨ ਕਰਤੇ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੋਈ ਸ਼ੰਕਾ ਕੱਲ ਨੂੰ ਕਰੇ ਕਿ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਕਿਉਂ ਸ਼ਾਮਲ ਕੀਤੀ ਗਈ ਬਾਅਦ ਵਿੱਚ ਉਹ ਸ਼ੰਕਾ ਮੇਟ ਰਏ ਆ ਧੰਨ ਗੁਰੂ ਅਰਜਨ ਦੇਵ ਜੀ ਭਵਿੱਖਤ ਬਚਨ ਕਰ ਰਹੇ ਆ ਗੁਰਸਿੱਖਾਂ ਵਿੱਚ ਕੇ ਗੁਰ ਸਿੱਖੋ ਕੇਵਲ ਇੱਕ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚ ਬਾਣੀ ਚੜਾਉਣਗੇ ਜਿਨ੍ਹਾਂ ਦੀ ਬਾਣੀ ਦਸਮ ਪਿਤਾ ਜੀ 101 ਕੋ 1 ਕੋ 101 101 ਨੌਵੇਂ ਪਾਤਸ਼ਾਹ ਰਟਣਗੇ ਦਸਵੇਂ ਪਾਤਸ਼ਾਹ ਇੱਕ ਉਹ ਬਾਣੀ ਸਾਡਾ ਅਖੀਰਲਾ ਇੱਕ ਸਰੂਪ ਜਿਹੜਾ ਦਸਵਾਂ ਹੋਏਗਾ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੀ ਬਾਣੀ ਨੂੰ ਦਰਜ ਕਰੇਗਾ ਇਸ ਕਰਕੇ ਉਹਨਾਂ ਦੀ ਬਾਣੀ ਕੇਵਲ ਚੜ੍ਹੇਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੋਰ ਕਿਸੇ ਦੀ ਬਾਣੀ ਨਹੀਂ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਹੋਏਗੀ ਹੋਏ ਇਸੋਂ ਨਾ ਦੂਸਰ ਕੋਈ ਹੋਰ ਕਿਸੇ ਦੂਸਰੇ ਦੀ ਬਾਣੀ ਦਰਜ ਨਹੀਂ ਕੀਤੀ ਜਾਏਗੀ ਕਦੇ ਵਾਸਤੇ ਵੀ ਪੂਜਾ ਜੋ ਇਸ਼ਤਾਰ ਸੋ ਪੂਜ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਸ਼ਰਦਾ ਨਾਲ ਕਰੇਗਾ ਜੋ ਵੀ ਇੱਛਾ ਧਾਰ ਕੇ ਸੇਵਾ ਕਰੇਗਾ ਪੂਜਾ ਕਰੇਗਾ ਸਨਮਾਨ ਕਰੇਗਾ ਸ਼ਰੇ ਲਹਿ ਜਮ ਪੀਰ ਨਾ ਹੋਈ ਸੰਗਤ ਜੀ ਮਾਰਾ ਕਹਿੰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਤੇ ਸੇਵਾ ਕਰਨ ਵਾਲਿਆਂ ਨੂੰ ਮੁਕਤੀ ਮਿਲੇਗੀ ਮੁਕਤੀ ਦੀ ਦਾਖ ਔਰ ਕਲਿਆਣ ਉਹਨਾਂ ਦੀ ਹੋਏਗੀ ਸਾਰੇ ਸੁੱਖ ਉਹਨਾਂ ਨੂੰ ਮਿਲਣਗੇ ਜਮਾਂ ਦੀ ਪੀੜਾ ਨਹੀਂ ਕਦੇ ਉਹਨਾਂ ਦੇ ਨੇੜੇ ਆਏਗੀ ਜਮ ਨਹੀਂ ਉਹਨਾਂ ਨੂੰ ਚਿੰਬੜੇਗਾ 베ਦ ਪੁਰਾਨ ਮਹਾਨ ਮਹਾਤਮ 베ਦਾਂ ਤੇ ਪੁਰਾਨਾਂ ਦਾ ਬੜਾ ਮਹਾਤਮ ਹੈ 베ਦਾਂ ਪੁਰਾਨਾਂ ਵਿੱਚ ਮਹਾਨ ਮਹਾਤਮ ਕਿਹਦਾ ਕੀਤਾ ਪਰਮੇਸ਼ਰ ਦਾ ਵਾਹਿਗੁਰੂ ਦੀ ਮਹਿਮਾ ਕੀਤੀ ਗਈ ਹੈ ਚਾਹੇ ਬਖਾਨ ਕਰੇ ਸਮੁਦਾਏ ਸਾਰੇ 베ਦਾਂ ਤੇ ਪ੍ਰਾਨ ਇੱਕ ਪਰਮੇਸ਼ਰ ਦਾ ਉਸ ਦੀ ਮਹਿਮਾ ਦਾ बखਿਆਨ ਕਰਦੇ ਆਂ ਅੰਤ ਨ ਪਾਵ ਸੇਸ਼ਨ ਸ਼ਾਰਦ ਜਿਸ ਵਾਹਿਗੁਰੂ ਦਾ ਸੇਸ਼ਨਾਗ ਵੀ ਸ਼ਾਰਦ ਸ੍ਰਸਤੀ ਵੀ ਅੰਤ ਨਹੀਂ ਪਾ ਸਕਦੇ ਨੇਤ ਹੀ ਨੇਤ ਅਸ਼ੇਸ਼ ਬਤਾਏ ਇਹ ਸਾਰੇ ਅਤੇ ਵੇਦ ਵੀ ਜਿਸ ਪਰਮੇਸ਼ਰ ਨੂੰ ਬਿਆਨਤ ਬਿਆਨਤ ਆਖਦੇ ਆ ਜੋ ਸਰਬਉਤਮ ਜੋ ਸਰਬਾਸਰੇ ਜੋ ਸਾਰਿਆਂ ਤੋਂ ਵੱਡਾ ਤੇ ਸਾਰਿਆਂ ਨੂੰ ਜਿਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦਾ ਆਸਰਾ ਹੈ ਤਾਂ ਹੀ ਕੇ ਨਾਮ ਇਸੀ ਮਹਿਗਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੀ ਹੈ ਕਹਿੰਦੇ ਉਸ ਪਰਮੇਸ਼ਰ ਦੇ ਨਾਮ ਦੀ ਮਹਿਮਾ ਕੀਰਤੀ ਗਾਈ ਗਈ ਹੈ ਕੀਤੀ ਗਈ ਹੈ ਤਾਂ ਜਿਹੜੇ ਸਭ ਤੋਂ ਉੱਤਮ ਹੋਏ ਹੈ ਵਾਹਿਗੁਰੂ ਦੇ ਭਗਤ ਔਰ ਜੋ ਵੀ ਵਾਹਿਗੁਰੂ ਦੇ ਪਿਆਰੇ ਉਹਨਾਂ ਦੇ ਨਾਮਾਂ ਦਾ ਹੀ ਵਰਣ ਕੀਤਾ ਹੈ ਨਾਮ ਸੁਨਾਮੀ ਕੋ ਭੇਦ ਨਹੀਂ ਨਾਮ ਦਾ ਤੇ ਨਾਮੀ ਦਾ ਕੋਈ ਫਰਕ ਨਹੀਂ ਹੋਇਆ ਕਰਦਾ ਇਹ ਮੂਰਤ ਸ੍ਰੀ ਕਰਤਾਰ ਸੁਹਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੀ ਹੈ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ 14 ਲੋਕਾਂ ਦੇ ਵਿੱਚ ਇਹੀ ਸੋਭ ਨੀਕ ਹੋਣਗੇ ਸਦਾ ਵਾਸਤੇ ਇਹ ਤੱਕ ਗ੍ਰੰਥ ਅਦਾਇਬ ਰੱਖ ਹੈ ਜਿੰਨਾ ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਬ ਸਤਕਾਰ ਰੱਖੇਗਾ ਤੇ ਤੱਕ ਹੀ ਫਲ ਪਾਵਹਿ ਗੋ ਉਹਨਾਂ ਹੀ ਫਲ ਉਹਨੂੰ ਜੀਵਨ ਵਿੱਚ ਮਿਲ ਜਾਏਗਾ ਆਖੋ ਸੰਗਤ ਦੀ ਵਾਹਿਗੁਰੂ ਮਹਾਂਪੁਰਖ ਸੰਤ ਗਿਆਨੀ ਕਰਤਾਰ ਸਿੰਘ ਦੀ ਖਾਲਸਾ ਜੀ ਕਿਹਾ ਕਰਦੇ ਸਨ ਜਿੰਨਾ ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਕਰੇਗਾ ਉਹਨਾਂ ਹੀ ਸਤਕਾਰ ਦੁਨੀਆ ਵਿੱਚ ਉਹਦਾ ਹੋਏਗਾ ਜਿੰਨੀ ਕੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਕਰੇਗਾ ਉੰਨੀ ਉਹਦੀ ਪੂਜਾ ਹੋ ਜਾਏਗੀ ਜੇ ਨਾਨਕ ਸਤਗੁਰੂ ਪੂਜਿਆ ਤਿੰਨ ਹਰ ਪੂਜ ਕਰਾਵਾ ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਸੇਵਾ ਕਰਨ ਵਾਲਾ ਸਾਰੇ ਫਲ ਇਥੋਂ ਪ੍ਰਾਪਤ ਕਰ ਲਵੇਗਾ ਧੂਪ ਧੁਕਾਏ ਕੁਸਾਏ ਕ ਚੰਦਨ ਧੂਪ ਦੇਣੀ ਔਰ ਚੰਦਨਾਦਕ ਕਸਾ ਕੇ ਕੇਸਰ ਕੋ ਅਰਚਾ ਵਹ ਕੋ ਔਰ ਕੇਸਰ ਦੇ ਸਮੇਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਹ ਸਾਰਾ ਚੰਦਨ ਕੇਸਰ ਲਾਉਣਾ ਅਤੇ ਧੂਪ ਧਕਾਉਣੀ ਹੈ ਦੇਣੀ ਹੈ ਭਾਵਨੀ ਧਾਰਕ ਹੈ ਚਾਹੇ ਉਮਾਹਤ ਔਰ ਭਾਵਨਾ ਧਾਰਕ ਹੈ ਚਾਹ ਨਾਲ ਖੁਸ਼ੀ ਨਾਲ ਇਹ ਸਾਰੀਆਂ ਸੇਵਾਵਾਂ ਕਰਨੀਆਂ ਹਨ ਤੇ ਉਸ ਪ੍ਰਤੀ ਦਰਸავਹਿ ਗੋ ਦਿਨ ਪ੍ਰਤ ਦਿਨ ਭਾਵ 24 ਘੰਟਿਆਂ ਵਿੱਚ ਇੱਕ ਵੇਰੀ ਹਰ ਗੁਰਸਿੱਖ ਮਾਈ ਭਾਈ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਵੇਰੀ ਜ਼ਰੂਰ ਦਰਸ਼ਨ ਕਰਨੀ ਹੈ ਇਹ ਹੁਕਮ ਹੈ ਸਤਿਗੁਰੂ ਜੀ ਦਾ ਪਾਠ ਕਰੈ ਕ ਸੁਣੈ ਮਨ ਏਕ ਹੋਇ ਜਦੋਂ ਪਾਠ ਕਰਨਾ ਇੱਕ ਮਨ ਹੋ ਕੇ ਕਰਨਾ ਇੱਕ ਮਨ ਹੋ ਕੇ ਸੁਣਨਾ ਹੈ ਅਦਾਪਨ ਖੰਪੜ ਸਾਹਿਬ ਸਹਿਨ ਪਾਠ ਕਰਾਉਂਦੇ ਹਾਂ ਸੁਣਦਾ ਕੋਈ ਵਿਰਲਾਈ ਹੈ ਕਰਾਓ ਵੀ ਸੁਣੋ ਵੀ ਸੁਣਨ ਦਾ ਵੀ ਤੇ ਕਰਾਉਣ ਦਾ ਵੀ ਦੋਨਾਂ ਦਾ ਹੀ ਹੁਕਮ ਹੈ ਇਸ ਕਰਕੇ ਮਹਾਰਾ ਕਹਿੰਦੇ ਭਾਈ ਇੱਕ ਮਨ ਹੋ ਕੇ ਸੁਣਨਾ ਇੱਕ ਮਨ ਹੋ ਕੇ ਬਾਣੀ ਪੜ੍ਹਨੀ ਹੈ ਜਦੋਂ ਇੱਕ ਮਨ ਹੋਏਗਾ ਨਾ ਬਾਣੀ ਕਦੇ ਗਲਤ ਨਹੀਂ ਪੜ੍ਹੇਗਾ ਗਲਤੋ ਚਾਰ ਨਹੀਂ ਕਰੇਗਾ ਜਿਹੜਾ ਇੱਕ ਮਨ ਸੁਨੇਗਾ ਉਹ ਗੁਰਬਾਣੀ ਦਾ ਅੱਖਰ ਅੱਖਰ ਉਹਦੇ ਹਿਰਦੇ 'ਚ ਵਸ ਜਾਏਗਾ ਇਸ ਕਰਕੇ ਮਰਜਾਦਾ ਹੈ ਹੀ ਉਪਦੇਸ਼ ਵਸਾ ਬਹ ਕੋ ਕਿਉਂ ਐਸਾ ਉਪਦੇਸ਼ ਜੋ ਬਾਣੀ ਵਿੱਚ ਕੀਤਾ ਗਿਆ ਉਹ ਉਪਦੇਸ਼ ਹਿਰਦੇ ਵਿੱਚ ਵਸਾਉਣਾ ਸਿੱਖ ਨੇ ਏਕ ਮਨ ਹੋ ਕੇ ਪਾਠ ਕਰ ਲਵੇ ਸੁਣ ਲਵੇ ਨਾ ਮਹਾਰਾ ਕਹਿੰਦੇ ਗੁਰਬਾਣੀ ਦਾ ਉਪਦੇਸ਼ ਉਹਦੇ ਮਨ ਵਿੱਚ ਵਸ ਜਾਏਗਾ ਦੇਖਤ ਹੀ ਕਰ ਜੋਰ ਦਉ ਮਨ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਕਿਤੋਂ ਵੀ ਦਰਸ਼ਨ ਹੋ ਜਾਣ ਨਾ ਇੱਕ ਮਨ ਹੋ ਕੇ ਦੋਨੋਂ ਆਦਬ ਦੇ ਵਿੱਚ ਹੱਥ ਜੋੜ ਲੈਣੇ ਆ ਨਮਰ ਹੋਵੇ ਸਿਰ ਨਵਾਵਹ ਗੋ ਭਰਤੀ ਤੇ ਸਿਰ ਲਾ ਕੇ ਨਮਸਕਾਰ ਕਰਨੀ ਜਦੋਂ ਵੀ ਕਿਤੇ ਮਹਾਰਾਸ਼ੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਹੋ ਜਾਣ ਮਰਜ਼ਾਦਾ ਇਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਰਸਤੇ ਵਿੱਚ ਨਗਰ ਵਿੱਚ ਬਾਜ਼ਾਰ ਵਿੱਚ ਕਿਤੇ ਜਾਂਦੇ ਆ ਸਿੰਘ ਲਈ ਜਾਂਦੇ ਆ ਨਾ ਉਸੇ ਵਕਤ ਦਰਸ਼ਨ ਹੁੰਦੇ ਆ ਸਾਰ ਜੋੜਾ ਲਾ ਕੇ ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਖੜ ਜਾਣਾ ਜਿੰਨਾ ਚਿਰ ਦਰਸ਼ਨ ਹੋਈ ਜਾਂਦੇ ਆ ਦਰਸ਼ਨ ਕਰਨੇ ਜਦੋਂ ਓਲੇ ਮਹਾਰਾਜ ਦਾ ਸਰੂਪ ਹੋਦਾ ਹੈ ਫਿਰ ਨਮਸਕਾਰ ਹੋ ਕਰਕੇ ਫਿਰ ਪਾਸੇ ਜਾਣਾ ਸੋ یوں ਭਾਈ ਮਹਾਰਾਜ ਦਾ ਸਤਕਾਰ ਕਰਨਾ ਹੈ ਔਰਨ ਕੋ ਉਪਦੇਸ਼ ਕਰੇ ਹੋਰਾਂ ਨੂੰ ਵੀ ਗੁਰਬਾਣੀ ਦਾ ਉਪਦੇਸ਼ ਦੇਣਾ ਕਰੇ ਗੁਰਸਿੱਖ ਲਿਖ ਆਪ ਇਸੇ ਕੋ ਲਖਾ ਵਹ ਗੋ ਆਪ ਵੀ ਲਖੇ ਦੂਜਿਆਂ ਕੋਲੋਂ ਵੀ ਲਖਵਾਵੇ ਗੁਰਬਾਣੀ ਨੂੰ ਪ੍ਰਚਾਰਨ ਵਾਸਤੇ ਸੰਗਤਾਂ ਲਈ ਪ੍ਰੇਮ ਕਰੇ ਘਰ ਮੈਂ ਅਸਥਾਪ ਹੈ ਪ੍ਰੇਮ ਕਰਕੇ ਆਪਣੇ ਘਰ ਵਿੱਚ ਵੀ ਗੁਰਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੱਖ ਸਕਦੇ ਆ ਘਰ ਵਿੱਚ ਵੀ ਇਸਥਾਪਨ ਕਰ ਸਕਦੇ ਹੋ ਪ੍ਰਸਾਦ ਸੰਗਤ ਜੀ ਦੇ ਇਸ ਘਰ ਵਿੱਚ ਮਹਾਰਾਜ ਦਾ ਸਰੂਪ ਸਥਾਪਨ ਕਰਨਾ ਨਾ ਉੱਥੇ ਮਰਜਾਦਾ ਦਾ ਵੀ ਖਿਆਲ ਰੱਖਣਾ ਇਹ ਨਹੀਂ ਕਿ ਉੱਥੇ ਸ਼ਰਾਬ ਮਾਸ ਵਰਤੀ ਜਾਂਦਾ ਉੱਥੇ ਟੈਲੀਵਿਜ਼ਨ ਚੱਲੀ ਜਾਂਦੇ ਆ ਉੱਥੇ ਝੂਠ ਝੂਠ ਚੱਲੀ ਜਾਂਦੀ ਹੈ ਤੇ ਮਹਾਰਾਜ ਦਾ ਸਰੂਪ ਵੀ ਘਰ ਵਿੱਚ ਰੱਖਿਆ ਜੇ ਇਹੋ ਜੀਆਂ ਕਤਾਈਆਂ ਕਰਨੀਆਂ ਫੇਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਕਦੇ ਘਰ ਵਿੱਚ ਰੱਖਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਭ ਤੋਂ ਉੱਚੀ ਥਾਂ ਤੇ ਔਰ ਘਰ ਨੂੰ ਗੁਰੂ ਘਰ ਦੀ ਮਰਜ਼ਾਦਾ ਮੁਤਾਬਕ ਭੈ ਭਾਵ ਨਹੀਂ ਬਣਾ ਕੇ ਰੱਖਣੀ ਹੈ ਤਾਂ ਘਰ ਵਿੱਚ ਤੁਸੀਂ ਸਰੂਪ ਰੱਖ ਸਕਦੇ ਹੋ ਨਹੀਂ ਸਰੂਪ ਘਰ ਵਿੱਚ ਨਹੀਂ ਕੁੱਟ ਕੇ ਰੱਖ ਲਓ ਪੋਥੀਆਂ ਰੱਖ ਲਓ ਗੁਟਕੇ ਔਰ ਪੋਥੀਆਂ ਦਾ ਵੀ ਪੂਰਾ ਆਦਬ ਸਤਕਾਰ ਝੂਠੇ ਹੱਥ ਨਹੀਂ ਲਾਉਣੇ ਪੈਰਾਂ ਵਾਲੇ ਪਾਸੇ ਨਹੀਂ ਰੱਖਣਾ ਨੀਵੀਂ ਥਾਂ ਤੇ ਨਹੀਂ ਰੱਖਣਾ ਉੱਚੀ ਥਾਂ ਤੇ ਪੋਥੀਆਂ ਤੇ ਗੁਟਕੇ ਰੱਖਣੇ ਆ ਝੂਠੇ ਹੱਥ ਨਹੀਂ ਥਿੰਦੇ ਮੈਲੇ ਕਦੇ ਵਾਸਤੇ ਐਸੇ ਹੱਥ ਨਹੀਂ ਲਾਉਣੇ ਬੜੇ ਸੁੰਦਰ ਰੁਮਾਲਿਆਂ ਵਿੱਚ ਸੁਖਾਸ਼ਨ ਕਰਕੇ ਗੁਟਕੇ ਤੇ ਪੋਥੀਆਂ ਨੂੰ ਰੱਖਣਾ ਦਿਨ ਪੈ ਬਾਣੀ ਆਦਮਨਾ ਧਾਰਾ ਜਾਨੋ ਸੋਣਾ ਸਿੱਖ ਹਮਾਰਾ ਜਿਹੜਾ ਬਾਣੀ ਦਾ ਆਦਬ ਸਤਕਾਰ ਨਹੀਂ ਕਰੇਗਾ ਉਹ ਸਾਡਾ ਸਿੱਖ ਨਹੀਂ ਸਤਿਗੁਰੂ ਕਹਿੰਦੇ ਇਸ ਕਰਕੇ ਭਾਈ ਘਰ ਵਿੱਚ بڑے ਆਦਮ ਨਾਲ ਸਤਿਗੁਰਾਂ ਦੇ ਸਰੂਪ ਰੱਖਣੇ ਆ। ਪਾਠ ਸੁਣੇ ਹਰ ਖਾ ਵਹ ਗੋ ਜਿਹੜਾ ਰੱਖੇ ਉਹ ਪਾਠ ਜ਼ਰੂਰ ਕਰੇ ਤੇ ਸਾਰਾ ਪਰਿਵਾਰ ਸੁਣੇ ਰੱਖਣ ਦਾ ਚਾਹ ਬਣਾ ਪਾਠ ਕੋਈ ਸੁਣਦਾ ਹੀ ਨਹੀਂ। ਜਦੋਂ ਧੰਨ ਬਾਬਾ ਗੁਰਦਿੱਤਾ ਜੀ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਰੂਪ ਜੋ ਲਿਖਵਾਏ ਸਨ ਉਹਨਾਂ ਦੀ ਸੇਵਾ ਸੰਭਾਲ ਦੀ ਡਿਊਟੀ ਬਖਸ਼ੀ ਸੀ ਉਦੋਂ ਤਿੰਨ ਵਚਨ ਕੀਤੇ ਸਨ। ਬਾਬਾ ਗੁਰਦਿੱਤਾ ਜੀ ਨੂੰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਨ੍ਹਾਂ ਦੇ ਤਖਤ ਉੱਤੇ ਆਪਾਂ ਬੈਠੇ ਹਾਂ ਜਿਨ੍ਹਾਂ ਦੇ ਤਖਤ ਦੀ ਹਾਜ਼ਰੀ ਵਿੱਚ ਹਾਜ਼ਰੀ ਭਰ ਰਹੇ ਹਾਂ ਮਹਾਰਾਜ ਜੀ ਨੇ ਕਿਹਾ ਸੀ ਇੱਕ ਬਚਨੇ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਪ੍ਰਕਾਸ਼ ਕਰਕੇ ਪੰਜ ਪੱਤਰੇ ਰੁਡਾਨਾ ਸਹਿਜ ਪਾਠ ਦੇ ਘਟ ਤੋਂ ਘਟ ਕਰਨੇ ਆ ਦੂਜਾ ਖੜਾ ਪ੍ਰਸ਼ਾਦ ਦੀ ਦੇਖਰਾ ਕੇ ਭੋਗ ਲਾਉਣਾ ਤੀਜਾ ਮਹਾਰਾਜ ਦੇ ਸਰੂਪ ਨੂੰ ਫੁੱਲ ਚੜਾਉਣੇ ਧੂਪ ਦੇਣੀ ਔਰ ਪੰਜਾਂ ਰਮਾਲਿਆਂ ਵਿੱਚ ਸੁਖਾਸਨ ਕਰਨਾ ਇਹ ਬਚਨ ਧੰਨ ਗੁਰੂ ਹਰਗੋਬਿੰਦ ਸਾਹਿਬ ਜਿਨੇ ਬਾਬਾ ਗੁਰਦਿੱਤਾ ਜੀ ਨੂੰ ਕੀਤੇ ਸਨ ਅੱਜ ਵੀ ਸੱਜਖਣ ਸ੍ਰੀ ਹਰਮੰਦਰ ਸਾਹਿਬ ਪੰਜਾਂ ਰਮਾਲਿਆਂ ਵਿੱਚ ਮਹਾਰਾਜੀ ਦਾ ਸਰੂਪ ਸੁਖਾਸਨ ਕੀਤਾ ਜਾਂਦਾ ਪੰਜੀ ਉੱਤੇ ਚੜਾਏ ਜਾਂਦੇ ਇਸ ਕਰਕੇ ਪਾਈ ਇਹ ਮਰਜ਼ਾਦਾ ਸਤਿਗੁਰਾਂ ਨੇ ਬਣਾਉਣਾ ਕੀਤੀ ਹੈ ਗੁਰਸਿੱਖ ਪਾਠ ਸੁਣੇ ਤੇ ਹੋਰਾਂ ਨੂੰ ਸੁਣਾਵੇ ਤੇ ਮਨ ਪ੍ਰਸੰਨ ਹੋਏਗਾ ਬਾਣੀ ਸੁਣਨ ਵਾਲੇ ਦਾ ਸੋ ਜਗ ਬੰਧਨ ਛੇਦਨ ਕੈ ਨਰ ਉਸ ਮਨੁੱਖ ਦੇ ਸੰਸਾਰ ਦੇ ਸਾਰੇ ਬੰਧਨ 84 ਦੇ ਬੰਧਨ ਜਿਹੜੇ ਆ ਉਹ ਬਾਣੀ ਕੱਟ ਦੇਵੇਗੀ ਛੇਦਨ ਨਾਮ ਕੱਟਣ ਦਾ ਹੁੰਦਾ ਇਹ ਬਾਣੀ ਵਿੱਚ ਇੰਨੀ ਸ਼ਕਤੀ ਉਹਦੇ ਜੰਮਣ ਮਰਨ ਦੇ ਬੰਧਨ ਕੱਟੇ ਜਾਣਗੇ ਅੰਤ ਗਤੀ ਸ਼ੁਭ ਪਾਵਹਿਂਗੋ ਆਖੋ ਭਾਈ ਵਾਹਿਗੁਰੂ ਅੰਤ ਨੂੰ ਸ਼ੁਭ ਗਤੀ ਕੀਆ ਕਲਿਆਣ ਮੁਕਤੀ ਹੋ ਜਾਏਗੀ ਦੁਬਾਰਾ ਜੰਮਣ ਮਰਨ ਵਿੱਚ ਨਹੀਂ ਆਏਗਾ ਸਿੱਖ ਕਰਜ ਹੋਏ ਸੰਪੂਰਨ ਬਾਛਤ ਜਿਹੜਾ ਚਾਹੁੰਦਾ ਵੀ ਮੇਰਾ ਕਾਰਜ ਪੂਰਾ ਹੋ ਜਾਏ ਜਿਹਦੇ ਮਨ ਵਿੱਚ ਐਸੀ ਇੱਛਾ ਹੋਵੇ ਵੀ ਮੇਰਾ ਆ ਕੰਮ ਵੀ ਪੂਰਾ ਹੋ ਜੇ ਆ ਕਾਰਜ ਵੀ ਮੇਰਾ ਅਧੂਰਾ ਨਾ ਰਹੇ ਪੂਰਾ ਹੋਵੇ ਪਾਠ ਕਰਾ ਕਹਿ ਕਰਾਵਹਿ ਗੋ ਉਹ ਭਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਆਪ ਕਰੇ ਜਾਂ ਕਰਾਵੇ ਜੇ ਮਨ ਦੀ ਇੱਛਾ ਕੋਈ ਪੂਰੀ ਕਰਾਉਣੀ ਹੈ ਭੋਗ ਪਰੇ ਕਰਵਾਏ ਤਿਹਾਵਲ ਜਦੋਂ ਭੋਗ ਪਵੇ ਉਦੋਂ ਤਿਹਾਵਲ ਕੜਾ ਪ੍ਰਸ਼ਾਦ ਦੀ ਦੇਖ ਕਰਾਵੇ ਆਪ ਖਰੋ ਹੋਏ ਜਾਵਹਿ ਗੋ ਫਿਰ ਆਪ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗਲ ਵਿੱਚ ਪੱਲਾ ਪਾ ਕੇ ਖੜੇ ਹੋ ਜਾਣਾ ਅਰਦਾਸ ਦੀ ਮਰਜ਼ਾਦਾ ਗਲ ਵਿੱਚ ਪੱਲਾ ਪਰਣਾ ਪਾ ਕੇ ਅਰਦਾਸ ਕਰਨੀ ਹੱਥ ਜੋੜ ਕੇ ਹੱਥ ਜੋੜ ਕੇ ਖੜਾ ਹੋ ਜਾਏ ਮਰਜ਼ਾਦਾ ਪੂਰਵਕ ਹਾਥ ਕੋ ਜੋਰ ਕਰੇ ਅਰਦਾਸ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਅਰਦਾਸ ਕਰੇ ਭਾਵਨਾ ਦੇ ਨਾਲ ਮਨੋਰਥ ਕੋ ਮਨ ਲਿਆਵੇ ਗੋ ਜਿਹੜਾ ਮਨੋਰਥ ਹੈ ਨਾ ਇੱਛਾ ਉਹ ਆਪਣੇ ਮਨ ਵਿੱਚ ਲਿਆਵੇ ਮਨ ਵਿੱਚ ਉਹਦਾ ਖਿਆਲ ਲਿਆਉਣਾ ਕਰੇ ਅਰਦਾਸ ਕਰਨ ਵੇਲੇ ਕਿਉਂ ਨਾ ਕਹੋ ਤੇ ਪੂਰਨ ਹੋਵੇ ਆਖੋ ਵਾਹਿਗੁਰੂ ਮਾਰਾ ਕਹਿੰਦੇ ਕਿਉਂ ਨਹੀਂ ਉਹਦਾ ਮਨੋਰਥ ਪੂਰਾ ਹੋਏਗਾ ਜ਼ਰੂਰ ਉਹਦੀ ਇੱਛਾ ਪੂਰੀ ਹੋਏਗੀ ਕਿਉਂ ਦਾ ਭਾਵ ਸ਼ੰਕਾ ਨਹੀਂ ਕਦੇ ਕਰਨੀ ਵੀ ਕਿਉਂ ਅੱਜ ਕਹਿੰਦੇ ਕੀ ਕੀ ਦਾ ਹੋ ਗਿਆ ਪ੍ਰਸ਼ਨ ਗੁਰੂ ਤੇ ਵੀ ਅੱਜ ਸਿੱਖ ਪ੍ਰਸ਼ਨ ਕਰਨ ਲੱਗ ਗਿਆ ਇਹ ਗੱਲ ਹੋ ਸਕਦੀ ਹੈ ਕਦੇ ਨਹੀਂ ਇਹ ਕੀ ਕਦੇ ਹੋਇਆ ਇਹ ਨਹੀਂ ਹੋਏਗਾ ਇਹ ਕਦੇ ਵੀ ਨਹੀਂ ਹੋ ਸਕਦੀ ਐਸਾ ਖਿਆਲ ਨਹੀਂ ਕਦੇ ਲਿਆਉਣਾ ਜੇ ਲਿਆਉਂਗੇ ਤਾਂ ਗੱਲ ਨਹੀਂ ਜੀਵਨ ਵਿੱਚ ਬਣੇਗੀ ਜਾ ਕੇ ਦੇਵ ਵਿਸ਼ਵਾਸ ਪ੍ਰਵਾਇਆ ਤਤ ਗਿਆਨ ਤਿਸਮਨ ਪ੍ਰਗਟਾਇਆ ਮਹਾਰਾ ਕਹਿੰਦੇ ਕਿਉਂ ਨਹੀਂ ਆਵਾਸ਼ ਨੂੰ ਦਾ ਮਨੋਰਥ ਪੂਰਾ ਹੋਏਗਾ ਜਿਹੜਾ ਭਾਵਨਾ ਨਾਲੇ ਬੇਨਤੀ ਕਰੇਗਾ ਚਿਤ ਚਾਹਤ ਸੂਨਰ ਪਾਵਹਿ ਗੋ ਜੋ ਚਿਤ ਵਿੱਚ ਠਾਹੇਗਾ ਉਹੀ ਉਹ ਪ੍ਰਾਪਤ ਕਰ ਲਏਗਾ ਮਿਲ ਜਾਏਗਾ ਉਸ ਨੂੰ ਸਿੱਖ ਸਰੀਰ ਤਜੈ ਤਿਸ ਪੀਛ ਹੈ ਜਦੋਂ ਸਿੱਖ ਸਰੀਰ ਤਿਆਗ ਦੇਵੇ ਉਸ ਤੋਂ ਬਾਅਦ ਵੀ ਗ੍ਰੰਥ ਕੋ ਪਾਠ ਕਰਾਵਹਿ ਗੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰਾਉਣਾ ਦਸਵੇਂ ਦਿਨ ਭੋਗ ਪਾਉਣਾ ਹੋਰ ਨਹੀਂ ਕੋਈ ਪਾਠ ਪੂਜਾ ਕਰਾਉਣੀ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦਾ ਸਾਈਡ ਪਾਠ ਕਰਾਉਣਾ ਹੈ। ਬੋਸ਼ਸ਼ ਕੋ ਅਰਪੈ ਤੱਬ ਪਾਠਕ ਜਿਹੜਾ ਪਾਠੀ ਹੋਵੇ ਨਾ ਪਾਠ ਕਰਨ ਵਾਲਾ ਅੱਜ ਪਾਠੀ ਸਿੰਘਾਂ ਦੀ ਵੀ ਸ਼ੁੱਧ ਬਾਣੀ ਪੜਨ ਵਾਲਿਆਂ ਦੀ ਵੀ ਘਾਟ ਹੈ। ਪਾਠ ਕਰਾਉਣ ਵਾਲਿਆਂ ਦੀ ਵੀ ਘਾਟ ਹੈ, ਸੇਵਾ ਕਰਨ ਵਾਲਿਆਂ ਦੀ ਵੀ ਘਾਟ ਹੈ। ਪਾਠੀ ਸਿੰਘਾਂ ਦੀ ਸੇਵਾ ਵੀ ਭਾਵਨਾ ਨਾਲ ਕਰਨੀ ਹੈ ਗੁਰੂ ਘਰ ਉਪਜਾਨ ਕੇ। ਪਾਠੀ ਸਿੰਘ ਨੂੰ ਪੂਰਾ ਪੁਸ਼ਾਕਾ ਉਹਨੂੰ ਪਹਿਨਣ ਵਾਸਤੇ ਦੇਣਾ ਦਸਤਾਰ ਤੋਂ ਲੈ ਕੇ ਤੇੜ ਵਾਲੇ ਸਾਰੇ ਬਸਤਰ ਪੂਰਾ ਪੁਸ਼ਾਕਾ ਪਾਠ ਕਰਨ ਵਾਲੇ ਨੂੰ ਦੇਣਾ ਹੈ ਭੋਜਨ ਚਾਰ ਖੁਲਾਵਹਿ ਗੋ ਔਰ ਚਾਰ ਹੁੰਦਾ ਸ੍ਰੇਸ਼ਟ ਆਪ ਤੜਕੇ ਲਾ ਕੇ ਖਾਈ ਜਾਓ ਪਾਠੀ ਸਿੰਘ ਨੂੰ ਪਾਣੀ ਦਾ ਤੜਕਾ ਲਾ ਕੇ ਪ੍ਰਸ਼ਾਦਾ ਛਕਾ ਦਿਓ ਮਾਹਰਾ ਕਹਿੰਦੇ ਨਹੀਂ ਪਾਠ ਕਰਨ ਵਾਲੇ ਨੂੰ ਚੰਗਾ ਭੋਜਨ ਸ਼੍ਰੇਸ਼ਟ ਭੋਜਨ ਪ੍ਰਸ਼ਾਦਾ ਬਣਾ ਕੇ ਤਿਆਰ ਕਰਕੇ ਸ਼ਕਾਵੇ ਹੱਥੀ ਸੇਵਾ ਕਰੇ ਔਰ ਜਥਾ ਸ਼ਕਤੀ ਤਹ ਸੇਵਹਿ ਜਿੰਨੀ ਸ਼ਕਤੀ ਸਮਰੱਥਾ ਹੋਵੇ ਨਾ ਘਰ ਵਿੱਚ ਪਾਠ ਕਰਨ ਵਾਲੇ ਗਰੰਥੀ ਸਿੰਘ ਦੀ ਪਾਟੀ ਸਿੰਘ ਦੀ ਸੇਵਾ ਕਰੇ ਲਿਆਏ ਕਰਹਾ ਵਰਤਾਵੇ ਕੋ ਫਿਰ ਭੋਗ ਤੇ ਖੜਾ ਪ੍ਰਸ਼ਾਦੀ ਦੇਖ ਲਿਆ ਕੇ ਅਰਦਾਸ ਕਰਾ ਕੇ ਸੰਗਤਾਂ ਵਿੱਚ ਵਰਤੌਣਾ ਕਰੇ ਸੋ ਸਿਖ ਹੋਏ ਸੁਖਾਂਨ ਮਹਾਂ ਜਿਹੜੇ ਸਿੱਖ ਦੇ ਪ੍ਰਤੀ ਐਸਾ ਪਾਠ ਹੋ ਜਾਏਗਾ ਨਾ ਭਾਵਨਾ ਨਾਲ ਮਾਰਾ ਕਹਿੰਦੇ ਸੇਵਾ ਹੋ ਜਾਏ ਬਸਤਰ ਵੀ ਦੇਣੇ ਆ ਭਾਈ ਬਸਤਰਾਂ ਤੋਂ ਇਨਕਾਰ ਨਹੀਂ ਕਰਨਾ ਮਾਇਆ ਵੀ ਜਥਾ ਸ਼ਕਤੀ ਦੇਣੀ ਆ ਸੇਵਾ ਵੀ ਕਰਨੀ ਆ ਜਿਹੜਾ ਭਾਵਨਾ ਨਾਲ ਇਸ ਤਰ੍ਹਾਂ ਪਾਠ ਕਰਾ ਕੇ ਸੇਵਾ ਕਰੇਗਾ ਨਾ ਕਿ ਜੇ ਕੋਈ ਸਿੱਖ ਦੀ ਆਤਮਾ ਰੂਹ ਦੁਖੀ ਵੀ ਹੋਏਗੀ ਨਾ ਤਾਂ ਬਾਣੀ ਦੀ ਸ਼ਕਤੀ ਨਾਲ ਕਹਿੰਦੇ ਉਹਦੀ ਆਤਮਾ ਉਹਦੀ ਰੂਹ ਵੀ ਸੁਖੀ ਹੋ ਜਾਏ ਉਹਦੇ ਦੁੱਖ ਕੱਟੇ ਜਾਣਗੇ ਜੰਮਣ ਮਰਨ ਦੇ ਪਰਲੋਕ ਵਿਖੇ ਹਰ ਖਾ ਵਹਿ ਗੋ ਪਰਲੋਕ ਵਿੱਚ ਉਹਦੀ ਆਤਮਾ ਪ੍ਰਸੰਨ ਹੋ ਜਾਏਗੀ ਜਾਂ ਉਹਦੀ ਰੂਹ ਖੁਸ਼ ਹੋ ਜਾਏਗੀ ਤ੍ਰਿਪਤ ਹੋ ਜਾਏਗੀ ਬਾਣੀ ਦੀ ਸ਼ਕਤੀ ਦੇ ਨਾਲ ਜਹਿਮਾਤ ਪਿਤਾ ਸੁਤਮੀਤ ਨਾ ਭਾਈ ਮਾਨੁਹਾ ਨਾਮ ਤੇਰਾ ਸੰਗ ਸਹਾਈ ਤੇ ਮਹਾ ਭਿਆਨ ਤਪਤ ਮੋਹ ਕਾਮ ਤੇ ਹਰ ਕੇ ਨਾਮ ਕੀ ਤੂੰ ਮੂੰਹ ਪਰ ਛਾਮ ਜਹਾਂ ਤ੍ਰਿਖਾ ਮਨ ਤੋ ਢਾ ਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ ਔਖੀ ਰੂਹ ਵੀ ਸੌਖੀ ਹੋ ਜਾਂਦੀ ਐ ਬਲਕੇ ਸੌਖੀ ਨਹੀਂ ਆਨ ਪ੍ਰਸੰਨਤਾ ਨਾਲ ਭਰ ਜਾਂਦੀ ਐ ਬਾਣੀ ਇੰਨੀ ਸ਼ਕਤੀ ਦੇ ਦਿੰਦੀ ਐ ਵਿਛੜੀ ਰੂਹ ਨੂੰ ਸਰੀਰ ਵਿੱਚੋਂ ਨਿਕਲੀ ਹੋਈ ਰੂਹ ਨੂੰ ਪਰਲੋਕ ਵਿੱਚ ਔਰ ਕਹਾ ਲੱਗ ਜੇ ਜਗ ਕਾਰਜ ਹੋਰ ਕਿੱਥੋਂ ਤੱਕ ਜਿੰਨੇ ਵੀ ਸੰਸਾਰ ਦੇ ਕੰਮ ਕਾਰ ਐ ਧੰਦੇ ਐ ਕਾਰਜ ਐ ਪਾਠ ਕਰੇ ਸਿੱਧ ਹੋਵਾਂਗੇ ਆਖੋ ਜੀ ਵਾਹਿਗੁਰੂ ਮਾਰਾ ਕਹਿੰਦੇ ਭਾਈ ਪਾਠ ਸਹਿਜ ਪਾਠ ਕਰਨ ਨਾਲ ਬਾਣੀ ਪੜਨ ਨਾਲ ਸਾਰੇ ਕਾਰਜ ਜੀ ਸਦ ਪੂਰੇ ਹੋ ਜਾਣਗੇ ਸਿੱਖ ਦੇ ਸੰਤ ਮਹੰਤ ਚਹਿ ਰਹੇ ਜੋ ਇਹ ਤਾਂ ਹੈ ਕਾਮਨਾ ਵਾਲੇ ਜਿਨ੍ਹਾਂ ਦੀ ਇੱਛਾ ਹੈ ਉਹ ਇਸ ਤਰ੍ਹਾਂ ਪੜਨ ਜੇ ਸੰਤ ਤੇ ਮਹੰਤ ਨਹੀਂ ਚਾਹੁੰਦੇ ਕਿ ਮਹਾਰਾਜ ਦੁਨੀਆ ਦੀ ਕੋਈ ਇੱਛਾ ਨਹੀਂ ਹੈ ਸਾਡੀ ਉਹ ਨਿਸ਼ਕਾਮ ਚਾਹੁੰਦੇ ਆ ਨਿਸ਼ਕਾਮਤਾ ਨਾਲ ਬਾਣੀ ਪੜਨਾ ਚਾਹੁੰਦੇ ਆ ਸਤਿਗੁਰਾਂ ਦੀ ਸਹਿਜ ਪਾਠ ਜਾਂ ਅਖੰਡ ਪਾਠ ਜਾਂ ਬਾਣੀ ਦਾ ਅਭਿਆਸ ਪਾਤੋ ਮਾਜੜੇ ਨਿਸ਼ਕਾਮਤਾ ਨਾਲ ਕਰਦੇ ਆ ਫੁਰਨੇ ਤੋਂ ਰਹਿਤ ਹੋ ਕੇ ਪਟ ਪ੍ਰੇਮ ਕਰੇ ਪ੍ਰਭ ਜੋ ਵਹੰਗੇ ਜਿਹੜਾ ਨਿਸ਼ਕਾਮਤਾ ਨਾਲ ਪਾਠ ਕਰੇਗਾ ਨਾ ਨਿਸ਼ਕਾਮੀ ਨੂੰ ਪਰਮੇਸ਼ਰ ਦੇ ਦਰਸ਼ਨ ਗੁਰੂ ਕੀ ਬਾਣੀ ਦੁਆਰਾ ਹੋ ਜਾਣਗੇ ਪਰਮੇਸ਼ਰ ਦੇ ਦਰਸ਼ਨ ਕਰਨੇ ਬੜੇ ਕਠਨ ਔਖੇ ਹੈ ਕਹਿੰਦਾ ਸੋਕਾ ਕਠਨ ਤੋਂ ਕਠਨੇ ਪਰ ਬਾਣੀ ਵਿੱਚ ਸ਼ਕਤੀ ਹੈ ਨਿਸ਼ਕਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਵਾਲੇ ਨੂੰ ਵਾਹਿਗੁਰੂ ਦੇ ਪ੍ਰਤੱਖ ਦਰਸ਼ਨ ਵੀ ਹੋ ਜਾਣਗੇ ਇੰਨੀ ਸ਼ਕਤੀ ਗੁਰੂ ਕੀ ਬਾਣੀ ਵਿੱਚ ਹੈ ਵਾਹਿਗੁਰੂ ਤੇ ਉਸ ਨਿਸਾ ਸਿਮਰੈ ਸਤਨਾਮ ਰਾਗ ਦੇਨ ਜੋ ਬਾਣੀ ਵਿੱਚ ਨਾਮ ਦੀ ਮਹਿਮਾ ਕੀਤੀ ਆ ਉਸ ਨਾਮ ਦਾ ਸਿਮਰਨ ਕਰਨਾ ਹੈ ਇਹ ਗ੍ਰੰਥ ਪਠ ਹੈ ਅਗ ਖੋ ਵਹਗੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੇਗਾ ਉਹਦੇ ਸਾਰੇ ਪਾਪ ਨਾਸ਼ ਹੋ ਜਾਣਗੇ ਅੰਤ ਸਮੈ ਜਮ ਕੋ ਨਾ ਪਿਖੈ ਅੰਤ ਨੂੰ ਉਹਨੂੰ ਜਮਾ ਨੂੰ ਨਹੀਂ ਦੇਖਣਾ ਪਵੇਗਾ ਮਿਲ ਆਏ ਹਮੈ ਸੋ ਅਲੋਭ ਹੰਗੇ ਮਾਰਾ ਕਹਿੰਦੇ ਸਾਡੇ ਕੋਲੇ ਆ ਜਾਏਗਾ ਸਾਨੂੰ ਸਾਡੇ ਦਰਸ਼ਨ ਕਰ ਲਵੇਗਾ ਸਾਡੇ ਦਰਸ਼ਕੋ ਨੂੰ ਹੋ ਜਾਣਗੇ ਸਤਖੰਡ ਵਿੱਚ ਦੋਹਰਾ ਬੈਠੇ ਸ੍ਰੀ ਗੁਰੂ ਰਾਮ ਸਰ ਕਿਉਂ ਤਨ ਗੁਰੂ ਅਰਜਨ ਦੇਵ ਜੀ ਰਾਮ ਸਰ ਸਾਹਿਬ ਅੱਜ ਦੇ ਦਿਨ ਸੁਭਾਏਮਾਨ ਹਨ ਬੰਨੋ ਆਨਿਓ ਗ੍ਰੰਥ ਕਾਈ ਬੰਨੋ ਜਿਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਾਹੌਰ ਤੋਂ ਜिल्ਦ ਬਣਾ ਕੇ ਲਿਆਉਣਾ ਕੀਤਾ ਤਹਾ ਮਹਾਤਮ ਇਹ ਕਹੇ ਹੋ ਉਥੇ ਮਹਾਤਮ ਸਤ ਗੁਰੂ ਜੀ ਨੇ ਰਾਮ ਸਰ ਸਰੋਵਰ ਦੇ ਕਿਨਾਰੇ ਤੇ ਆਪਣੇ ਮੁਖਾਰ ਬਿੰਦ ਤੋਂ ਕਹਿਣਾ ਕੀਤਾ ਦੇਨ ਸਿੱਖ ਨਜ ਪੰਥ ਆਪਣੇ ਪੰਜ ਗੁਰਸਿੱਖੀ ਪੰਥ ਨੂੰ ਸੰਗਤਾਂ ਨੂੰ ਇਹ ਸਿੱਖਿਆ ਦਿੱਤੀ ਹੈ ਚੌਪਈ ਤਿਆਰ ਭਇਓ ਜਬ ਜਲਤ ਬੰਧਾਈ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤਿਆਰ ਹੋਏ ਦਿਲਦ ਬਣਾ ਕੇ ਕੱਲੇ ਭਾਈ ਬੰਨੂ ਨਹੀਂ ਬਹੁਤ ਸਿੱਖ ਨਾਲ ਲੈ ਕੇ ਆਏ ਸਰੂਪ ਲੈ ਕੇ ਗਏ ਲੈ ਕੇ ਆਏ ਪੰਜ ਸਿੰਘ ਤਾਂ ਘਟ ਤੋਂ ਘਟ ਮਾਰਦੇ ਸਵਾਰੇ ਦੇ ਨਾਲ ਹੋਣੇ ਚਾਹੀਦੇ ਆ ਜਦੋਂ ਕਿਤੇ ਇਸ ਰੂਪ ਲੈ ਕੇ ਜਾਣਾ ਕਿਤੇ ਲੈ ਕੇ ਆਉਣਾ ਨੰਗੇ ਪੈਰੀ ਜੋੜਾ ਆਦਕ ਨਹੀਂ ਕਦੇ ਚੱਪਲਾ ਆਦਕ ਨਹੀਂ ਪਾਉਣੀ ਆ ਕੇਵਲ ਲੱਕੜ ਦੀਆਂ ਖਣਾਵਾਂ ਪਾ ਸਕਦੇ ਹੋ ਜੇ ਤਪਸ਼ ਦਾਦੇ ਹੋਏ ਰਸਤੇ ਸਾਫ਼ ਕਰਨੇ ਆ ਇਸ ਕਰਕੇ ਸਾਧ ਸੰਗਤ ਦੀ ਇਕ ਗੁਰਸਿੱਖ ਦਿਲਦ ਬਣਾ ਕੇ ਸਤਿਗੁਰਾਂ ਦੇ ਸਰੂਪ ਲੈ ਕੇ ਆਇਆ ਬੁੱਢੇ ਸੋ ਗੁਰ ਗਿਰਾ ਅਲਾਈ ਬਾਬਾ ਬੁੱਢਾ ਜੀ ਨੂੰ ਆਗਿਆ ਕੀਤੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਕਹੋ ਗ੍ਰੰਥ ਸਾਹਿਬ ਕੇ ਸਥਾਨਾ ਕਰਨ ਵਾਲੇ ਆਪ ਗੁਰਸਿੱਖ ਦਾ ਸਤਕਾਰ ਕਰਦੇ ਆ ਬਾਬਾ ਬੁੱਢਾ ਜੀ ਕਹੋ ਦੱਸੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕਿੱਥੇ ਸੁਭਾਏ ਮਾਨ ਕਰੀਏ ਕਿਹੜੀ ਜਗ੍ਹਾ ਰੱਖੀਏ ਨਿਤ ਸ਼ੋਭੇ ਜੈ ਮਹਿਦਮਾਨਾ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਡੀ ਤੋਂ ਵੱਡੀ ਸ਼ੋਭਾ ਸੋ ਮਾਹਿਮਾਨ ਹੋਣ ਹੱਥ ਜੋੜ ਤਨ ਤਬੈ ਬਖਾਨੋ ਬਾਬਾ ਬੁੱਢਾ ਜੀ ਨੇ ਹੱਥ ਜੋੜ ਕੇ ਅੱਗੋਂ ਬੇਨਤੀ ਕੀਤੀ ਹੈ ਸ੍ਰੀ ਗੁਰੂਤਮ ਤੇ ਕੌਣ ਸਿਆਣਾ ਹੈ ਸਤਿਗੁਰੂ ਜੀ ਆਪ ਨਾਲੋਂ ਕੋਈ ਹੋਰ ਵੱਡਾ ਸਿਆਣਾ ਨਹੀਂ ਹੈ ਤਿੰਨਾਂ ਲੋਕਾਂ ਵਿੱਚ ਤਾਂ ਉਸ ਅਨੁਸਾਰ ਸੁਦਾ ਮਜਾਰਾ ਫਿਰ ਵੀ ਮਹਾਰਾਜ ਮੈਨੂੰ ਪੁੱਛਿਆ ਮੇਰੇ ਪ੍ਰੇਰਕ ਵੀ ਤੁਸੀਂ ਹੋ ਪ੍ਰੇਰਣਾ ਵੀ ਅੰਦਰ ਸਤਿਗੁਰੂ ਦੇ ਰਹੇ ਹੈ ਤਾਂ ਮਹਾਰਾਜ ਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਸਰੂਪ ਸਰੋਵਰ ਦੇ ਵਿਚਕਾਰ ਜੋ ਸਥਾਨ ਬਣਿਆ ਹੋਇਆ ਹੈ ਹਰਮੰਦਰ ਸੁੰਦਰ ਦਰਬਾਰਾ ਜੋ ਸ੍ਰੀ ਹਰਮੰਦਰ ਸਾਹਿਬ ਸੁੰਦਰ ਦਰਬਾਰ ਸਾਹਿਬ ਹੈ ਸਦਾ ਸਥਾਪਨ ਗ੍ਰੰਥ ਸੁਲਾਇਕ ਸਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਥਾਪਨ ਕਰਨ ਦੇ ਯੋਗ ਉਹੀ ਕੇਵਲ ਇੱਕੋ ਇੱਕ ਪਵਿੱਤਰ ਥਾਂ ਸਤਖੰਡ ਹੈ ਹੋਰ ਕੋਈ ਜਗਾ ਨਹੀਂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁਭਾਇ ਮਾਨ ਕਰਨ ਵਾਲੀ ਸੋਭੇ ਕੋ ਇਮਤਹਾ ਸੁਭਾਇਕ ਉਥੇ ਇਸ ਤਰ੍ਹਾਂ ਸੋਭਾ ਪਾਵੇਗਾ ਸਤਗੁਰੂ ਜੀ ਦਾ ਸਰੂਪ ਸੇਜਾ ਸ਼ੇਸ਼ ਸਮੁੰਦਰ ਮਝਾਰੇ ਜਿਵੇਂ ਸ਼ੇਸ਼ਨਾਗ ਦੀ ਸੇਜਾ ਦੇ ਉੱਤੇ ਸਮੁੰਦਰ ਦੇ ਵਿੱਚ ਜਥਾ ਸ਼ੇਖ ਸਾਈਂ ਸ਼ਬਦਾਰੇ ਜਿਵੇਂ ਮਹਾ ਵਿਸ਼ਨੂ ਸ਼ੇਖ ਸ਼ਾਈ ਸੋਭਦਾ ਹੈ ਬੜੀ ਸ਼ੋਭਾ ਧਾਰ ਕੇ ਬੈਕੁੰਠਪੁਰੀ ਦਾ ਮਾਲਕ ਭਗਵਾਨ ਵਿਸ਼ਨੂੰ ਮਨੋ ਵਿੱਚ ਬੈਕੁੰਠ ਸਮੁੰਦਰ ਇਸੇ ਤਰ੍ਹਾਂ ਕਲਯੁਗ ਦੇ ਵਿੱਚ ਸਰੋਵਰ ਦੇ ਅੰਦਰ ਜੋ ਹਰਮੰਦਰ ਸਾਹਿਬ ਰਚਿਆ ਹੈ ਇਹ ਬੈਕੁੰਠ ਤੋਂ ਵੀ ਉੱਚੀ ਥਾਂ ਇਹ ਸਤਖੰਡ ਆਪ ਜੀ ਨੇ ਮਾਤ ਲੋਗ ਦਾ ਤਿਆਰ ਕੀਤਾ ਹੈ। ਵਿਸ਼ਨ ਬਿਰਾਜੈ ਸ਼ਬਸੋ ਅੰਦਰ ਜਿਵੇਂ ਬਕੁਨਠ ਵਿੱਚ ਭਗਵਾਨ ਵਿਸ਼ਨੂੰ ਜੀ ਸ਼ੋਭਾ ਦੰਦੇ ਐ ਬਿਰਾਜਦੇ ਹੋਏ। ਸੁਨਤ ਪ੍ਰਸੰਨ ਗੁਰੂ ਬਹੁ ਪਾਏ। ਕੇਵਲ ਉੱਥੇ ਹੀ ਗੁਰੂ ਗ੍ਰੰਥ ਸਾਹਿਬ ਹਰਿਮੰਦਰ ਸਾਹਿਬ ਦੇ ਅੰਦਰ ਸੁਭਾਏ ਮਾਨ ਕੀਤਾ ਜਾਣਾ ਚਾਹੀਦਾ ਜਿੱਥੇ ਸਦਾ ਹੀ ਸ਼ੋਭਾ ਪਾਏਗਾ। ਇਸ ਕਰਕੇ ਸੁਦਾਸਰ ਅੰਮ੍ਰਿਤ ਸਰੋਵਰ ਦੇ ਵਿਚਕਾਰ ਹਰਮੰਦਰ ਸਾਹਿਬ ਜੀ ਦੇ ਅੰਦਰ ਸਥਾਪਨ ਕਰੀਏ ਜਥਾ ਜੋਗੈਨ ਵਰਣਨ ਕਹੇ ਜਿਵੇਂ ਬਾਬਾ ਬੁੱਢਾ ਜੀ ਨੇ ਸਾਰਾ ਵਰਣਨ ਕੀਤਾ ਹਰਮੰਦਰ ਸਾਹਿਬ ਦੀ ਮਹਿਮਾ ਦੇ ਬਚਨ ਬਨਿਓ ਸੁਦਾਸਰ ਵਿੱਚ ਹਰਮੰਦਰ ਜੋ ਹਰਮੰਦਰ ਸਾਹਿਬ ਸੋਭਾ ਦੇਣ ਵਾਲਾ ਸ੍ਰੀ ਹਰਮੰਦਰ ਸਾਹਿਬ ਸਰੋਵਰ ਦੇ ਵਿਚਕਾਰ ਬਣਿਆ ਹੋਇਆ ਹੈ ਇਹ ਸਮ ਨਹੀਂ ਤ੍ਰਲੋਕੀ ਅੰਦਰ ਇਹ ਤ੍ਰਲੋਕੀ ਤਿੰਨਾਂ ਲੋਕਾਂ ਵਿੱਚ ਵੀ ਐਸਾ ਕੋਈ ਸਥਾਨ ਨਹੀਂ ਹਰਮੰਦਰ ਸਾਹਿਬ ਦੇ ਤੁਲ ਇਹ ਬਚਨ ਬਾਬਾ ਬੁੱਢਾ ਜੀ ਨੇ ਜਦੋਂ ਕੀਤੇ ਤਾਂ ਧੰ ਗੁਰੂ ਅਰਜਨ ਦੇਵ ਜੀ ਸੁਨਤ ਪ੍ਰਸੰਨ ਗੁਰੂ ਬਹੁ ਭਾਏ ਬਹੁਤ ਪ੍ਰਸੰਨ ਹੋਏ ਸੱਚੇ ਪਾਤਸ਼ਾਹ ਤਤਾ ਗ੍ਰੰਥ ਸਾਹਿਬ ਸ਼ੁਭ ਰਚਿਓ ਮਾਰਾ ਕੰਦੇ ਦਿਮੇ ਤ੍ਰਲੋਕੀ ਵਿੱਚ ਹਰਮੰਦਰ ਸਾਹਿਬ ਰਚਿਆ ਨਾ ਹਰ ਮੰਦਰ ਸਾਹਿਬ ਦੇ ਤੁਲ ਦੁਨੀਆਂ ਦਾ ਕੋਈ ਤੀਰਥ ਨਹੀਂ ਇਵੇਂ ਗੁਰੂ ਗ੍ਰੰਥ ਸਾਹਿਬ ਦੇ ਤੁਲ ਦੁਨੀਆਂ ਦਾ ਕੋਈ ਧਾਰਮਿਕ ਗ੍ਰੰਥ ਵੀ ਨਹੀਂ ਹੈ ਤ੍ਰਲੋਕੀ ਵਿੱਚ ਨਹੀਂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਤਿੰਨਾਂ ਲੋਕਾਂ ਵਿੱਚ ਸਾਰੇ ਤੋਂ ਉਤਮ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ ਸਰਬਉਤਮ ਹਰ ਨਾਮਨ ਖਚਿਓ ਸਾਰੇ ਤੋਂ ਉੱਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜੜਿਆ ਜਿਵੇਂ ਹੀਰੇ ਜੜੇ ਜਾਂਦੇ ਆ ਦੋਂ ਪਰਮੇਸ਼ਰ ਦਾ ਨਾਮ ਜੜ ਜੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਭਾਏਮਾਨ ਕੀਤਾ ਗਿਆ ਉਚਿਤ ਮੇਲ ਦੋਨੋਂ ਕੋ ਬਣੇ ਇਸ ਕਰਕੇ ਹਰ ਮੰਦਰ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦੋਨਾਂ ਦਾ ਮੇਲ ਹੋ ਜਾਏਗਾ ਸਰੋਵਰ ਦੇ ਵਿਚਕਾਰ ਨਿਸ ਬਸਰ ਹਰ ਕੀਰਤਨ ਪਨਾ ਰਾਤ ਦਿਨ ਦਿੱਤੇ ਹਰੀ ਦਾ ਕੀਰਤਨ ਹੁੰਦਾ ਹੈ ਸ੍ਰੀ ਗੁਰਦਾਸ ਸੁਬਾਕ ਹਮਾਰੇ ਬਾਬਾ ਭਾਈ ਗੁਰਦਾਸ ਜੀ ਨੇ ਉਸ ਵਕਤ ਧੰਨ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਮੈਨੂੰ ਕੀ ਆਗਿਆ ਹੈ ਤਾਂ ਭਾਈ ਗੁਰਦਾਸ ਜੀ ਨੂੰ ਫਿਰ ਸਤਿਗੁਰੂ ਜੀ ਨੇ ਧੰਨ ਗੁਰੂ ਅਰਜਨ ਦੇਵ ਜੀ ਨੇ ਆਗਿਆ ਕੀਤੀ ਸ੍ਰੀ ਗੁਰੂ ਰਾਮਦਾਸ ਦਰਬਾਰੇ ਭਾਈ ਗੁਰਦਾਸ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਦਰਬਾਰ ਸਾਹਿਬ ਜੋ ਹਰਮੰਦਰ ਸਾਹਿਬ ਇਹ ਪਾਵਨ ਸਥਾਨ ਹੈ ਦਿਨ ਪ੍ਰਤ ਬਧੈ ਸਮਾਜ ਬਡੇਰੇ ਇੱਥੇ ਇਹ ਵਰਦਾਨ ਦੇ ਰਹੇ ਹਰਮੰਦਰ ਸਾਹਿਬ ਨੂੰ ਕਹਿੰਦੇ ਹਰਿਮੰਦਰ ਸਾਹਿਬ ਦੀ ਐਨੀ ਮਹਿਮਾ ਸੰਸਾਰ ਵਿੱਚ ਫੈਲ ਜਾਏਗੀ ਨਾ ਦੁਨੀਆਂ ਦੀਆਂ ਚਾਰੇ ਕੁੰਟਾਂ ਤੋਂ ਸੰਗਤਾਂ ਇੱਥੇ ਲੱਖਾਂ ਦੀ ਗਿਣਤੀ ਵਿੱਚ ਦਰਸ਼ਨ ਕਰਨ ਆਇਆ ਕਰਨਗੇ ਦਿਨ ਪ੍ਰਾਤ ਦਿਨ ਸੰਗਤਾਂ ਦੀ ਭੀੜ ਬਹੁਤ ਜ਼ਿਆਦਾ ਹੋ ਜਾਏਗੀ ਦੁੱਖ ਦਰਦ ਕੋ ਆਏ ਨਾ ਨੇਰੇ ਜਿਹੜਾ ਹਰਿਮੰਦਰ ਸਾਹਿਬ ਆ ਕੇ ਦਰਸ਼ਨ ਕਰੇਗਾ ਉਹਦੇ ਨੇੜੇ ਕੋਈ ਦੁੱਖ ਵੀ ਦਲੇਦਰ ਕੰਗਾਲੀ ਪਾ ਮਾਇਆ ਦੀ ਘਾਟ ਉਦੇ ਨੇੜੇ ਨਹੀਂ ਕਦੇ ਆਏਗੀ ਮਾਇਆ ਦੀ ਕੰਗਾਲੀ ਦੀ ਗਰੀਬੀ ਆਦਕ ਹਰ ਮੰਦਰ ਹਰ ਰੂਪ ਬਲੰਦਾ ਆਖੋ ਸੰਗਤ ਜੀ ਵਾਹਿਗੁਰੂ ਹਰ ਮੰਦਰ ਸਾਹਿਬ ਨੂੰ ਕੀ ਰਤਬਾ ਦਿੱਤਾ ਹਰ ਮੰਦਰ ਸਾਹਿਬ ਹਰੀ ਦਾ ਰੂਪ ਹੈ ਪਰਮੇਸ਼ਰ ਦਾ ਰੂਪ ਹੈ ਐਨਾ ਆਦਬ ਮਹਾਰਾਜੀ ਨੇ ਹਰ ਮੰਦਰ ਸਾਹਿਬ ਦਾ ਕੀਤਾ ਕਿ ਹਰ ਮੰਦਰ ਸਾਹਿਬ ਹਰੀ ਪਰਮੇਸ਼ਰ ਦਾ ਸਭ ਤੋਂ ਵੱਡਾ ਵੱਡਾ ਸਰੂਪ ਹੈ ਮਾਤ ਲੋਕ ਵਿੱਚ ਸੇਵਾ ਸੇਵਕ ਬ੍ਰਿੰਦ ਮੁਕੰਦਾ ਜਿਹੜੇ ਸੇਵਕ ਹਰਮੰਦਰ ਸਾਹਿਬ ਦੀ ਸੇਵਾ ਕਰਨਗੇ ਸੰਗਤਾਂ ਇਸ਼ਨਾਨ ਦੀ ਸੇਵਾ ਕਰਦੀਆਂ ਵਿਛਾਈ ਦੀ ਸੇਵਾ ਕਰਦੀਆਂ ਜਿਹੜਾ ਹਰਮੰਦਰ ਸਾਹਿਬ ਦੀ ਸੇਵਾ ਕਰੇਗਾ ਨਾ ਉਹ ਮੁਕਤੀ ਦੀ ਦਾਤ ਲੈ ਲਵੇਗਾ ਇੱਥੋਂ ਸੇਵਾ ਕਰਨ ਵਾਲਾ ਲక్ష్ਮੀ ਨੇਸ ਬਸਰ ਇਸ ਸੇਵ ਹੈ ਰਾਤ ਦਿਨ ਲక్ష్ਮੀ ਇੱਥੇ ਆ ਕੇ ਵਸੇਗੀ ਢੇਰਾਂ ਦੇ ਢੇਰ ਲੱਗਣਗੇ ਹਰ ਮੰਦਰ ਸਾਹਿਬ ਦੀ ਸੇਵਾ ਕਰੇਗੀ ਚਾਰੇ ਦਰਵਾਜ਼ਿਆਂ ਤੋਂ ਆ ਰਹੀ ਹੈ ਲక్ష్ਮੀ ਇਹ ਵਰਦਾਨ ਦਿੱਤੇ ਮੇਰੇ ਸੱਚੇ ਸਤਿਗੁਰਾਂ ਨੇ ਸ਼ਰਧਾ ਧਰੈ ਦਾਸ ਫਲ ਲੇਵਾਂ ਜਿਹੜਾ ਦਾਸ ਸੇਵਕ ਬਣ ਕੇ ਸ਼ਰਧਾ ਧਾਰ ਕੇ ਸੇਵਾ ਕਰੇਗਾ ਧਰਮ ਅਰਥ ਕਾਮੋਕ ਸਾਰੇ ਫਲ ਲੈ ਲਵੇਗਾ ਅੱਜ ਬਸ ਇਸ ਥਲ ਕੀ ਕੀ ਜਹ ਭਾਦਰੋਂ ਸੁਦੀ ਏਕਮ ਤੋਂ ਪਹਿਲੇ ਦਿਨ ਮੱਸਿਆ ਵਾਲੀ ਰਾਤ ਪਾਰਾ ਕਹਿੰਦੇ ਅੱਜ ਆਪਾਂ ਨਵਾਸਾਰੇ ਇੱਥੇ ਹੀ ਕਰਾਂਗੇ ਰਾਮ ਸਰ ਸਾਹਿਬ ਵਿਖੇ ਦੂਤ ਪ੍ਰਾਤਕੋ ਤੈ ਗਮਨੀਜੈ ਅੰਮ੍ਰਿਤ ਵੇਲੇ ਚੱਲਾਂਗੇ ਹਰਮੰਦਰ ਸਾਹਿਬ ਸਤਿਗੁਰਾਂ ਦਾ ਸਰੂਪ ਲੈ ਕੇ ਸਭਨ ਅਹਾਰ ਕਰਿਓ ਸ਼ੁਭ ਖਾਨਾ ਸਾਰਿਆਂ ਨੇ ਲੰਗਰ ਵਿੱਚ ਬਣਿਆ ਸ਼ਾਮ ਨੂੰ ਬੜਾ ਸੁੰਦਰ ਪ੍ਰਸ਼ਾਦਾ ਸੰਗਤ ਸਮੇਤ ਸਤਿਗੁਰਾਂ ਨੇ ਰਾਮ ਸਰ ਸਾਹਿਬ ਵਿਖੇ ਲੰਗਰ ਛਕਿਆ ਹੁਮਸੈਨ ਕੀਨਸ ਤਿਸਥਾਨਾ ਆਖੋ ਭਾਈ ਵਾਹਿਗੁਰੂ ਸੰਗਤ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੀੜੇ ਤੇ ਅਸਵਾਰ ਸਨ ਸਵਾਰਾ ਸਤਿਗੁਰਾਂ ਦਾ ਪਰ ਧੰਗ ਗੁਰੂ ਅਰਜਨ ਦੇਵ ਜੀ ਬਰਾਬਰ ਪਲੰਗ ਢਾਕੇ ਨਹੀਂ ਬਰਾਜੇ RAM ਸਰ ਸਾਹਿਬੀ ਪੁੰਝੇ ਹੀ ਸਤਿਗੁਰੂ ਜੀ ਨੇ ਆਰਾਮ ਕੀਤਾ ਉਸ ਰਾਤ ਐਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਦ ਬੀੜ ਦਾ ਸਤਕਾਰ ਕੀਤਾ ਕਿ ਪਹਿਲੀ ਰਾਤ ਪੁੰਝੇ ਹੀ ਸਤਿਗੁਰੂ ਜੀ ਨੇ ਬਰਾਜਣਾ ਕੀਤਾ ਗ੍ਰੰਥ ਸਾਹਿਬ ਆਦਰ ਕੇ ਹੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਬ ਸਤਕਾਰ ਦਾ ਇੰਨਾ ਖਿਆਲ ਰੱਖਿਆ ਮਹਾਰਾਜ ਬਰਾਬਰ ਨਹੀਂ ਬਰਾਜੇ ਪੁੰਝੇ ਹੀ ਬਰਾਜੇ ਆਪੋਲ ਸੈਨੇ ਗੁਰੂ ਸਮੇਤ ਸਾਰੀਆਂ ਸੰਗਤਾਂ ਸਮੇਤ ਆਗਿਆ ਕਰਤੀ ਕਿ ਸਾਰੇ ਪੁੰਝੇ ਹੀ ਆਰਾਮ ਕਰੋ ਕਿਸ ਨੇ ਮੰjde ਪਲੰਗ ਤੇ ਨਹੀਂ ਬੈਠਣਾ ਨਾ ਆਰਾਮ ਕਰਨਾ ਅੱਜ ਹਿਰਦੇ ਵਿਚਾਰਨ ਸ਼੍ਰੀ ਗੁਰੂ ਕਰਾ ਹੁਣ ਹਿਰਦੇ ਵਿਚ ਸਤਿਗੁਰੂ ਜੀ ਨੇ ਅਗਲੀ ਵਿਚਾਰ ਸ਼ੁਰੂ ਕਰਤੀ ਕਰਨੀ ਜਹਲ ਗ੍ਰੰਥ ਕੀ ਕੌਣ ਸੋਧਰਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਦੀ ਸੇਵਾ ਧਾਰਨ ਕਰਨ ਦੇ ਕੌਣ ਯੋਗ ਹੈ ਕੌਣ ਇਹ ਸੇਵਾ ਕਰ ਸਕਦਾ ਹੈ 베ਦੀ ਤੇ ਹਣ ਭੱਲੇ ਬੰਸ 베ਦੀਆਂ ਦੀ ਕੁੱਲ ਧੰ ਗੁਰੂ ਨਾਨਕ ਦੇਵ ਜੀ ਦੀ ਹੈ ਰੇਣਾ ਦੀ ਕੁੱਲ ਗੁਰੂ ਅੰਗਦ ਦੇਵ ਜੀ ਦੀ ਹੈ ਭੱਲਿਆਂ ਦੀ ਕੁੱਲ ਗੁਰੂ ਅਮਰਦਾਸ ਜੀ ਦੀ ਹੈ ਸੋਢੀ ਜੇ ਕੁੱਲ ਕੇ ਅਵਤੰਸ਼ ਸੋਢ ਕੁੱਲ ਗੁਰੂ ਰਾਮਦਾਸ ਜੀ ਦੀ ਹੈ ਸੋਢੀ ਕੁੱਲ ਦੇ ਵੀ ਜਿੰਨੇ ਸ਼ਰੋਮਣੀ ਹੈ ਜੇ ਕੁੱਲ ਕੋ ਇਨ ਕੋ ਹੰਕਾਰਾਂ ਇਹਨਾਂ ਸਾਰਿਆਂ ਨੂੰ ਆਪਣੀਆਂ ਗੁਰੂ ਕੋਲਾਂ ਤੇ ਉੱਚੀਆਂ ਕੋਲਾਂ ਦਾ ਹੋਣ ਕਰਕੇ ਹੰਕਾਰ ਹੈ ਮਨ ਵਿੱਚ ਮਹਾਰਾਜ ਇਹ ਵਿਚਾਰ ਕਰਦੇ ਹੈ ਕਰ ਨਾ ਸਕਾਂਗਾ ਸੇਵ ਉਦਾਰਾ ਨਾ ਸੋਢੀ ਨਾ ਤੇਣ ਨਾ ਭੱਲੇ ਨਾ ਬੇਦੀ ਇਹ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਨਹੀਂ ਕਰ ਸਕਣਗੇ ਇਹਨਾਂ ਦੇ ਮਨ ਵਿੱਚ ਉੱਚੀ ਕੁਲ ਦਾ ਹੰਕਾਰ ਹੈ ਮਹਾਰਾਜ ਫਿਰਦੇ ਵਿੱਚ ਵਿਚਾਰ ਕਰਦੇ ਐ ਇਹ ਸੇਵਕ ਕੀ ਵਸਤ ਸਦੀਵਾ ਇਹ ਜਿਹੜੀ ਦਾਤ ਹੈ ਨਾ ਸੇਵਾ ਇਹ ਸੇਵਕ ਦੀ ਵਸਤੂ ਹੈ ਸੇਵਕ ਨੂੰ ਇਹ ਦਾਤ ਮਿਲਦੀ ਆ ਹਮੇਸ਼ਾ ਵਾਸਤੇ ਮਿਰ ਹੰਕਾਰ ਜਨੋ ਮਨ ਨੀਵਾ ਜਿਨ੍ਹਾਂ ਨੇ ਮਨ ਨੀਵਾ ਰੱਖਿਆ ਤੇ ਹੰਕਾਰ ਤੋਂ ਰਹਿਤ ਜਿਹੜੇ ਹੋਏ ਐ ਸੇਵਾ ਵਿਖੇ ਨਿਪੁੰਨ ਹੋਏ ਜੋ ਹੋਏ ਸੋ ਜੋ ਸੇਵਾ ਚ ਵਿੱਚ ਵੀ ਨਿਪੁੰਨ ਹੋਵੇ ਹੋਵੇ ਗ੍ਰੰਥੀ ਸਿੰਘ ਉਹਨੂੰ ਪ੍ਰਕਾਸ਼ ਨਾ ਕਰਨਾ ਆਵੇ ਸੁਖਾਸਨ ਨਾ ਕਰਨਾ ਆਵੇ ਰਮਾਲੇ ਨਾ ਲਾਉਣੇ ਆਉਣ ਵਿਛਾਈ ਨਾ ਕਰਨੀ ਆਵੇ ਅਰਦਾਸ ਨਾ ਕਰਨੀ ਆਵੇ ਪ੍ਰਸ਼ਾਦ ਤਿਆਰ ਕਰਕੇ ਨਾ ਲਿਆਉਣਾ ਆਵੇ ਸਾਰੀ ਸੇਵਾ ਸਾਧ ਸੰਗਤ ਦੀ ਸਿੱਖਣੀ ਚਾਹੀਦੀ ਹੈ ਗ੍ਰੰਥੀ ਸਿੰਘਾਂ ਨੂੰ ਜਥੇਬੰਦੀਆਂ ਚ ਰਹਿ ਕੇ ਟਕਸਾਲ ਵਿੱਚ ਰਹਿ ਕੇ ਸੰਗਤ ਵਿੱਚ ਰਹਿ ਕੇ ਗੁਰਮੁਖਾਂ ਕੋਲੇ ਰਹਿ ਰਹਿ ਕੇ ਜ਼ਿੰਦਗੀਆਂ ਲੱਗ ਜਾਂਦੀਆਂ ਮਹਾਰਾ ਦੀ ਸੇਵਾ ਸਿੱਖਣ ਵਾਸਤੇ ਇਹ ਨਹੀਂ ਵੀ ਸੰਥਿਆ ਕਰ ਲਈ ਤੇ ਗ੍ਰੰਥੀ ਬਣ ਗਏ ਸੇਵਾ ਵੀ ਪੂਰੀ ਸਿੱਖਣ ਦੀ ਲੋੜ ਹੈ ਅੱਜ ਬੜੀ ਕਮੀ ਹੈ ਸਾਡੇ ਗ੍ਰੰਥੀ ਸਿੰਘ ਕੋਈ ਵਿਰਲੇ ਹੈ ਜਿਹੜੀ ਪੂਰੀ ਸਹੀ ਆਦਮ ਭਾਵਨਾ ਨਾਲ ਸਚੇਤਤਾ ਨਾਲ ਸੇਵਾ ਕਰਦੇ ਆ ਸੇਵਾ ਚ ਬੜੀ ਅੰਗਿਲੀ ਹੁੰਦੀ ਅੱਜ ਦੇ ਸਮੇਂ ਵਿੱਚ ਖਿਆਲ ਹੀ ਨਹੀਂ ਕੀਤਾ ਜਾਂਦਾ ਮਹਾਰਤ ਦੀ ਸੇਵਾ ਕਰਨ ਲੱਗਿਆ ਸੋ ਭਾਈ ਮਾਰਾ ਕਹਿੰਦੇ ਸੇਵਾ ਵਿੱਚ ਵੀ ਨਪੁੰਨ ਹੋਵੇ ਕਿਸੇ ਤਰ੍ਹਾਂ ਦੀ ਕੁਤਾਈ ਕਰਨ ਵਾਲਾ ਨਾ ਹੋਵੇ ਕਰੀਏ ਇਹਾ ਸਥਾਪਨ ਸੋਏ ਉਸ ਸਿੱਖ ਨੂੰ ਇਹ ਸੇਵਾ ਦੇ ਵਿੱਚ ਸਥਾਪਨ ਕਰੀਏ ਲਾਈਏ ਸ੍ਰੀ ਨਾਨਕ ਕੋ ਦਰਸ਼ਨਕੀਨ ਜਿਨੇ ਧੰਨ ਗੁਰੂ ਨਾਨਕ ਦੇਵ ਜੀ ਦੇ ਵੀ ਦਰਸ਼ਨ ਕੀਤੇ ਹੋਏ ਹੋਣ ਅਸ ਬੁੱਢਾ ਵਿੱਚ ਸੇਵ ਪਰਵੀਨ ਆਖੋ ਸੰਗਤ ਜੀ ਵਾਹਿਗੁਰੂ ਕਹਿੰਦੇ ਐਸੀ ਸੇਵਾ ਵਿੱਚ ਕੋਈ ਪਰਵੀਨ ਸਿਆਣਾ ਪੂਰਾ ਯੋਗ ਪੂਰਨ ਕੌਣ ਹੈ ਉਹ ਭਾਈ ਬੁੱਢਾ ਸਾਹਿਬ ਹੈ ਬ੍ਰਹਮ ਗਿਆਨੀ ਗੁਰਸਿੱਖ ਨੂੰ ਇਹ ਸੇਵਾ ਦਿੱਤੀ ਪਹਿਲੇ ਹੈੱਡ ਗ੍ਰੰਥੀ ਅੱਜ ਕਹਿੰਦੇ ਹਾਂ ਪਹਿਲਾ ਮੁਖ ਗ੍ਰੰਥੀ ਸਾਹਿਬ ਜੀ ਸਿੰਘ ਸਾਹਿਬ ਮੁੱਖ ਗ੍ਰੰਥੀ ਦੀ ਸੇਵਾ ਧੰਨ ਬਾਬਾ ਬੁੱਢਾ ਸਾਹਿਬ ਜੀ ਨੂੰ ਦੇਣੀ ਬਣਦੀ ਹੈ ਜਿਨ੍ਹਾਂ ਨੇ 6 ਗੁਰੂ ਸਹਿਬਾਨਾਂ ਦੇ ਚਰਨਾਂ 'ਚ ਰਹਿ ਕੇ ਸੇਵਾ ਕਮਾਈ ਹੈ ਇਹ ਮ ਵਿਚਾਰ ਕਰ ਨਿੰਦਰਾ ਪਾਈ ਬਾਬਾ ਬੁੱਢਾ ਜੀ ਨੂੰ ਪਹਿਲਾ ਮੁੱਖ ਗ੍ਰੰਥੀ ਥਾਪਣ ਦਾ ਫੈਸਲਾ ਕਰਕੇ ਨੇੜਾ ਕਰਕੇ ਆਰਾਮ ਕੀਤਾ ਸਤਿਗੁਰਾਂ ਨੇ ਜਾਗੇ ਜਾਮਨ ਜਾਮਨ ਰਹਾਈ ਜਦੋਂ ਸਵਾ ਪਹਿ ਰਾਤ ਰਹਿ ਗਈ ਅੰਮ੍ਰਿਤ ਵੇਲੇ ਉੱਠੇ ਆ ਸਤਿਗੁਰੂ ਜੀ ਬੁੱਢਾ ਪੁੱਨ ਗੁਰਦਾਸ ਸੁ ਜਾਗੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਜੀ ਵੀ ਜਾਗੇ ਅੰਮ੍ਰਿਤ ਵੇਲੇ ਉੱਠੇ ਆ ਸ੍ਰੀ ਗੁਰ ਚਰਨ ਪ੍ਰੇਮ ਮਹਿ ਪਾਗੇ ਜੋ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਪ੍ਰੇਮ ਵਿੱਚ ਜਿਨ੍ਹਾਂ ਦੀ ਆਤਮਾਵਾਂ ਭਿੱਜੀਆਂ ਹੋਈਆਂ ਹਨ ਸੋਚ ਰਾਮ ਸਰ ਕੀਨ ਸ਼ਨਾਨਾ ਸਰੀਰ ਦੀ ਕਿਰਿਆ ਕਰਕੇ ਇਸ਼ਨਾਨ ਕਰਕੇ ਰਾਮਸਰ ਸਰੋਵਰ ਵਿੱਚ ਇਸ਼ਨਾਨ ਕੀਤਾ ਸਤਿਗੁਰਾਂ ਨੇ ਵੀ ਬਾਬਾ ਬੁੱਢਾ ਜੀ ਨੇ ਭਾਈ ਗੁਰਦਾਸ ਜੀ ਨੇ ਬਦਰੀ ਤਰ ਬੈਠੇ ਕਰ ਧਿਆਨ ਜੋ 베ਰੀ ਆ ਨਾ ਰਾਮਸਰ ਸਰੋਵਰ ਦੇ ਕਿਨਾਰੇ ਤੇ 베ਰੀ ਸਾਹਿਬ ਜਿਹਦੇ ਥੱਲੇ ਸੁਖਮਨੀ ਸਾਹਿਬ ਉਚਾਰਿਆ ਸੀ ਸਤਿਗੁਰਾਂ ਨੇ ਉਸ 베ਰੀ ਸਾਹਿਬ ਦੇ ਥੱਲੇ ਬੈਠ ਕੇ ਸਤਿਗੁਰੂ ਜੀ ਨੇਤ ਨੇ ਮਿਚ ਸਮਾਧੀ ਵਿੱਚ ਧਿਆਨ ਲਾ ਕੇ ਜੁੜ ਕੇ ਬੈਠ ਕੇ ਚੌਂਕੜਾ ਮਾਰ ਕੇ ਵੈ ਘਟਕਾ ਲਾ ਕੇ ਅਮਰਤ ਕਾਲਾ ਜਦੋਂ ਦੋ ਘੜੀਆਂ ਅਮਰਤ ਵੇਲਾ ਰਹਿ ਗਿਆ ਸਮਾਂ ਬਾਕੀ ਬਚਦਾ ਸ੍ਰੀ ਅਰਜਨ ਬਚ ਕਹਿਓ ਰਸਾਲਾ ਉਸ ਵਕਤ ਸਮਾਧੀ ਤੋਂ ਉੱਠ ਕੇ ਬਾਬਾ ਬੁੱਢਾ ਜੀ ਨੂੰ ਬੁਲਾਇਆ ਬੜੇ ਰਸ ਵਿੱਚ ਭਿੱਜੇ ਹੋਏ ਬਚਨ ਬਾਬਾ ਬੁੱਢਾ ਜੀ ਨੂੰ ਤਨ ਗੁਰੂ ਅਰਜਨ ਦੇਵ ਜੀ ਨੇ ਮਠਾਸ ਪਰੇ ਅੰਮ੍ਰਿਤ ਸ਼ਰੀਖੇ ਬਚਨ ਕੀਤੇ ਬੁੱਢਾ ਨਜ ਸਿਰ ਪਰ ਧਰ ਗ੍ਰੰਥ ਏ ਬਾਬਾ ਬੁੱਢਾ ਜੀ ਤਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਣੇ ਸੀਸ ਤੇ ਅੱਜ ਲੈਣਾ ਤੁਸੀਂ ਆਪਣੇ ਸੀਸ ਤੇ ਸੁਭਾਏ ਮਾਨ ਕਰਨਾ ਹੈ ਅੱਗੇ ਚੱਲੋ ਸੁਦਾ ਸਰਪੰਥ ਸੁਦਾ ਸਰ ਅੰਮ੍ਰਿਤ ਸਰੋਵਰ ਵੱਲ ਨੂੰ ਤੁਸੀਂ ਅੱਗੇ ਅੱਗੇ ਚੱਲਣਾ ਅੱਜ ਮਹਾਰਾਜ ਦਾ ਸਰੂਪ ਤੁਹਾਡੇ ਸੀਸ ਤੇ ਲੈ ਕੇ ਚੱਲੋ ਤੇ ਜਾਣਾ ਹਰਮੰਦਰ ਸਾਹਿਬ ਨੂੰ ਐ ਆਪਾਂ ਮਨ ਬਾਕਲੇ ਭਇਓ ਅਗਾਰੇ ਬਾਬਾ ਬੁੰਡਾ ਜੀ ਸਤਿਗੁਰੂ ਜੀ ਦਾ ਬਚਨ ਮੰਨ ਕੇ ਅੱਗੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪੀੜੇ ਸਮੇਤ ਇਹਨਾਂ ਖਿਆਲ ਕਰਿਓ ਕਿ ਕੱਲਾ ਸਰੂਪ ਲੈ ਕੇ ਤੁਰ ਪਏ ਪੀੜਾ ਸ਼ਬਦ ਦੇ ਉੱਤੇ ਮਹਾਰਾਜ ਦਾ ਸਰੂਪ ਲੈ ਕੇ ਆਏ ਬਾਬਾ ਬੁੰਡਾ ਜੀ ਇੰਨਾ ਲੰਮਾ ਪੰਦ ਕੱਲਾ ਸਰੂਪ ਨਹੀਂ ਕਦੇ ਲੈ ਕੇ ਜਾਣਾ ਕੇਵਲ ਗੁਰਦਰਬਾਰ ਦੇ ਅੰਦਰ ਅੰਦਰ ਹੀ ਜਦੋਂ ਸੁਖਾਸਨ ਸਥਾਨ ਤੋਂ ਲੈ ਕੇ ਜਾਣਾ ਪ੍ਰਕਾਸ਼ ਸਥਾਨ ਤੱਕ ਉਹ ਵੀ ਘੜ ਤੋਂ ਘਟ ਇੱਕ ਸਿੰਘ ਚੌਰਬਰਦਾਰ ਇੱਕ ਸਿੰਘ ਮਹਾਰਾਜ ਦਾ ਸਰੂਪ ਇੱਕ ਸਿੰਘ ਬਾਕੀ ਅੱਗੇ ਸੇਵਾ ਕਰਨ ਵਾਲਾ ਜਦੋਂ ਬਾਹਰ ਕਦੇ ਵੀ ਲੈ ਕੇ ਜਾਣਾ ਤਾਂ ਪੀੜਾ ਸਾਹਿਬ ਤੇ ਜਾਂ ਪਾਲਕੀ ਤੇ ਇਹ ਖਿਆਲ ਰੱਖਣਾ ਕਿਉਂ ਬਾਬਾ ਬੁੱਢਾ ਜੀ ਨੇ ਮਹਾਰਾਜ ਦਾ ਸਰੂਪ ਪੀੜਾ ਸਾਹਿਬ ਸਮੇਤ ਆਪਣੇ ਸੀਸ ਉੱਤੇ ਟਕਾਏ ਅਤੇ ਅੱਗੇ ਲਾ ਕੇ ਚੱਲ ਪਏ ਚਮਰ ਗੁਰੂ ਅਰਜਨ ਕਰਤਾਰੇ ਨੰਗੇ ਚਰਨੀ ਤਨ ਗੁਰੂ ਅਰਜਨ ਦੇਵ ਜੀ ਚੌਰ ਸਾਹਿਬ ਕਰ ਰਹੇ ਐ ਸੰਖ ਅਨਕ ਲਗ ਦੁੰਦਬ ਬਾਜੇ ਸੰਖ ਅੱਗੇ ਸੰਖ ਵੱਜ ਰਹੇ ਐ ਦੰਤਵਨ ਗਾਰੇ ਛੋਟੇ ਵੱਡੇ ਆ ਜਿਵੇਂ ਨਗਰ ਕੀਰਤਨਾ ਵਿੱਚ ਜਲੂਸਾਂ ਵਿੱਚ ਵੱਜਦੇ ਆ ਜੈ ਜੈਕਾਰ ਊਚ ਸੁਰ ਗਾਜੇ ਉੱਚੀ ਸੁਰ ਵਿੱਚ ਗੱਜਦੇ ਆ ਤੇ ਸੰਗਤਾਂ ਜੈ ਜੈਕਾਰ ਕਰਦੀਆਂ ਹਨ ਸੁੰਦਰ ਸ੍ਰੀ ਹਰ ਗੋਬਿੰਦ ਚੰਦ ਚੰਦਰਮਾ ਸ੍ਰੀਖਾ ਮੁਖੜਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਗਰ ਮਗਰ ਚੱਲ ਰਹੇ ਆ ਸਤ ਗੁਰਾਂ ਦੇ ਨਾਲ ਨਗਰ ਕੀਰਤਨ ਵਿੱਚ ਸੰਗ ਚਲਤ ਹੋਏ ਸ਼ੋਭ ਬਿਲੰਦ ਨਾਲ ਚੱਲਦੇ ਬੜੀ ਸ਼ੋਭਾ ਵੱਧ ਰਹੀ ਹੈ ਸਾਰੇ ਨਾਗਰ ਕੀਰਤਨ ਦੀ ਜਲੂਸ ਦੀ ਜਲੂਸ ਸ਼ਬਦ ਕੋਈ ਮਾੜਾ ਨਹੀਂ ਹੈ ਜਲੂਸ ਸ਼ਬਦ ਗਲਤ ਪਾਸੇ ਇਸਤੇਮਾਲ ਆਪਾਂ ਕਰਨ ਲੱਗ ਪਏ ਵੈਸੇ ਜਲੂਸ ਸ਼ਬਦ ਹੀ ਹੈ ਸਾਡਾ ਅਸਲੀ ਜਲੂਸ ਹੀ ਕਹਿਣਾ ਚਾਹੀਦਾ ਜਾਹੋ ਜਲਾਲ ਨਾਲ ਜਦੋਂ ਸਾਡੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਵਾਈ ਵਿੱਚ ਪੰਨਿਆਂ ਪਿਆਰਿਆਂ ਪਾਣੇ ਨਿਸ਼ਾਨੀ ਸਿੰਘਾਂ ਦੀ ਹਾਜ਼ਰੀ ਵਿੱਚ ਪੂਰੀ ਸਾਢਤ ਨਾਲ ਸਤਿਗੁਰੂ ਦਾ ਨਗਰ ਕੀਰਤਨ ਕੱਢਿਆ ਜਾਂਦਾ ਉਹ ਜਲੂਸ ਖਵਾਉਂਦਾ ਨਗਰ ਕੀਰਤਨ ਹੁੰਦਾ ਨਗਰ ਦੇ ਆਲੇ ਦੁਆਲੇ ਸੰਗਤਾਂ ਨੇ ਸਾਧ ਸੰਗ ਜੀ ਮਿਲ ਕੇ ਝੋਟੀਆਂ ਚ ਸ਼ਬਦ ਪੜਨ ਜਿਵੇਂ ਪ੍ਰਭਾਤ ਫੇਰੀਆਂ ਕੱਢੀ ਦੀਆਂ ਪਰ ਜਲੂਸ ਜਾਹੋ ਜਲਾਲ ਦਾ ਪ੍ਰਤੀਕ ਹੁੰਦਾ ਇਸ ਕਰਕੇ ਅੱਜ ਦੇ ਦਿਨ ਇਹ ਜਲੂਸ ਚੱਲਿਆ ਇਸ ਦੀ ਕਿੰਨੀ ਸੁੰਦਰ ਸੋਭਾ ਹੈ ਕਿ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਵੀ ਨਾਲ ਸੋਭਾ ਪਾ ਰਹੇ ਐ ਹਰ ਮੰਦਰ ਮੈਂ ਜਾਏ ਪਹੁੰਚੇ ਚੱਲਦਾ ਚੱਲਦਾ ਇਹ ਜਲੂਸ ਧੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸਮੇਤ ਧੰਗ ਗੁਰੂ ਅਰਜਨ ਦੇਵ ਜੀ ਚੌਰ ਕਰ ਰਹੇ ਛੇਵੇਂ ਪਾਤਸ਼ਾਹ ਨਾਲ ਬਿਆੰਤ ਸੰਗਤਾਂ ਨਾਲ ਹਰ ਮੰਦਰ ਸਾਹਿਬ ਅਪੜ ਗਏ ਰਾਗੀ ਰਾਗ ਕਰਤ ਸੁਰ ਉੱਚੇ ਰਾਗੀ ਸਿੱਖ ਪਹਿਲਾ ਹੀ ਆਸਾ ਦੀ ਦੀਵਾਰ ਦਾ ਉੱਚੀ ਸੁਰ ਵਿੱਚ ਕੀਰਤਨ ਕਰ ਰਹੇ ਸਾਨ ਅੰਮ੍ਰਿਤ ਵੇਲੇ ਤੋਂ ਮੰਜੀ ਸਹਿਤ ਗ੍ਰੰਥ ਤਹਿ ਥਾਪ ਮੰਜੀ ਸਾਹਿਬ ਦੇ ਸਮੇਤ ਅੰਦਰ ਲਿੜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਥਾਪਨ ਕੀਤਾ ਧੰਨ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਤੋਂ ਕਰਵਾਇਆ ਬੈਠੇ ਨੇਕਟ ਗੁਰੂ ਤਬਿਆਪ ਧੰਨ ਗੁਰੂ ਅਰਜਨ ਦੇਵ ਜੀ ਮਾਰਾ ਕੋਲੇ ਛੱਡ ਗਏ ਆਪ ਵਾਰ ਭਗ ਕੋ ਸੁਣ ਮੰਨ ਲਈ ਆਸਾ ਨਾਲੇ ਤਾਂ ਮਹਾਰਾਜੀ ਦੇ ਪ੍ਰਕਾਸ਼ ਦੀ ਰਮਾਲਿਆਂ ਦੀ ਸੇਵਾ ਹੋ ਰਹੀ ਆ ਨਾਲੇ ਰਹਿੰਦਾ ਕੀਰਤਨ ਸੰਪੂਰਨ ਹੋਇਆ ਆਸਾ ਜੀ ਦੀ ਵਾਰ ਦਾ ਸ੍ਰੀ ਅਰਜਨ ਪੁੰਗਿਰਾ ਅਲਾਈ ਜਦੋਂ ਆਸਾ ਜੀ ਦੀ ਵਾਰ ਦਾ ਕੀਰਤਨ ਸੰਪੂਰਨ ਹੋਇਆ ਸਾਰਿਆਂ ਨੇ ਮਨ ਲਾ ਕੇ ਸੁਣਿਆ ਤਾਂ ਧੰਨ ਗੁਰੂ ਅਰਜਨ ਦੇਵ ਜੀ ਨੇ ਆਗਿਆ ਕੀਤੀ ਹੁਕਮ ਕੀਤਾ ਬੁੱਢਾ ਸਾਹਿਬ ਖੋਲੋ ਗ੍ਰੰਥ ਕਿੰਨਾ ਸਤਕਾਰ ਹੈ ਬਾਬਾ ਬੁੱਢਾ ਜੀ ਦਾ ਵੀ ਬਲ ਕੇ ਇਸ ਪਦਵੀ ਦਾ ਹੈ ਤਾਂ ਹੀ ਆਪਾਂ ਸਿੰਘ ਸਾਹਿਬ ਜੀ ਕਹਿ ਕੇ ਹਰਿਮੰਦਰ ਸਾਹਿਬ ਜੀ ਦੇ ਸਿੰਘ ਸਹਿਬਾਨਾਂ ਨੂੰ ਸਤਕਾਰ ਕਰਦੇ ਹਾਂ ਸਿੰਘ ਸਾਹਿਬ ਜੀ ਕਹਿ ਕੇ ਬੁਲਾਈਦਾ ਕਿਉਂ ਅੱਜ ਦੇ ਦਿਨ ਧੰਨ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਨੂੰ ਵੀ ਬਾਬਾ ਬੁੱਢਾ ਸਾਹਿਬ ਜੀ ਕਹਿ ਕੇ ਬੁਲਾਇਆ ਕਹਿਣ ਲੱਗੇ ਭਾਈ ਬੁੱਢਾ ਸਾਹਿਬ ਜੀ ਸੁਣੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋ ਲੇਹੋ ਆਵਾਜ਼ ਸੁਣੈ ਸਭ ਪੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਵਾਡਾ ਲਓ ਤੇ ਸਾਰਾ ਪੰਥ ਸਤਿਗੁਰੂ ਜੀ ਦੀ ਆਵਾਜ਼ ਪਾਣੀ ਦੁਆਰਾ ਸੁਣਨਾ ਕਰੇ ਪ੍ਰਾਤਨ ਸਿੰਘ ਜਦੋਂ ਸ਼੍ਰੀ ਮੁਖਵਾਕ ਲੈਂਦੇ ਸਨ ਇਹ ਵਚਨ ਕਿਹਾ ਕਰਦੇ ਸਨ ਖਾਲਸਾ ਜੀ ਸਤਿਗੁਰੂ ਜੀ ਦਾ ਆਵਾਡਾ ਲਓ ਕਿ ਸਤਿਗੁਰੂ ਜੀ ਦਾ ਕੀ ਹੁਕਮ ਹੈ ਕੀ ਮੁਖਵਾਕ ਹੈ ਤੋ ਇਹ ਪ੍ਰਾਤਨ ਬਚਨ ਹਨ ਸਾਡੇ ਇਸ ਕਰਕੇ ਮਹਾਰਾਜੋ ਬਚਨ ਵਰਤ ਰਹੇ ਕਹਿੰਦੇ ਆਵਾਡਾ ਲਓ ਸ਼੍ਰੀ ਮੁਖਵਾਕ ਲਓ ਸਾਰਾ ਪੰਥ ਸੁਣੇ ਸੁਣ ਗੁਰ ਬਚਨ ਰੁਚਰ ਮਨ ਲਾਇਕ ਧੰ ਬਾਬਾ ਬੁੱਢਾ ਜੀ ਨੇ ਰੁਚੀ ਦੇ ਨਾਲ ਮਨ ਲਾ ਕੇ ਮੰਗਲਾ ਚਰਨ ਕੀਤੇ ਪਹਿਲਾਂ ਸਤ ਬਾਖ ਮੁਖ ਬਜਲਜ ਅਲਾਇਕ ਉਸ ਵਕਤ ਸਾਧ ਸੰਗਤ ਜੀ ਕਬਲ ਸ੍ਰੀਖੇ ਮੁਖ ਤੋਂ ਸਤ ਬਚਨ ਕਹਿ ਕੇ ਹਨ ਬਾਬਾ ਬੁੱਢਾ ਜੀ ਸ਼੍ਰੀ ਮੁਖਵਾਕ ਲੈਣ ਲੱਗੇ ਆ ਅਦਬ ਸੰਗਤ ਅਬ ਗ੍ਰੰਥ ਸੋ ਖੋਲਾ ਬੜੇ ਆਦਮ ਨਾਲ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ ਲੈ ਆਵਾਜ਼ ਬੁੱਢਾ ਮੁਖ ਬੋਲਾ ਜੋ ਆਵਾਜ਼ਾ ਸ਼੍ਰੀ ਮੁਖਵਾਕ ਪਹਿਲਾ ਆਇਆ ਨਾ ਅੱਜ ਦੇ ਦਿਨ ਹਰਮੰਦਰ ਸਾਹਿਬ ਤੋਂ ਉਹ ਬਾਬਾ ਬੁੱਢਾ ਜੀ ਨੇ ਉੱਚੀ ਸੁਰ ਵਿੱਚ ਉਚਾਰਨ ਕੀਤਾ ਪ੍ਰਾਤਨ ਸਿੰਘ ਸਾਹਿਬ ਜਦੋਂ ਹੁਕਮਨਾਮਾ ਸ਼੍ਰੀ ਮੁਖਵਾਕ ਲੈਂਦੇ ਸਨ ਉਦੋਂ ਸਪੀਕਰ ਨਹੀਂ ਹੋਇਆ ਕਰਦੇ ਸਨ ਪਰ ਕਰਮਾਂ ਵਿੱਚ ਬੈਠੀ ਸੰਗਤ ਵੀ ਆਨ ਪੂਰੇ ਅੱਖਰ ਇੱਕ ਇੱਕ ਧਿਆਨ ਨਾਲ ਸੁਣ ਲੈਂਦੀ ਸੀ ਐਨੀ ਉੱਚੀ ਧੁਨ ਨਾਲ ਸਿੰਘ ਸਾਹਿਬ ਸ਼੍ਰੀ ਮੁਖਵਾਕ ਸੁਣਾਇਆ ਕਰਦੇ ਸਨ ਅੱਜ ਤਾਂ ਸਪੀਕਰ ਲੱਗਿਆਂ ਤੋਂ ਵੀ ਆਵਾਜ਼ ਔਖੀ ਨਿਕਲਦੀ ਐ ਉਦੋਂ ਤਾਂ ਸਨ ਗੁਰੂ ਕੇ ਸਿੰਘ ਸਾਹਿਬ ਸੋ ਸਾਜ ਸੰਗਤ ਦੀ ਬਾਬਾ ਬੁੰਡਾ ਜੀ ਉੱਚੀ ਆਵਾਜ਼ ਵਿੱਚ ਸ਼੍ਰੀ ਮੁਖਵਾਕ ਲੈਣ ਲੱਗੇ ਹਨ ਕਿਹੜਾ ਮੁਖਵਾਕ ਆਇਆ ਸੁਣੋ ਸੂਹੀ ਮਹੱਲਾ ਪੰਜਵਾ ਸੂਹੀ ਰਾਗਣੀ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਐ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ RAM ਇਹ ਸ੍ਰੀ ਮੁਖਵਾਕ ਅੱਜ ਦੇ ਦਿਨ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਪਹਿਲੇ ਪ੍ਰਕਾਸ਼ ਵਕਤ ਆਏ ਸੰਗਤ ਜੀ ਸੰਤਾ ਕੇ ਕਾਰਜ ਆਪ ਖਲੋਇਆ ਸੰਤਾ ਦੇ ਕਾਰਜਾਂ ਵਿੱਚ ਆ ਪਰਮੇਸ਼ਰ ਖਲੋ ਕੇ ਹਾਜ਼ਰ ਹੋ ਕੇ ਸਾਰੇ ਕਾਰਜਾਂ ਨੂੰ ਕਰਨ ਵਾਸਤੇ ਆਇਆ ਹੈ RAM ਹੈ ਭਾਈ ਤਰਤ ਸੁਹਾਵੀ ਤਾਲ ਸੁਹਾਵਾ ਇਹ ਧਰਤੀ ਵੀ ਸੋਭ ਨੀਕ ਹੋ ਗਈ ਤਾਲ ਸਰੋਵਰ ਵੀ ਸੋਭ ਨੀਕ ਹੋ ਗਿਆ ਵਿੱਚ ਅੰਮ੍ਰਿਤ ਜਲ ਛਾਇਆ RAM ਸਾਧ ਸੰਗਤ ਜੀ ਜਦੋਂ ਇਹ ਸਰੋਵਰ ਤੇ ਹਰਿਮੰਦਰ ਸਾਹਿਬ ਤਿਆਰ ਹੋਏ ਨਾ ਇੱਕ ਦਿਨ ਪਹਿਲਾਂ ਸਾਰੀ ਤਿਆਰੀ ਹੋਈ ਸੰਗਤਾਂ ਨੇ ਬੇਨਤੀ ਕੀਤੀ ਮਹਾਰਾਜ ਸਰੋਵਰ ਤਾਂ ਬਣ ਗਿਆ ਹਰਮੰਦਰ ਸਾਹਿਬ ਵੀ ਤਿਆਰ ਹੋ ਗਿਆ ਜਲ ਕਿੱਥੋਂ ਲਿਆ ਕੇ ਪਾਵਾਂਗੇ ਖੂਹਾਂ ਨਾਲ ਤਾਂ ਜਲ ਨਹੀਂ ਪਾਇਆ ਜਾਣਾ ਮਹਾਰਾਜ ਕਹਿਣ ਲੱਗੇ ਅਕਾਲ ਪੁਰਖ ਜਿਹਦਾ ਇਹ ਧਰ ਹੈ ਨਾ ਉਹ ਆਪੇ ਜਲ ਨਾਲ ਭਰੇਗਾ ਸਾਧ ਸੰਗਤ ਜੀ ਅੱਜ ਤੋਂ ਇੱਕ ਦਿਨ ਪਹਿਲਾਂ ਮੱਸੀਆ ਵਾਲੇ ਦਿਨ ਇੰਨੀ ਵਰਖਾ ਹੋਈ ਇੰਨੀ ਵਰਖਾ ਉਹ ਹੀ ਸਾਰਾ ਸਰੋਵਰ ਜਲ ਨਾਲ ਭਰ ਗਿਆ ਇਤਿਹਾਸ ਵਿੱਚ ਆਉਂਦਾ ਉਹ ਵਰਖਾ ਵੀ ਇੱਥੇ-ਇੱਥੇ ਹੋਈ ਐਨੇ ਥਾਂ 'ਚੀ ਐਸੀ ਸ਼ਕਤੀ ਮਹਾਰਾਜ ਦੀ ਵਰਤੀ ਤਾਂ ਉਹ ਬਚਨ ਕਰ ਰਹੇ ਐ ਕਿ ਪੂਰਾ ਜਲ ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾ ਆ ਰਾਮ ਰਾਮ ਹੈ ਭਾਈ ਉਹ ਅੰਮ੍ਰਿਤ ਜਲ ਨਾਲ ਇਹਨਾਂ ਸਰੋਵਰ ਭਰ ਗਿਆ ਕੰਡਿਆਂ ਤੱਕ ਨੱਕੋ ਨੱਕ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਅੰਮ੍ਰਿਤ ਜਲ ਇਹ ਪਾਣੀ ਨਹੀਂ ਇਹ ਸਰੋਵਰ ਦਾ ਇਹ ਅੰਮ੍ਰਿਤ ਹੈ ਅੰਮ੍ਰਿਤ ਜਲ ਇਸ ਨੂੰ ਸਤਿਗੁਰੂ ਗੁਰੂ ਅਰਜਨ ਦੇਵ ਜੀ ਗੁਰਬਾਣੀ ਵਿੱਚ ਕਹਿ ਰਹੇ ਆ ਅੰਮ੍ਰਿਤ ਜਲ ਨਾਲ ਐਨ ਸਰੋਵਰ ਭਰ ਗਿਆ ਪੂਰਾ ਤੇ ਸਾਜ ਸਾਰਾ ਕਾਰਜ ਜਿੰਨਾ ਸਿਰਜਣਾ ਦਾ ਸੀ ਉਹ ਵੀ ਪੂਰਾ ਕਰਾ ਦਿੱਤਾ ਸਗਲ ਮਨੋਰਥ ਪੂਰੇ ਸਾਰੇ ਮਨੋਰਥ ਪੂਰੇ ਹੋ ਗਏ ਅੰਤਰ ਸੰਸਾਰ ਵਿੱਚ ਜੈ ਜੈਕਾਰ ਹੋ ਗਈ ਅੱਜ ਲਾਥੇ ਸਗਲ ਵਿਸੂਰੇ ਸਾਰੇ ਚੋਰੇ ਚਿੰਤਾ ਲੈ ਗਏ ਨਿਵਰਤ ਹੋ ਗਏ ਹਨ ਪੂਰਨ ਪੁਰਖ ਅਚੁੱਤ ਅਬਨਾਸੀ ਜੋ ਪਰਿਪੂਰਨ ਵਾਹਿਗੁਰੂ ਪਰਮੇਸ਼ਰ ਹੈ ਅਗੜ ਹੈ ਜਸਵੇਦ ਪੁਰਾਣੀ ਗਾਇਆ ਸਾਰ ਤੂੰ ਪਰਮੇਸ਼ਰ ਉੱਚਾ ਉਸ ਦਾ ਦਾਸ ਵੇਦਾ ਅਤੇ ਪੁਰਾਣਾ ਨੇ ਵੀ ਗਾਇਆ ਹੈ ਆਪਣਾ ਬਿਰਦ ਰੱਖਿਆ ਪਰਮੇਸ਼ਰ ਆਪਣੇ ਬਿਰਦ ਦੀ लाज ਆਪ ਰੱਖੀ ਮੇਰੇ ਵਾਹਿਗੁਰੂ ਨੇ ਬਿਰਦ ਦਾ ਅਰਥ ਹੁੰਦਾ ਧਰਮ ਇਹ ਧਰਮ ਸਾਰੇ ਕਾਰਜਾਂ ਨੂੰ ਕਰਾਉਣ ਵਾਲਾ ਆਪ ਹੀ ਸਭ ਬਿਰਦ ਬਾਣੇ ਦੀ लाज ਰੱਖੀ ਪੂਰਾ ਕਾਰਜ ਕੀਤਾ ਪਰਮੇਸ਼ਰ ਨੇ ਨਾਨਕ ਨਾਮ ਧਿਆਇਆ ਇਸ ਕਰਕੇ ਧੰਗੁਰੂ ਅਰਜਨ ਦੇਵ ਜੀ ਆਖਦੇ ਭਾਈ ਜਿਹੜਾ ਬਿਰਦ ਬਾਣੇ ਦੀ लाज ਰੱਖਣ ਵਾਲਾ ਹਰ ਕਾਰਜਾਂ ਨੂੰ ਪੂਰੇ ਕਰਨ ਵਾਲਾ ਹਰਮੰਦਰ ਸਾਹਿਬ ਰਚਣ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੰਪੂਰਨ ਕਰਾਉਣ ਵਾਲਾ ਸਰੋਵਰ ਵਿੱਚ ਡਲ ਭਰਨ ਵਾਲਾ ਉਸ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਕਰੋ ਇਸੇ ਪ੍ਰਕਾਰ ਸੰਤਾ ਕੇ ਕਾਰਜ ਆਪ ਖਲੋਇਆ ਜਿਹੜੇ ਸੰਤਾਂ ਨੇ ਨਾਮ ਨੂੰ ਧਿਆਇਆ ਨਾ ਉਹਨਾਂ ਸੰਤਾਂ ਦਾ ਕਾਰਜ ਕੀ ਕਰਦਾ ਉਹਨਾਂ ਨੂੰ ਆਪਣਾ ਸਰੂਪ ਬ੍ਰਹਮ ਗਿਆਨ ਇਹ ਦਾਤ ਬਖਸ਼ਣ ਵਾਲਾ ਇਹ ਕਾਰਜ ਵਾਹਿਗੁਰੂ ਨੇ ਆਪ ਉਹਨਾਂ ਵਿੱਚ ਹੋ ਕੇ ਇਹ ਦਾਤ ਪੂਰੀ ਕਰਕੇ ਉਹਨਾਂ ਨੂੰ ਆਪਣਾ ਰੂਪ ਬਣਾ ਲਿਆ ਹੈ ਹਰ ਕੰਮ ਕਰਾਉਣ ਆਇਆ ਰਾਮ ਪਰਮੇਸ਼ਰ ਨੇ ਉਹਨਾਂ ਦਾ ਬ੍ਰਹਮ ਗਿਆਨ ਦੀ ਦਾਤ ਦੇਣ ਦਾ ਸਾਰਾ ਕਾਰਜ ਪੂਰਾ ਕਰ ਦਿੱਤਾ ਧਰਤ ਸੁਹਾਵੀ ਤਾਲ ਸੁਹਾਵਾ ਜੀਵਨ ਰੂਪ ਧਰਤੀ ਵੀ ਉਹਨਾਂ ਦੀ ਸੋਭਨੀਕ ਹੋ ਗਈ ਬ੍ਰਹਮ ਗਿਆਨ ਦੀ ਅਵਸਥਾ ਕਰਕੇ ਸਰਦਾ ਰੂਪ ਤਾਲਵੀ ਉਹਨਾਂ ਦਾ ਨਾਮ ਦੇ ਤੇ ਬ੍ਰਹਮ ਬ੍ਰह्म ਗਿਆਨ ਦੇ ਆਨੰਦ ਨਾਲ ਐਨ ਭਰ ਗਿਆ ਹੈ ਸੋਭ ਗਿਆ ਹੈ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਔਰ ਨਾਮ ਰੂਪ ਅੰਮ੍ਰਿਤ ਜਲ ਉਹਨਾਂ ਦੀ ਅਵਸਥਾ ਦੇ ਵਿੱਚ ਸ਼ੀਤਲਤਾ ਦਾ ਐਨ ਪੂਰਨ ਭਰ ਗਿਆ ਸ਼ੀਤਲਤਾ ਉਹਨਾਂ ਨੂੰ ਬਖਸ਼ ਦਿੱਤੀ ਬ੍ਰह्म ਗਿਆਨ ਦੇ ਨਾਲ ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ ਅਵਸਥਾ ਵੀ ਪੂਰੀ ਕਰ ਦਿੱਤੀ ਸਾਜ ਕੇ ਔਰ ਨਾਮ ਅੰਮ੍ਰਿਤ ਦਾ ਵੀ ਆਨਰਾਸ਼ ਉਹਨਾਂ ਦੇ ਹਿਰਦੇ ਨੂੰ ਲਵ ਲਵ ਭਰ ਦਿੰਦਾ ਹੈ ਸਗਲ ਮਨੋਰਥ ਪੂਰੇ ਬ੍ਰਹਮ ਗਿਆਨੀਆਂ ਦਾ ਇਹ ਮਨੋਰਥ ਬ੍ਰਹਮ ਗਿਆਨ ਦੀ ਦਾਤ ਦਾ ਪੂਰਾ ਕਰ ਦਿੰਦਾ ਸੰਤਾਂ ਦਾ ਜੈ ਜੈਕਾਰ ਭਇਆ ਜਗ ਅੰਤਰ ਨਾਨਕ ਬ੍ਰਹਮ ਗਿਆਨੀ ਆ ਪਰਮੇਸ਼ਰ ਐਸੇ ਬ੍ਰਹਮ ਗਿਆਨੀ ਗੁਰਸਿੱਖਾਂ ਦੀ ਸਦਾਈ ਬਾਬਾ ਬੁੰਡਾ ਜੀ ਭਾਈ ਗੁਰਦਾਸ ਜੀ ਭਾਈ ਸਾਲੋ ਜੀ ਭਾਈ ਬੈਲੋ ਜੀ ਭਾਈ ਮੰਨ ਦੀ ਭਾਈ ਪੁਰਾਣਾ ਦੀ ਭਾਈ ਵਿਧਿਚੰਦ ਜੀ ਇਨਾ ਮਹਾਪੁਰਖਾਂ ਦੀ ਸਦਾ ਹੀ ਦੇ ਦੇਕਾਰ ਹੈ ਲਾਥੇ ਸਗਲ ਵਿਸੂਰੇ ਸਾਰੇ ਚੋਰੇ ਜਨਮਾਂ ਜਨਮਾਂ ਦੇ ਲੈ ਗਏ ਉਹਨਾਂ ਦੇ ਪੂਰਨ ਪੁਰਖ ਅਚੋਤ ਅਬਨਾਸੀ ਪਰਿਪੂਰਨ ਵਾਹਿਗੁਰੂ ਸਾਰਿਆਂ ਥਾਵਾਂ ਤੇ ਜੋ ਪੂਰਨ ਹੈ ਔਰ ਰੱਖਿਆ ਕਰਨ ਵਾਲਾ ਨਰਕਾ ਆਦਕਾਂ ਤੋਂ ਔਰ ਚੁੱਤ ਡਿੱਗਣ ਤੋਂ ਰਹਿਤ ਹੈ ਅਗੇੜਾ ਨਾਸ਼ ਤੋਂ ਰਹਿਤ ਹੈ ਜਸ ਵੇਦ ਪੁਰਾਣੀ ਗਾਇਆ ਉਹਦਾ ਜਸ ਵੇਦ ਦਾ ਪੁਰਾਣਾ ਨੇ ਵੀ ਗਾਇਆ ਔਰ ਪ੍ਰਣਾ ਕਰਕੇ ਗੁਰਸਿੱਖਾਂ ਨੇ ਜਦੋਂ ਉਹਦਾ 10 ਗਾਇਆ ਨਾ ਤਾਂ ਉਹਨਾਂ ਨੂੰ ਵੇਦ ਗਿਆਨ ਕੀ ਬ੍ਰਹਮ ਗਿਆਨ ਦੀ ਦਾਤ ਬਖਸ਼ ਦਿੱਤੀ ਮੇਰੇ ਪਾਤਸ਼ਾਹ ਨੇ ਆਪਣਾ ਬਿਰਦ ਰੱਖਿਆ ਪਰਮੇਸ਼ਰ ਆਪਣੇ ਬਿਰਦ ਬਾਣੇ ਦੀ लाज ਰੱਖੀ ਹੈ ਬ੍ਰਹਮ ਗਿਆਨ ਦੇਣ ਦੀ ਦਾਤ ਵੀ ਕਿਰਪਾ ਕਰਕੇ ਬਖਸ਼ ਦਿੱਤੀ ਨਾਨਕ ਨਾਮ ਧਿਆਇਆ ਕਹਿੰਦੇ ਐਸੇ ਨਾਮ ਨੂੰ ਧਿਆਉਣਾ ਕਰੋ ਗੁਰਸਿੱਖੋ ਜਿਹੜਾ ਬ੍ਰਹਮ ਗਿਆਨ ਦੀਆਂ ਦਾਤਾਂ ਵੀ ਬਖਸ਼ਣ ਵਾਲਾ ਹੈ ਚੌਪਈ ਸੁਣ ਸਭ ਹੂੰ ਸਬਤ ਸੀਸ ਨਵਾਇਓ ਸਾਰਾ ਸ਼ਿਨਮੁਖ ਵਾਕ ਸੁਣ ਕੇ ਸਾਰਿਆਂ ਨੇ ਨਮਸਕਾਰ ਕੀਤੀ ਮੱਥਾ ਟੇਕਿਆ ਦੀਨ ਬੰਦ ਪ੍ਰਭ ਤੇਨ ਲਖ ਪਾਇਓ ਦੀਨਾਂ ਨੂੰ ਗਰੀਬਾਂ ਨੂੰ ਨਵਾਜਣ ਵਾਲੇ ਸਤਿਗੁਰੂ ਜੀ ਨੇ ਵੇਖਿਆ ਉਸ ਵਕਤ ਬਚਨ ਕੀਤਾ ਸ੍ਰੀ ਗੁਰ ਕਰਤੇ ਚੰਮਰ ਫਿਰੰਤਾ ਸਤਿਗੁਰੂ ਜੀ ਆਪਣੇ ਹਸਤ ਕਮਲਾਂ ਨਾਲ ਚੌਰ ਕਰ ਰਹੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉਤੇ ਆਪ ਚਵਰ ਛਤਰ ਦੇ ਮਾਲਕ ਹੈ ਪਰ ਅੱਜ ਅੱਜ ਆਦ ਬੀੜ ਪੋਥੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਚੌਰ ਆਪ ਕਰ ਰਹੇ ਹਨ ਬੁੱਢਾ ਜਪਜੀ ਪਾਠ ਕਰੰਤਾ ਬਾਬਾ ਬੁੱਢਾ ਜੀ ਹੁਣ ਜਪਜੀ ਸਾਹਿਬ ਦਾ ਪਾਠ ਆਰੰਭ ਕਰਕੇ ਸੰਗਤਾਂ ਨੂੰ ਪਾਠ ਸੁਣਾ ਰਹੇ ਹੈ ਜਦੋਂ ਵੀ ਕਿਤੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੋਗੇ ਨਾ ਸਿਆਣਾ ਗ੍ਰੰਥੀ ਸਿੰਘ ਪ੍ਰਕਾਸ਼ ਕਰਨ ਤੋਂ ਬਾਅਦ ਰਮਾਲਾ ਪਾ ਕੇ ਮੰਗਲਾ ਚਰਨ ਕਰਕੇ ਸ੍ਰੀ ਮੁਖਵਾਕ ਲਏਗਾ ਔਰ ਫਿਰ ਜਪਜੀ ਸਾਹਿਬ ਦਾ ਪਾਠ ਕਰੇਗਾ ਜੇ ਪੂਰਾ ਨਹੀਂ ਕਰਨਾ ਤਾਂ ਘੱਟ ਤੋਂ ਘੱਟ ਪੰਜ ਪੌੜੀਆਂ ਤੇ ਸ਼ਲੋਕ ਜ਼ਰੂਰ ਪੜਨਾ ਚਾਹੀਦਾ ਅੰਮ੍ਰਿਤ ਵੇਲੇ ਦਾ ਨਿਤਨੇਮ ਵੱਖਰਾ ਪੰਨ ਬਾਣੀਆਂ ਦਾ ਜਿਹੜਾ ਗੁਰਦੁਆਰਵਰ ਵਿੱਚ ਕਰਨਾ ਆਸਾ ਜੀ ਦੀਵਾਰ ਉਹ ਵੱਖਰੀ ਪਰ ਸਾ ਸੰਗਤ ਜੀ ਜਦੋਂ ਕਿਸੇ ਵੀ ਘਰ ਵਿੱਚ ਕਿਸੇ ਥਾਂ ਤੇ ਦੀਵਾਨ ਵਿੱਚ ਪ੍ਰਕਾਸ਼ ਕਰੋ ਉਦੋਂ ਜਬਜੀ ਸਾਹਿਬ ਜਾਂ ਪੰਨ ਪੌੜੀਆਂ ਤੇ ਸ਼ਲੋਕ ਜ਼ਰੂਰ ਪੜਨਾ ਚਾਹੀਦਾ ਇਹ ਮਰਜ਼ਾਦਾ ਧੰਨ ਗੁਰੂ ਅਰਜਨ ਦੇਵ ਜੀ ਨੇ ਅੱਜ ਦੇ ਦਿਨ ਸਾਨੂੰ ਬਖਸ਼ਿਸ਼ ਕੀਤੀ ਹੈ ਮਰਜ਼ਾਦਾ ਬੰਨੀ ਹੈ ਬਾਬਾ ਬੁੱਢਾ ਜੀ ਜਬਜੀ ਸਾਹਿਬ ਦਾ ਪਾਠ ਕਰਦੇ ਆ ਸੰਗਤ ਧੰਨ ਧੰਨ ਸੁਣ ਕਹੈ ਇੰਨਾ ਸ਼ੁੱਧ ਪਾਠ ਜਬਜੀ ਸਾਹਿਬ ਦਾ ਬਾਬਾ ਜੀ ਦੇ ਮੁਖਾਰ ਬਿੰਦ ਤੋਂ ਹੋ ਰਿਹਾ ਇੰਨਾ ਰਸ ਭਰਪੂਰ ਹੈ ਸੰਗਤਾਂ ਧੰਨ ਧੰਨ ਕਰ ਰਹੀਆਂ ਹਨ ਅਦਕ ਅਨੰਦ ਪ੍ਰੇਮ ਤੇ ਲਹਿ ਸਾਰਿਆਂ ਦੇ ਹਿਰਦੇ ਬਹੁਤ ਆਨੰਦ ਨਾਲ ਭਰੇ ਪਏ ਆ ਪ੍ਰੇਮ ਦਾ ਪ੍ਰਵਾਹ ਪ੍ਰੇਮ ਦੀਆਂ ਛੱਲਾਂ ਹਿਰਦੇ ਦੇ ਵਿੱਚ ਬਾਰ-ਬਾਰ ਆ ਰਹੀਆਂ ਹਨ ਜਪਜੀ ਭੋਗ ਪਾਏ ਜੈਕਾਰਾ ਜਪਜੀ ਸਾਹਿਬ ਦਾ ਪਾਠ ਕਰਕੇ ਨਾ ਅੱਜ ਕੇ ਜਕਾਰਾ ਗਜਾਇਆ ਬੋਲੇ ਸੋ ਨਿਹਾਲ ਇਹ ਪ੍ਰਾਤਨ ਮਰਜਾਦਾ ਸੀ ਦਰਬਾਰ ਸਾਹਿਬ ਦੀ ਸੋ ਸਾਧ ਸੰਗਤ ਦੀ ਜਮਦੀ ਸਾਹਿਬ ਦਾ ਪਾਠ ਪੂਰਾ ਕਰਕੇ ਫਿਰ ਜਕਾਰਾ ਛੱਡਿਆ ਗਿਆ ਸੀਸ ਨਵਾਤ ਸਭਨੋਂ ਉਚਾਰਾ ਸਾਰਿਆਂ ਨੇ ਸਿਰ ਝੁਕਾਇਆ ਬਾਣੀ ਦੀ ਸੰਪੂਰਨਤਾ ਹੋਈ ਹਤ ਅਨੰਦ ਸ੍ਰੀ ਅਰਜਨ ਨਾਥ ਹਨ ਗੁਰੂ ਅਰਜਨ ਦੇਵ ਜੀ ਬੜੇ ਆਨੰਦ ਦੇ ਸਹਿਤ ਮਾਲਕ ਸਤਿਗੁਰੂ ਭਰੇ ਹੋਏ ਆ ਭਏ ਕਿਰਤਾਰਥ ਮਾਨਸ ਨਾਥ ਸਾਰੀ ਸੰਗਤਾਂ ਆਪਣੇ ਆਪ ਨੂੰ ਕਿਰਤਾਰਥ ਸਫਲਾ ਮੰਨਦੀਆਂ ਹਨ ਔਰ ਕਿ ਸਾਡੇ ਸਤਿਗੁਰੂ ਨੇ ਸਾਨੂੰ ਕਿਰਤ ਕਿਰਤ ਕਰ ਦਿੱਤਾ ਹੈ ਨਿਹਾਲ ਨਿਹਾਲ ਕਰ ਦਿੱਤਾ ਹੈ ਅਤਕ ਪ੍ਰੇਮ ਤੇ ਗਦਗਦ ਹੋਏ ਬਹੁਤੇ ਪ੍ਰੇਮ ਨਾਲ ਸੰਗਤਾਂ ਗਦਗਦ ਪ੍ਰਸੰਨ ਹੋਈਆਂ ਪਈਆਂ ਹਨ ਹਿਰਦੇ ਪ੍ਰੇਮ ਨਾਲ ਭਰੇ ਪਏ ਆ ਮੁੱਖੋਂ ਬੋਲਿਆ ਨਹੀਂ ਜਾਂਦਾ ਗੁਣ ਕਨ ਸ੍ਰੀ ਪਰਮੇਸ਼ਰ ਜੋਏ ਪਰਮੇਸ਼ਰ ਦੇ ਵਾਹਿਗੁਰੂ ਦੇ ਸਾਰੇ ਗੁਣਾ ਨੂੰ ਕੌਂਦੇ ਉਹਦੀ ਜੈ ਜੈਕਾਰ ਕਰਦੇ ਆ ਹਰ ਮੰਦਰ ਤੇ ਨਿਕਸ ਅਗਾਰੀ ਧੰ ਗੁਰੂ ਅਰਜਨ ਦੇਵ ਸਾਹਿਬ ਜੀ ਅਰਦਾਸਾ ਕਰਕੇ ਫਿਰ ਹਰਿ ਮੰਦਰ ਸਾਹਿਬ ਦੇ ਅੱਗੇ ਧੰ ਗੁਰੂ ਅਰਜਨ ਦੇਵ ਜੀ ਆਏ ਸਾਰੀ ਸੰਗਤ ਆਈ ਸਤ ਗੁਰਾਂ ਦੇ ਨਾਲ ਹਰ ਕੀਰਤ ਬਉ ਭਾਂਤ ਉਚਾਰੀ ਫਿਰ ਹਰਿ ਮੰਦਰ ਸਾਹਿਬ ਦੇ ਸਾਹਮਣੇ ਖੜੋ ਕੇ ਨਾ ਸਤ ਗੁਰੂ ਜੀ ਨੇ ਬਾਬਾ ਜੀ ਨੇ ਭਾਈ ਗੁਰਦਾਸ ਜੀ ਨੇ ਸਾਰੀਆਂ ਸੰਗਤਾਂ ਨੇ ਪਰਮੇਸ਼ਰ ਦੀ ਮਹਿਮਾ ਕੀਤੀ 10 ਗਾਇਆ ਉੱਚੀ ਬੋਲ ਕੇ ਜਾਂ ਸ਼ੇਸ਼ ਬੈਕੁੰਠ ਮਹਾਨ ਏ ਬੈਕੁੰਠ ਦੇ ਵਿੱਚ ਰਹਿਣ ਵਾਲੇ ਵਾਹਿਗੁਰੂ ਪਰਮੇਸ਼ਰ ਜੀ ਬ੍ਰਹਮ ਲੋਕ ਸ਼ਿਵ ਲੋਕ ਸਥਾਨਾ ਬ੍ਰਹਮ ਲੋਕ ਸ਼ਿਵ ਲੋਕ ਜਿੰਨੇ ਵੀ ਥਾਂ ਹਨ ਸਵੇਤ ਦੀਪ ਤਜ ਲੋਕਾ ਲੋਕ ਇਵੇਂ ਸਵੇਤ ਦੀਪ ਆਦਕ ਤੇ ਲੋਕਾ ਲੋਕ ਪਰਬਤ ਆਦਕ ਪੂਰੀ ਅਜੁੱਧਿਆ ਆਦ ਅਸ਼ੋਕ ਜੁੱਧਿਆ ਪੂਰੀ ਆਦਕ ਅਸ਼ੋਕ ਤੋਂ ਰਹਤ ਪੁਨ ਦਵਾਰਕਾ ਆਦਕ ਥਾਨ ਜੋ ਦਵਾਰਕਾ ਆਦਕ ਤੀ ਸਥਾਨ ਸਭ ਕੋ ਤਜ ਕਰ ਸ੍ਰੀ ਭਗਵਾਨ ਸਾਰੀਆਂ ਥਾਮਾਂ ਨੂੰ ਪਰਮੇਸ਼ਰ ਨੇ ਤਿਆਗ ਕੇ ਛੱਡ ਕੇ ਸ੍ਰੀ ਗੁਰੂ ਰਾਮਦਾਸ ਦਰਬਾਰਾ ਗੁਰੂ ਰਾਮਦਾਸ ਸਾਹਿਬ ਜੀ ਦਾ ਜੋ ਦਰਬਾਰ ਸਾਹਿਬ ਹੈ ਆਨ ਬਸੇ ਇਸ ਥਾਨ ਉਦਾਰਾ ਆਖੋ ਸੰਗਤ ਜੀ ਵਾਹਿਗੁਰੂ ਕਹਿੰਦੇ ਪਰਮੇਸ਼ਰ ਨੇ ਆ ਕੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿੱਚ ਵਾਸ ਕਰ ਲਿਆ ਆਪ ਵਾਹਿਗੁਰੂ ਪਰਮੇਸ਼ਰ ਇੱਥੇ ਆ ਕੇ ਆਪਣਾ ਚੌਂਕੜਾ ਲਾ ਕੇ ਸੱਜ ਗਏ ਹਨ ਨਵਾਸ ਕੀਤਾ ਹੈ ਕਲਿਕਾਲ ਮੈਂ ਇਸੀ ਸਮਾਨ ਕਲਯੁਗ ਦੇ ਵਿੱਚ ਇਹ ਸਰਹੰਦਰ ਸਾਹਿਬ ਦੇ ਟੋਲੇ ਨਾਹਨ ਆਨ ਸਥਾਨ ਮਹਾਨ ਹੋਰ ਕੋਈ ਵੀ ਤੀਰਥ ਮਹਾਨ ਵੱਡਾ ਨਹੀਂ ਹੋਏਗਾ ਹਰਮੰਦਰ ਸਾਹਿਬ ਨਾਲੋਂ ਸਾਰੇ ਥੱਲੇ ਰਹਿਣਗੇ ਕਿਸੇ ਵੀ ਧਰਮ ਦਾ ਤੀਰਥ ਹੈ ਭਾਵੇਂ ਢਿੱਠੇ ਸਮੇਂ ਥਾਬ ਨਹੀਂ ਤੁੱਦ ਜੇਹਾ ਵੱਧੋ ਪੁਰਖ ਬਧਾਤਾ ਤਾਂ ਤੂੰ ਸੋਹਿਆ ਰਮੰਦਰ ਸਾਹਿਬ ਦੇ ਤੁਲ ਹੋਰ ਕੋਈ ਤੀਰਥ ਨਹੀਂ ਹੋਏਗਾ ਤ੍ਰਿਲੋਕੀ ਵਿੱਚ ਇਹ ਵਰਦਾਨ ਦਿੱਤਾ ਹੈ ਤੀਨ ਲੋਕ ਪਤ ਜਹਾਂ ਬਿਰਾਜੇ ਤਿੰਨਾ ਲੋਕਾਂ ਦਾ ਮਾਲਕ ਜਿੱਥੇ ਬਰਾਜਦਾ ਹੈ ਭਗਵਤੀ ਸੁਰਪੁਰ ਵਿਖਲਾਜੇ ਔਰ ਭਗਵਤੀ ਜਿਹੜਾ ਸਾਧ ਸੰਗ ਦੀ ਪਤਾਲ ਗੰਗਾ ਦਾਗਾਂ ਦੀ ਰਾੜ ਧਾਨੀ ਆਦਿਕ ਜਿੰਨੇ ਤੀਰਥ ਹੈ ਇੱਕ ਤੀਰਥ ਦਾ ਵੀ ਨਾਮ ਹੈ ਦੇਵਤਿਆਂ ਦੇ ਵੀ ਤੀਰਥ ਪਰ ਹਰਮੰਦਰ ਸਾਹਿਬ ਨੂੰ ਵੇਖ ਕੇ ਸਾਰੇ ਲੱਜਿਆ ਦੇ ਸਹਿਤ ਹੋ ਗਏ ਪਾਵ ਹਰਮੰਦਰ ਸਾਹਿਬ ਵਰਗੀ ਸੋਭਾ ਕਿਸੇ ਵੀ ਤੀਰਥ ਦੀ ਨਹੀਂ ਹੈ ਤਨਾ ਲੋਕਾਂ ਵਿੱਚ ਸਭ ਸਥਾਨ ਕੀ ਸ੍ਰੀ ਚਲ ਆਈ ਸਾਰੀਆਂ ਧਰਤੀਆਂ ਦੀ ਸਾਰੀਆਂ ਥਾਵਾਂ ਦੀ ਸਾਰੇ ਤੀਰਥਾਂ ਦੀ ਜਿੰਨੀ ਵੀ ਸ੍ਰੀ ਲక్ష్ਮੀ ਹੈ ਨਾ ਉਹ ਚੱਲ ਕੇ ਹਰਮੰਦਰ ਸਾਹਿਬ ਆ ਗਈ ਹੈ ਹਾਜ਼ਰ ਹੋ ਗਈ ਹੈ ਤੁਸੀਂ ਵੇਖਦੇ ਹੋਈ ਨਾ ਅੱਜ ਲక్ష్ਮੀ ਦਾ ਕਿੰਨਾ ਵੱਡਾ ਇੱਥੇ ਪਹਿਰਾ ਲੱਗਾ ਹੋਇਆ ਇਹ ਸਤਿਗੁਰਾਂ ਦੇ ਵਰਦਾਨ ਹਨ ਇਸ ਕਰਕੇ ਉਹ ਲక్ష్ਮੀ ਇੱਥੇ ਆ ਕੇ ਵਸ ਗਈ ਹੈ ਆਨ ਬਸੀ ਸ੍ਰੀ ਗੁਰ ਸ਼ਰਨਾਈ ਧੰ ਗੁਰੂ ਰਾਮਦਾਸ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਹਮੇਸ਼ਾ ਲਈ ਵਸ ਗਈ ਹਮੇਸ਼ਾ ਦਾ ਉਹਨੇ ਟਿਕਾਣਾ ਪ੍ਰਾਪਤ ਕਰ ਲਿਆ ਇੱਥੇ ਰਹੇਗੀ ਧੰਨ ਧੰਨ ਸ੍ਰੀ ਗੁਰ ਦਰਬਾਰਾ ਧੰਨ ਸ੍ਰੀ ਗੁਰੂ ਰਾਮਦਾਸ ਜੀ ਧੰਨ ਤੁਹਾਡਾ ਦਰਬਾਰ ਸਾਹਿਬ ਬਈਤ ਜਹਾਂ ਪਦਾਰਥ ਚਾਰਾ ਜਿੱਥੋਂ ਚਾਰੇ ਪਦਾਰਥ ਧਰਮ ਆਰਥ ਕਾਮ ਮੋਖ ਪ੍ਰਾਪਤ ਹੁੰਦੇ ਆ ਜਾਟਕਾਂ ਨੂੰ ਇਹ ਮਉਤਸਾਹਦ ਦਿਵਸ ਬਤਾਇਓ ਬੜੇ ਛਾਂ ਨਾਲ ਸਾਰਾ ਦਿਨ ਗੁਜ਼ਾਰਿਆ ਸੰਗਤਾਂ ਨੇ ਸੰਧਿਆ ਭਈ ਤਰਨ ਅਸਤਾਇਓ ਸੂਰਜ ਛਿਪਿਆ ਸੰਧਿਆ ਹੋਈ ਦਿਨ ਛਿਪਿਆ ਹੈ ਬੁੱਢੇ ਬੂਜਨ ਕੀਨਸ ਤਬਾ ਉਦੋਂ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਬੇਨਤੀ ਕਰਕੇ ਗ੍ਰੰਥ ਰਹਿ ਕਿਤ ਨਿਸਮ ਹੈ ਅਬਾ ਮਾਰਾ ਗੁਰੂ ਗ੍ਰੰਥ ਸਾਹਿਬ ਜੀ ਰਾਤ ਨੂੰ ਕਿੱਥੇ ਰਹਿਣਗੇ ਕਿੱਥੇ ਨਿਵਾਸ ਕਰਾਈਏ ਜਿੱਥੇ ਆਪ ਕੀ ਆਇਸ ਹੋਏ ਜਿੱਥੇ ਆਪ ਜੀ ਦੀ ਆਗਿਆ ਹੋਵੇਗੀ ਕਰੈ ਸਿੱਖ ਮਰਜਾਦਾ ਸੋਏ ਮਰਜਾਦਾ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਥਾਪਨ ਕਰਨਗੇ ਬਿਰਾਜਮਾਨ ਕਰਨਗੇ ਆਪ ਜੀ ਆਗਿਆ ਦਿਓ ਕਿੱਥੇ ਸੁਖਾਸਨ ਕਰੀਏ ਸ੍ਰੀ ਗੁਰ ਕਾਹੋ ਪ੍ਰਭੂ ਦਰਬਾਰ ਸਤਿਗੁਰੂ ਜੀ ਕਹਿਣ ਲੱਗੇ ਭਾਈ ਪ੍ਰਭੂ ਦਾ ਦਰਬਾਰ ਸਤਖੰਡ ਹਰਿਮੰਦਰ ਸਾਹਿਬ ਹੈ ਗ੍ਰੰਥ ਪਰਮੇਸ਼ਰ ਕੋ ਅਵਤਾਰ ਆਖੋ ਵਾਹਿਗੁਰੂ ਕਹਿੰਦੇ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਨਾ ਇਹ ਪਰਮੇਸ਼ਰ ਦਾ ਅਵਤਾਰ ਹੈ ਸ਼ਬਦ ਦਾ ਅਵਤਾਰ ਨਹੀਂ ਕਹਿਣਾ ਪਰਮੇਸ਼ਰ ਦਾ ਅਵਤਾਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਐਡਾ ਵੱਡਾ ਵਰਦਾਨ ਦਿੱਤਾ ਹੈ ਡੇਢ ਜਾਮ ਜਾਮਨ ਜਬ ਜਾਏ ਜਦੋਂ ਜਾਮ ਡੇਢ ਜਾਮ ਡੇਢ ਪਹਿ ਰਾਤ ਚਲੀ ਜਾਵੇ ਛਿਪਣ ਦਿਨ ਛਿਪਣ ਤੋਂ ਬਾਅਦ ਲਗਭਗ 10 ਵਜੇ ਦਾ ਟਾਈਮ ਰਾਤ ਦਾ ਹੋ ਜਾਵੇ ਪਠੇ ਸੋਹਲਾ ਕੀਰਤਨ ਗਾਏ ਕੀਰਤਨ ਸੋਹਲੇ ਉਹ ਸਮੇ ਬੜੇ ਪ੍ਰੇਮ ਨਾਲ ਕੀਰਤਨ ਸੋਹਲੇ ਦਾ ਪਾਠ ਕਰਨਾ ਗਾ ਕੇ ਉੱਚੀ ਸੁਰ ਵਿੱਚ ਬਹਰੋ ਲੈ ਜਾਵੋ ਅਸਵਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੰਜ ਰਮਾਲਿਆਂ ਵਿੱਚ ਸੁਖਾਸਣ ਕਰਨਾ ਪੇਰ ਅਰਦਾਸਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਸਵਾਰਾ ਲੈ ਕੇ ਜਿਸੀ ਕੋਠਰੀ ਰਹਿਣ ਹਮਾਰਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅੰਦਰ ਕੋਠੜਾ ਉਹ ਕੋਠਾ ਸਾਹਿਬ ਸਥਾਨ ਹੈ ਇਹਨੂੰ ਕੋਠੜੀ ਸਾਹਿਬ ਵੀ ਪੁਰਾਣੇ ਸਮਿਆਂ ਵਿੱਚ ਕਹਿੰਦੇ ਸਨ ਸਾਜ ਸੰਗਤ ਜੀ ਸ੍ਰੀ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਦੇ ਅੰਦਰ ਹੀ ਆ ਕੋਠਾ ਸਾਹਿਬ ਜਿੱਥੋਂ ਹਰਮੰਦਰ ਸਾਹਿਬ ਰੋਜ਼ਾਨਾ ਸਰੂਪ ਪ੍ਰਕਾਸ਼ ਕਰਨ ਵਾਸਤੇ ਔਰ ਸ਼ਾਮ ਨੂੰ ਲਿਆ ਕੇ ਸੁਖਾਸਨ ਕੀਤੇ ਜਾਂਦੇ ਆਂ ਪਾਰਾ ਕਹਿੰਦੇ ਕੋਠੜੀ ਸਾਹਿਬ ਜਿੱਥੇ ਅਸੀਂ ਬਰਾੜਦੇ ਹਾਂ ਤਹਾਂ ਨਿਵਾਸ ਕਰੋ ਜੋਤਮਾਨ ਬੜੇ ਆਦਰ ਸਤਕਾਰ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਉੱਥੇ ਕਰੋ ਜਾਮ ਡੇਢ ਜਮਨ ਰਹਿ ਆਨ ਜਦੋਂ ਡੇਢ ਪਹਿਰ ਰਾਤ ਰਹਿ ਜਾਏ ਅੰਮ੍ਰਿਤ ਵੇਲਾ ਹੋ ਜਾਏ ਸ੍ਰੀ ਹਰਮੰਦਰ ਤਬ ਇਸ਼ਨਾਨੋ ਸ੍ਰੀ ਹਰਮੰਦਰ ਸਾਹਿਬ ਜੀ ਦਾ ਇਸ਼ਨਾਨ ਕਰਾਉਣਾ ਉਸ ਸਮੇਂ ਸਾਰੀ ਸੰਗਤ ਨੇ ਕਈਆਂ ਨੂੰ ਬੜੀ ਤਕਲੀਫ ਹੁੰਦੀ ਹੈ ਹਰਮੰਦਰ ਸਾਹਿਬ ਦੇ ਚਾਰ ਸੇਰ ਦੁੱਧ ਨਾਲ ਇਸ਼ਨਾਨ ਕਰਾਤਾ ਤਾਂ ਕੀ ਵਿਵਪਤਾ ਪੈ ਗਈ ਇੰਨਾ ਦੁੱਧ ਡੋਲੀ ਜਾਂਦੇ ਲੋਕ ਉਹਦੇ ਬਾਬ ਤੱਕਦੇ ਨਹੀਂ ਕਿਸੇ ਨੂੰ ਦਰਦ ਹੋਇਆ ਇਹ ਨਾਲੇ ਸਾਡੀ ਤਾਂ ਨਹੀਂ ਮਰਜ਼ਾਦਾ ਬਣਾਈ ਇਹ ਤਾਂ ਧੰਗੁਰੂ ਅਰਜਨ ਦੇਵ ਜੀ ਦੇ ਹੁਕਮ ਹੈ ਹਰਮੰਦਰ ਸਾਹਿਬ ਦੇ ਅੰਦਰ ਦੁੱਧ ਦੇ ਨਾਲ ਫਿਰ ਜਲ ਦੇ ਨਾਲ ਇਸ਼ਨਾਨ ਹਰਮੰਦਰ ਸਾਹਿਬ ਦਾ ਕਰਾਉਣਾ ਇਹ ਮਹਾਰਤ ਦੀ ਆਗਿਆ ਇਹ ਹਰਿਮੰਦਰ ਸਾਹਿਬ ਦਾ ਅਸ਼ਨਾਣ ਕਰਾਉਣਾ ਹੈ ਇੱਥੇ ਖੜ੍ਹਦੇ ਫਰਸ਼ ਫਰਸ਼ ਅਨੇਕ ਭਾਂਤ ਕੇ ਠਾਨ ਹੋ ਔਰ ਫਿਰ ਅਨੇਕਾਂ ਤਰ੍ਹਾਂ ਤਰ੍ਹਾਂ ਦੇ ਗਲੀਚੇ ਆਦਕ ਬੜੇ ਪ੍ਰੇਮ ਨਾਲ ਵਿਛਾਉਣੇ ਆਂ ਦੀਪਕ ਸਦਾ ਕਰਤ ਕੋ ਬਾਰੋ ਦੇਸੀ ਕੋ ਦੀ ਜੋਤ ਬਾਲਨੀ ਹੈ ਹਰਿਮੰਦਰ ਸਾਹਿਬ ਦੇ ਵਿੱਚ ਸਦਾ ਵਾਸਤੇ ਲਗਾਉਣੀ ਹੈ ਜਮਨ ਸਾਜਬ ਰਹੀ ਨਿਹਾਰੋ ਜਦੋਂ ਰਾਤ ਰਹਿ ਜਾਏ ਰਾਗੀ ਆਸਾ ਵਾਰ ਸੁਗਾਵੇ ਰਾਗੀ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਕਰਦੇ ਨੇ ਸ਼ਨਾਨ ਅਤੇ ਵਿਸ਼ਾਈ ਤੋਂ ਬਾਅਦ ਅਨਕ ਰਾਗ ਕੇ ਸ਼ਬਦ ਸੁਣਾਵੇ ਆਸਾ ਜੀ ਦੀ ਵਾਰ ਦੇ ਨਾਲ ਅਨੇਕਾਂ ਰਾਗਾਂ ਦੇ ਸ਼ਬਦਾਂ ਦਾ ਕੀਰਤਨ ਕਰਨ ਦਵੇ ਘਟਕਾ ਜਮਨ ਰਹਿ ਜਬ ਜਦੋਂ ਦੋ ਘੜੀਆਂ ਰਾਤ ਰਹਿ ਜਾਏ ਅੰਮ੍ਰਿਤ ਵੇਲੇ ਤੋਂ ਬਾਅਦ ਦੋ ਘੜੀਆਂ ਦਿਨ ਚੜ੍ਹਨ ਵਿੱਚ ਬਾਕੀ ਸਮਾਂ ਰਹਿ ਜਾਏ 50 55 ਮਿੰਟ ਦਾ ਸਮਾਂ ਰਹਿ ਜਾਏ ਦਿਨ ਚੜਨ ਵਿੱਚ ਅਨੋਂ ਸ੍ਰੀ ਗ੍ਰੰਥ ਸਾਹਿਬ ਤਬਾ ਇਹ ਵਰਜਾਦਾ ਉਹੀ ਅੱਜ ਉਵੇਂ ਚੱਲ ਰਹੀ ਹੈ ਪਰੰਪਰਾ ਇਸੇ ਕਰਕੇ ਜਥਾਰਥ ਨਾਲੋਂ ਵੀ ਸਾਥ ਸੰਗਤ ਦੀ ਜਿਹੜੀ ਪਰੰਪਰਾ ਹੁੰਦੀ ਹੈ ਨਾ ਉਹ ਜਾਦਾ ਪੁਖਤਾ ਮੰਨੀ ਜਾਂਦੀ ਹੈ ਇਤਿਹਾਸ ਨਾਲੋਂ ਵੀ ਪਰੰਪਰਾ ਨਹੀਂ ਬਦਲਦੀ ਹੁੰਦੀ ਇਹ ਪਰੰਪਰਾ ਹੈ ਪਰੰਪਰਾ ਤੋਂ ਅੱਗੇ ਇਤਿਹਾਸ ਬਣਦੇ ਆ ਉਹ ਪਰੰਪਰਾ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੀ ਅੱਜ ਤੱਕ ਵੀ ਸਾਂਭ ਕੇ ਰੱਖੀ ਹੈ ਦਰਬਾਰ ਸਾਹਿਬ ਵਿੱਚ ਇਸ ਕਰਕੇ ਦੋ ਘੜੀਆਂ ਜਦੋਂ ਰਹਿ ਰਹਿ ਜਾਏ ਦਿਨ ਚੜ੍ਹਨ ਨੂੰ ਬਾਕੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਆ ਕੇ ਵਾਰ ਭੋਗ ਤੇ ਖੋਲ ਪੜੀਜਾ ਆਸਾ ਦੀ ਵਾਰ ਦੇ ਭੋਗ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਪ੍ਰਕਾਸ਼ ਕਰਨਾ ਹੈ ਇਸੇ ਪ੍ਰਕਾਰ ਕਰਨਿਤ ਕੀਜੈ ਸਿਮੁਖਵਾਕ ਲੈਣਾ ਅਰਦਾਸਾ ਕਰਨਾ ਮੇਰਾ ਆਸਾ ਦੀ <div>ਵਾਰ ਦਾ ਭੋਗ ਪਾਉਣਾ ਫਿਰ ਸ਼੍ਰੀ ਮੁਖਵਾਕ ਲੈਣਾ ਦੇਖ ਵਰਤੋਣੀ ਇਹ ਮਰਜ਼ਾ ਦਾ ਇਸੇ ਤਰ੍ਹਾਂ ਪ੍ਰਕਾਸ਼ ਤੇ ਸੁਖਾਸਨ ਦੀ ਨਿਤਾ ਪ੍ਰਤੀ ਕਰਨੀ ਆ ਏਮ ਕਹਿ ਸ਼੍ਰੀ ਗੁਰੂ ਬੈਠ ਰਹਾਏ ਕਿਉਂ ਸਤਿਗੁਰੂ ਜੀ ਨੇ ਆਗਿਆ ਦੇ ਕੇ ਸਾਰੇ ਹੁਕਮ ਔਰ ਸਾਰੀ ਮਰਜ਼ਾਦਾ ਬੰਨ ਦਿੱਤੀ ਹੁਕਮ ਕਰ ਦਿੱਤਾ ਚੌਂਕੀ ਸੁਣੀ ਕਾਨੜਾ ਗਾਏ ਕਾਨੜਾ ਰਾਗ ਦੀ ਚੌਂਕੀ ਲਾਈ ਏ ਰਾਗੀ ਸਖਾ ਨੇ ਔਰ ਸੋਹਿਲਾ ਪਾਠ ਕਰ ਪਾਸ ਕਾਨੜਾ ਰਾਗ ਦੀ ਚੌਂਕੀ ਕਾਨੜਾ ਚੌਂਕੀ ਗਾ ਕੇ ਜਦੋਂ ਰਬਾਬੀਆਂ ਨੇ ਗਾਈ ਸਤਿਗੁਰਾਂ ਨੇ ਸੁਣੀ ਫੇਰ ਮਹਾਰਾਜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਨ ਹੋਇਆ ਸੋਲਾ ਸਾਹਿਬ ਦਾ ਪਾਠ ਕੀਤਾ ਉਠ ਤਬ ਸਭ ਕੀਨਸ ਅਰਦਾਸ ਸਾਰੇ ਨੇ ਮਿਲ ਕੇ ਅਰਦਾਸ ਕੀਤੀ ਉੱਠ ਕੇ ਬੁੱਢੇ ਗ੍ਰੰਥ ਲੀਨ ਸਿਰ ਧਾਰੀ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਆਪਣੇ ਸੀਸ ਤੇ ਲਏ ਚਬਰ ਕਰੈ ਗੁਰਬਾਰ ਰੰਗਵਾਰੀ ਸੁਖਾਸਨ ਵੇਲੇ ਵੀ ਧੰ ਗੁਰੂ ਅਰਜਨ ਦੇਵ ਜੀ ਆਪ ਚੌਰ ਕਰ ਰਹੇ ਆ ਸੰਖਨ ਕੀ ਧੁਨ ਕੀਨ ਵਿਸਾਲਾ ਸੰਖਾਂ ਦੀ ਧੁਨ ਸੰਖ ਵੱਜ ਰਹੇ ਆ ਰਣ ਸਿੰਘੇ ਅੱਧਵੀ ਰਣ ਸਿੰਘਾ ਵੱਜਦਾ ਅੱਗੇ ਅੱਗੇ ਜਦੋਂ ਜਾਂਦਾ ਸਰੂਪ ਜਦੋਂ ਆਉਂਦਾ ਉਦੋਂ ਵੀ ਸੰਖ ਅਤੇ ਰਣ ਸਿੰਘੇ ਵੱਜਦੇ ਆ ਬਾਦਤ ਅਪਰ ਵੱਜੇ ਤਿਸ ਕਾਲਾ ਹੋਰ ਬਾਜੇ ਵੀ ਬੜੇ ਵੱਜੇ ਆ ਛੋਟੇ ਛੋਟੇ ਤੁੰਦਬ ਨਗਾਰੇ ਵੀ ਵੱਜੇ ਆ ਨੌਬਤਾਂ ਰਹਿ ਕੋਠਰੀ ਮੈਂ ਗੁਰ ਸਦਾ ਔਰ ਜਿਸ ਕੋਠੜੀ ਦੇ ਵਿੱਚ ਕੋਠੜੀ ਸਾਹਿਬ ਕੋਠਾ ਸਾਹਿਬ ਵਿੱਚ ਗੁਰੂ ਸਾਹਿਬ ਰਿਹਾ ਕਰਦੇ ਸਨ ਗਮਨਾ ਸਦਨ ਆਪਣੇ ਕਦਾ ਉਹ ਕੋਠੜੀ ਸਾਹਿਬ ਵਿੱਚ ਜਿਆਦਾ ਸਮਾਂ ਸਤਿਗੁਰੂ ਜੀ RAM ਕਰਦੇ ਸਨ ਜਦੋਂ ਸੇਵਾ ਕਰਾਉਂਦੇ ਸਨ ਜਿਹੜਾ ਅੰਦਰ ਕੋਠਾ ਸਾਹਿਬ ਸਥਾਨ ਹੈ ਕਦੇ ਕਦੇ ਆਪਣੇ ਗੁਰੂ ਕੇ ਮਹਿਲਾ ਵਿੱਚ ਜਾਇਆ ਕਰਦੇ ਤੇ ਇਹ ਸਥਾਨ ਲੈ ਕਰ ਜੱਬ ਗਏ ਉਸ ਸਥਾਨ ਤੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਆਂਦਾ ਗਿਆ ਸੁੱਟ ਪ੍ਰਯੰਕ ਤਬ ਦਾਸਤ ਭਏ ਬੜਾ ਸੁੰਦਰ ਪਾਲੰਗ ਬੜੀ ਸੁੰਦਰ ਵਿਛਾਈ ਉੱਤੇ ਚੰਦੋਆ ਲਾ ਕੇ ਸੁਖਾ ਸੰਧੀ ਸਾਰੀ ਤਿਆਰੀ ਕੀਤੀ ਗਈ ਸੇਜ ਬੰਦ ਗੁੰਫੇ ਵੱਟ ਜਰੀ ਸੇਜਾਂ ਚਾਰੇ ਪਾਸੇ ਤੋਂ ਆਹ ਚੰਗੀ ਤਰ੍ਹਾਂ ਕੱਸ ਕੇ ਸਾਧ ਸੰਗਤ ਦੀ ਲੜੀਆਂ ਦੇ ਨਾਲ ਬੰਨੀਆਂ ਗਈਆਂ ਪਾਵਿਆਂ ਦੇ ਨਾਲ ਔਰ ਬੜੇ ਸੋਨੇ ਜੜਤ ਗੁੰਫੇ ਉਹਨਾਂ ਨੂੰ ਲੱਗੇ ਹੋਏ ਐ ਔਰ ਜਰੀ ਦੇ ਨਾਲ ਜਿਨ੍ਹਾਂ ਦੀ ਕਢਾਈ ਕੀਤੀ ਹੋਈ ਆ ਸੁੰਦਰ ਫੁੱਲਨ ਮਾਲਾ ਧਰੀ ਉਸ ਪਲੰਗ ਦੇ ਆਲੇ ਦੁਆਲੇ ਸੁੰਦਰ ਫੁੱਲਾਂ ਦੀ ਤਾਜੇ ਫੁੱਲਾਂ ਦੀਆਂ ਮਾਲਾਂ ਲਟਕਾਈਆਂ ਹੋਈਆਂ ਅੱਜ ਦੇਖੋ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਪ੍ਰਕਰਮਾਂ ਦੇ ਵਿੱਚ ਸਰੋਵਰ ਦੇ ਆਲੇ ਦੁਆਲੇ ਤਾਜੇ ਫੁੱਲਾਂ ਦੀ ਸੰਗਤ ਨੇ ਸਜਾਵਟ ਕੀਤੀ ਹੈ ਪਰ ਜਿੰਨੀ ਉਦੋਂ ਸਜਾਵਟ ਹੋਈ ਹੋਵੇਗੀ ਨਾ ਸੰਗਤ ਜੀ ਆਪਾਂ ਸ਼ਬਦਾਂ ਵਿੱਚ ਬਿਆਨ ਕਰਕੇ ਨਹੀਂ ਦੱਸ ਸਕਦੇ ਇਹ ਤਾਂ ਪ੍ਰੇਰਣਾ ਦੇ ਕੇ ਸਤਿਗੁਰੂ ਜੀ ਸੇਵਾ ਕਰਾ ਰਹੇ ਆ ਅੱਜ ਵਰਗੀ ਸਜਾਵਟ ਵੇਖ ਕੇ ਅਸੀਂ ਗੱਦਗੱਦ ਹੋ ਰਹੇ ਹਾਂ ਪਰ ਜਿਹੜੀ ਉਦੋਂ ਸਜਾਵਟ ਹੋਈ ਹੋਵੇਗੀ ਕਿਤਨੀ ਮਹਾਨ ਹੋਏਗੀ ਉਹ ਤਾਂ ਕਹਿ ਕੇ ਨਹੀਂ ਦੱਸੀ ਜਾ ਸਕਦੀ ਮਹਾਰਾਜ ਦੇ ਸੁਖਾਸਣ ਦੇ ਆਲੇ-ਦਾਲੇ ਵੀ ਤਾਜੇ ਫੁੱਲਾਂ ਦੀਆਂ ਲੜੀਆਂ ਲਟਕਾ ਕੇ ਸੇਜਾ ਤਿਆਰ ਕੀਤੀ ਗਈ ਸੁਖਾਸਣ ਵਾਸਤੇ ਜਿਵੇਂ ਰਾਜਿਆਂ ਦੀਆਂ ਸੇਜਾ ਫੁੱਲ ਵਿਛਾ ਕੇ ਤਿਆਰ ਕੀਤੀਆਂ ਜਾਂਦੀਆਂ ਸਨ ਨਾ ਚੱਕਰਵਰਤੀ ਬਾਦਸ਼ਾਹਾਂ ਦੀਆਂ ਇੰਨਾ ਸਤਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਸ ਤੋਂ ਹਜ਼ਾਰਾਂ ਗੁਣਾ ਲੱਖਾਂ ਗੁਣਾ ਅਣਗਿਣਤ ਗੁਣਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਲਈ ਤਿਆਰੀਆਂ ਕਰਾਈਆਂ ਧੰਨ ਗੁਰੂ ਅਰਜਨ ਦੇਵ ਜੀ ਨੇ ਇਤਰ ਛੜਕਾਏ ਰੂਕੇਉੜੇ ਛੜਕਾਏ ਸੁਗੰਧਿਤ ਵਸਤੂਆਂ ਲਾਈਆਂ ਗਈਆਂ ਠੰਡਾ ਛਾਰਾ ਵਾਲੇ ਦੁਆਲੇ ਨੂੰ ਪੂਰਾ ਠੰਡਾ ਠਾਰ ਕੀਤਾ ਗਿਆ ਸਾਧ ਸੰਗਤ ਜੀ ਇਸ ਕਰਕੇ ਸੁੰਦਰ ਫੁੱਲਾਂ ਦੀਆਂ ਮਾਲਾ ਸਜਾਈਆਂ ਗਈਆਂ ਤਹਨ ਨਿਵਾਸ ਗ੍ਰੰਥ ਕੌਕੀਨੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਾਸਣ ਕਰਾ ਕੇ ਨਿਵਾਸ ਕਰਵਾਇਆ ਸ੍ਰੀ ਗੁਰੂ ਭੂਤਲ ਨਿਕਟ ਅਸੀਨੋ ਥੱਲੇ ਪੁੰਜੇ ਹੀ ਸਤਿਗੁਰੂ ਜੀ ਨੇ ਆਰਾਮ ਕੀਤਾ ਬਰਾਬਰ ਪਲੰਘ ਨਹੀਂ ਲਾਇਆ ਮਹਾਰਾਜ ਜੀ ਦੇ ਐਨਾ ਆਦਰ ਰੱਖਿਆ ਅੱਜ ਵੀ ਥੱਲੇ ਚਿੱਟਾ ਚਾਦਰਾਂ ਵਿਛਿਆ ਹੋਇਆ ਕੋਠਾ ਸਾਹਿਬ ਵਿੱਚ ਸੁਖਾਸਣ ਵਾਲੇ ਪਲੰਘ ਦੇ ਥੱਲੇ ਉਹ ਇਤਿਹਾਸਕ ਗਵਾਹੀ ਦੇ ਰਿਆ ਸਦਾ ਲਈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਲਈ ਧੰਨ ਗੁਰੂ ਅਰਜਨ ਦੇਵ ਜੀ ਥੱਲੇ ਬਰਾਜਦੇ ਰਹੇ ਆ ਬਰਾਬਰ ਨਹੀਂ ਬਰਾਜੇ ਜਗਾ ਬਰਾਬਰ ਵੀ ਸੀ ਪਲੰਗਾ ਬਰਾਬਰ ਲਾ ਸਕਦੇ ਸਨ ਪਰ ਨਹੀਂ ਪਾਣੀ ਦਾ ਇਨਾ ਅਦਬ ਸਤਕਾਰ ਕੀਤਾ ਆਪ ਭੁੰਜੇ ਹੀ ਬਰਾਜੇ ਸੱਚੇ ਪਾਤਸ਼ਾਹ ਕਾਹ ਆ ਜੋ ਚਾਦਰ ਚਿੱਟਾ ਥੱਲੇ ਵਿਛਾਇਆ ਜਾਂਦਾ ਹੈ ਸੋ ਸਾਧ ਸੰਗਤ ਜੀ ਕੁਝ ਦੇ ਸਤਿਗੁਰੂ ਜੀ ਨੇ ਆਸਣ ਲਾਇਆ ਕਬ ਕਬ ਸਦਨ ਆਪਣੇ ਜਾਹੇ ਕਦੇ ਕਦੇ ਆਪਣੇ ਮਹਿਲਾਂ ਵਿੱਚ ਗੁਰੂ ਕੇ ਮਹਿਲਾਂ ਵਿੱਚ ਜਾਂਦੇ ਆ ਨਹੀਂ ਤਾਂ ਰਹੇ ਗ੍ਰੰਥ ਕੇ ਪਾਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੀ ਸੱਚੇ ਪਾਤਸ਼ਾਹ ਹਰਿਮੰਦਰ ਸਾਹਿਬ ਦਾ ਸੁਖਾਸਨ ਸਥਾਨ ਦੇ ਪਾਸ ਹੀ ਆਪਣਾ ਨਿਵਾਸ ਰੱਖਦੇ ਆ ਸ੍ਰੀ ਗ੍ਰੰਥ ਸਾਹਿਬ ਕੀ ਕਥਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਲਿਆਉਣ ਦੀ ਪ੍ਰਕਾਸ਼ ਕਰਨ ਦੀ ਸੁਖਾਤਨ ਦੀ ਜਿੰਨੀ ਸਾਰੀ ਕਥਾ ਹੈ ਭਈ ਜਥਾ ਉਚਰੀ ਮੈਂ ਤਥਾ ਭਾਈ ਧੰਨ ਭਾਈ ਸੰਤੋਖ ਸਿੰਘ ਦੀ ਕਹਿੰਦੇ ਜਿਵੇਂ ਜਿਵੇਂ ਉਹ ਸਮੇ ਸਾਰਾ ਕੁਝ ਮਰਜ਼ਾਦਾ ਬਣਾਈ ਗਈ ਜਿਵੇਂ ਇਹ ਗੁਰਪੁਰਬ ਮਨਾਇਆ ਗਿਆ ਉਹ ਸਾਰੀ ਕਥਾ ਮੈਂ ਸਤਿਗੁਰੂ ਜੀ ਵੱਲੋਂ ਬਖਸ਼ੀ ਸਮਤ ਅਨੁਸਾਰ ਸੰਗਤਾਂ ਵਿੱਚ ਉਚਾਰਨ ਕੀਤੀ ਹੈ ਸੁਨਤ ਪਠਤ ਚਿਤ ਬਾਸ਼ਤ ਦਾਤਾ ਜਿਹੜਾ ਇਹ ਕਥਾ ਸੁਨੇਗਾ ਜਿਹੜਾ ਇਸ ਕਥਾ ਨੂੰ ਸੁਣਾਵੇਗਾ ਪੜ੍ਹੇਗਾ ਉਹਦੇ ਮਨ ਦੀਆਂ ਜਿੰਨੀਆਂ ਵੀ ਇੱਛਾ ਦਾਤਾ ਸਤਿਗੁਰੂ ਗੁਰੂ ਰਾਮਦਾਸ ਜੀ ਔਰ ਦਾਤੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਉਹਨਾਂ ਦੀਆਂ ਸਾਰੀਆਂ ਇੱਛਾ ਪੂਰੀਆਂ ਕਰਨਗੇ ਗੁਰਪਗ ਰੱਤੇ ਆਤਮ ਗਿਆਤਾ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਉਹਨਾਂ ਦਾ ਮਨ ਜੁੜ ਜਾਏਗਾ ਉਹਨਾਂ ਦੇ ਮਨ ਉੱਤੇ ਗੁਰੂ ਦੇ ਪ੍ਰੇਮ ਦਾ ਰੰਗ ਚੜ੍ਹ ਜਾਏਗਾ ਗੁਰੂ ਦੇ ਪ੍ਰੇਮ ਦੇ ਰੰਗ ਵਿੱਚ ਉਹਨਾਂ ਦੀ ਆਤਮਾ ਭਿੱਜ ਜਾਏਗੀ ਆਤਮ ਗਿਆਤ ਆਤਮ ਸਰੂਪ ਬ੍ਰह्म ਗਿਆਨ ਦੀ ਵੀ ਉਹਨਾਂ ਨੂੰ ਦਾਤ ਪ੍ਰਾਪਤ ਹੋਏਗੀ ਸੋ ਸਾਥ ਸੰਗਤ ਜੀ ਮੈਂ ਵੇਖ ਰਿਹਾ ਕਿੰਨੀ ਗਰਮੀ ਹੈ ਤੁਸੀਂ ਅਣਗਿਣਤ ਸੰਗਤਾਂ ਲੱਖਾਂ ਹੀ ਗਿਣਤਾ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜੁੜ ਕੇ ਕਸਾ ਵਿੱਚ ਹਾਜ਼ਰੀ ਭਰ ਰਹੇ ਹੋ ਸਨਮਾਨ ਜੋ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਲਗ ਭਾਗ ਡੇਢ ਘੰਟੇ ਤੋਂ ਉੱਤੇ ਕਥਾ ਵਿੱਚ ਸਿੰਘ ਸਾਹਿਬ ਜੀ ਨੇ ਆਪ ਬੈਠ ਕੇ ਲਗਾਤਾਰ ਹਾਜ਼ਰੀ ਭਰੀ ਹੋਰ ਵੀ ਸਾਰੇ ਪਤਵੰਤਿਆਂ ਨੇ ਹਾਜ਼ਰੀ ਭਰੀ ਸਾਰੀ ਸੰਗਤ ਨੇ ਹਾਜ਼ਰੀ ਭਰੀ ਮੈਂ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਬਹੁਤ-ਬਹੁਤ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ ਉਹ ਚੇਚੇ ਤੌਰ ਤੇ 60 ਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮੁੱਖ ਹੈੱਡ ਗ੍ਰੰਥੀ ਸਨਮਾਨ ਜੋਗ ਸਿੰਘ ਸਾਹਿਬ ਗਿਆਨੀ ਡਿਗਤਾਰ ਸਿੰਘ ਜੀ ਜੋ ਹਰ ਸਾਲ ਇਹ ਕਥਾ ਦੀ ਸੇਵਾ ਨਿਭਾਉਂਦੇ ਆ ਉਹਨਾਂ ਨੇ ਦਾਸ ਨੂੰ ਪਿਛਲੇ ਸਾਲ ਵੀ ਐਸ ਸਾਲ ਵੀ ਇਸ ਕਥਾ ਦੀ ਸੇਵਾ ਦਾ ਹੁਕਮ ਕੀਤਾ ਮੈਂ ਸਿੰਘ ਸਾਹਿਬ ਜੀ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਰੋਮ ਰੋਮ ਕਰਕੇ ਧੰਨਵਾਦ ਹੈ ਗੁਰੂ ਕੀ ਸੰਗਤ ਦਾ ਰੋਮ ਰੋਮ ਕਰਕੇ ਸਵਾਸ ਸਵਾਸ ਕਰਕੇ ਧੰਨਵਾਦ ਹੈ ਆਪ ਸਾਰੀਆਂ ਸੰਗਤਾਂ ਨੂੰ ਧੰਨ Sri Guru Granth Sahib ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਜਿਨ੍ਹਾਂ ਨੇ ਭਾਈ ਅਜੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਹੈ ਮਨ ਬਣਾਓ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਜਿਹੜੇ ਨਸ਼ਿਆਂ ਦਾ ਸੇਵਨ ਕਰਦੇ ਆ ਨਸ਼ਿਆਂ ਦਾ ਤਿਆਗ ਕਰੋ ਜਿਨ੍ਹਾਂ ਨੇ ਕੇਸ ਕਟਾਏ ਆ ਸਾਤ ਸੂਰਤ ਕੇਸ ਰੱਖੋ ਪੂਰੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਲ ਲਾ ਕੇ ਆਪਣਾ ਜੀਵਨ ਸਫਲ ਕਰੋ ਔਰ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹਮੇਸ਼ਾ ਦਰਸ਼ਨਾ ਲਈ ਅਸੀਂ ਉਤਾਬਲੇ ਰਹਿਣਾ ਸਦਾ ਹੀ ਦਰਸ਼ਨਾ ਵਾਸਤੇ ਵੱਧ ਚੜ੍ਹ ਕੇ ਇੱਥੇ ਹਾਜ਼ਰੀਆਂ ਭਰਨੀਆਂ ਹਨ ਸੰਗਤ ਜੀ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦਾ 550 ਸਾਲਾ ਅਵਤਾਰ ਧਾਰਨ ਦਾ ਪ੍ਰਕਾਸ਼ ਗੁਰਪੁਰਬ 10 11 12 ਨਵੰਬਰ ਨੂੰ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਮੁੱਚੇ ਪੰਥ ਵੱਲੋਂ ਵੀ ਉਹ ਗੁਰਪੁਰਬ ਵੀ ਆਪਾਂ ਬੜੀ ਸ਼ਰਧਾ ਅਤੇ ਸ਼ਾਨੋ ਸ਼ੌਕਤ ਨਾਲ ਮਨਾਉਣਾ ਹੈ ਇਹ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀਆਂ ਇਹ ਘੱਟ ਜ਼ਰੂਰੀ ਬੇਨਤੀ ਹੈ ਇੰਗਲੈਂਡ ਦੀ ਸੰਗਤ ਵੱਲੋਂ ਇੱਕ ਖਾਸ ਉਪਰਾਲਾ ਹੋਇਆ ਜੋ ਸੰਗਤ ਟੀਵੀ ਚੈਨਲ ਪੂਰੇ ਯੂਰਪ ਅਤੇ ਇੰਗਲੈਂਡ ਵਿੱਚ ਵੀ ਚੱਲਦਾ ਹੈ ਇਸ ادارے ਨੇ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਪਹੁੰਚ ਕੇ ਮਹਾਪੁਰਖ ਸੰਤ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਸ੍ਰੀ ਖਡੂਰ ਸਾਹਿਬ ਵਾਲਿਆਂ ਦੇ ਰਾਹੀਂ ਇੱਕ ਭਾਰੀ ਉਪਰਾਲਾ ਕੀਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਵਦੇਸ਼ਾਂ ਦੀ ਧਰਤੀ ਤੇ ਸੰਗਤ ਨੂੰ ਸੁਣਾਉਣ ਵਾਸਤੇ ਜੋ ਕਥਾ ਦਮਦਮੀ ਟਕਸਾਲ ਦੇ 12ਵੇਂ ਮੁਖੀ 60 ਖਨਵਾਸੀ ਮਹਾਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾ ਵਾਲਿਆਂ ਨੇ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਸੰਪੂਰਨ ਕਥਾ ਕੀਤੀ ਸੀ ਉਹ ਸਾਰੀ ਕਥਾ ਟੇਪ ਰਕਾਰਡ ਮਹਾਪੁਰਖ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਆਪ ਕੀਤੀ ਤੇ ਸਾਰੀ ਕਥਾ ਟੇਪ ਰਿਕਾਰਡ ਕਰਵਾਈ ਉਹ ਸਾਰੀ ਕਥਾ ਦੀ ਮਲਕੀਅਤ ਦਮਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਦੀ ਹੈ ਔਰ ਦਮਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਹੈੱਡ ਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਦੀ ਆਗਿਆ ਦੇ ਵਿੱਚ ਦਮਦਮੀ ਟਕਸਾਲ ਦੇ ਨਿਯਮਾਂ ਤੇ ਸੂਲਾਂ ਮੁਤਾਬਕ ਇਹ ਸਾਰਾ ਆਦਾਰਾ ਸੰਗਤ ਟੀਵੀ ਸੰਗਤ ਜੀ 7 ਸਤੰਬਰ ਤੋਂ ਵਿਦੇਸ਼ਾਂ ਵਿੱਚ ਰੋਜ਼ਾਨਾ 1 ਘੰਟਾ ਲੜੀਵਾਰ ਉਹ ਕਥਾ ਮਹਾਂਪੁਰਖਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਰੋਜ਼ਾਨਾ ਰਿਲੇ ਕਰਿਆ ਕਰਨਗੇ ਇਸ ਲਈ ਵਿਦੇਸ਼ਾਂ ਵਿੱਚ ਦੇਸ਼ ਵਿੱਚ ਬੈਠੀਆਂ ਸੰਗਤਾਂ ਸੰਗਤ ਟੀਵੀ ਚੈਨਲ ਰਾਹੀਂ ਇਹ ਕਥਾ 7 ਸਤੰਬਰ ਤੋਂ ਤੁਸੀਂ ਰੋਜ਼ਾਨਾ ਸੁਣ ਕੇ ਬੰਦ ਚੜ ਕੇ ਲਾਹਾ ਪ੍ਰਾਪਤ ਕਰੋ ਜੈਸੇ ਅਰਥ ਮਹਾਪੁਰਖਾਂ ਨੇ ਕੀਤੇ ਆ ਅੱਜ ਟੀਕਿਆਂ ਤੇ ਕੋਸ਼ਾਂ ਵਿੱਚੋਂ ਵੀ ਅਰਥ ਸਾਨੂੰ ਉਪਲਬਧ ਨਹੀਂ ਹਨ ਦਮਦਮੀ ਟਕਸਾਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਟੀਕ ਵੀ ਲਿਖੇ ਜਾ ਰਹੇ ਆ ਉਹ ਸਾਰੀ ਕਥਾ ਦਾ ਟਿਕਾ ਵੀ ਹੌਲੀ-ਹੌਲੀ ਤਿਆਰ ਕੀਤਾ ਜਾ ਰਿਹਾ ਜੋ ਲੜੀਵਾਰ ਹੌਲੀ-ਹੌਲੀ ਪ੍ਰਕਾਸ਼ਿਤ ਕਰਕੇ ਸੰਗਤਾਂ ਵਿੱਚ ਭੇਜਿਆ ਜਾਏਗਾ ਦੋ ਪੋਥੀਆਂ ਜਬਜੀ ਸਾਹਿਬ ਦਾ ਰਹਿ ਰਾਸ ਕੀਰਤਨ ਸੋਲੇ ਦਾ ਸ੍ਰੀ ਰਾਗ ਦਾ ਮਾਜ ਰਾਗ ਦਾ ਛੱਪ ਚੁੱਕਾ ਬਾਕੀ ਦਾ ਸਟੇਕ ਤਿਆਰ ਕੀਤਾ ਜਾ ਰਿਹਾ ਹੈ ਸੋ ਸੰਗਤ ਜੀ ਇਹ ਕਥਾ ਸਾਰੀਆਂ ਸੰਗਤਾਂ ਵੱਲ ਛੱਡ ਕੇ ਸੁਣ ਅਤੇ ਲਾਹਾ ਪ੍ਰਾਪਤ ਕਰਨ ਪ੍ਰਬੰਧਕਾਂ ਨੂੰ ਵੀ ਬੇਨਤੀ ਹੈ ਕਿ ਦਮਦਮੀ ਟਕਸਾਲ ਜਥਾ ਭਿੰਡਰਾ ਮਹਿਤਾ ਦੀ ਆਗਿਆ ਵਿੱਚ ਰਹਿ ਕੇ ਇਹ ਸਾਰੀ ਕਥਾ ਰਿਲੇ ਕਰਨ ਆਪਣੀ ਕਿਸੇ ਤਰ੍ਹਾਂ ਦੀ ਕੋਈ ਮਰਜ਼ੀ ਨਾ ਕਰਨ ਜੇ ਕੋਈ ਵਾਅਦ ਘਟ ਕਰਨ ਦੀ ਪ੍ਰਬੰਧਕ ਫਰਨਾਮੀ ਕਰਨਗੇ ਤਾਂ ਜਥੇਬੰਦੀ ਇਹ ਅਧਿਕਾਰ ਵਾਪਸ ਵੀ ਲੈ ਸਕਦੀ ਹੈ ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਪ੍ਰਬੰਧਕਾਂ ਨੇ ਜੋ ਪ੍ਰਾਲਾ ਕੀਤਾ ਇਹਦੀ ਮੈਂ ਇਹਨਾਂ ਨੂੰ ਵਧਾਈ ਵੀ ਦੰਨਾ ਔਰ ਵੱਧ ਚੜ ਕੇ ਅੱਡ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਐਲਾਨ ਕੀਤਾ ਜਾ ਰਿਹਾ 7 ਸਤੰਬਰ ਤੋਂ ਇਹ ਕਥਾ ਲੜੀਵਾਰ ਵਿਦੇਸ਼ਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਚੈਨਲ ਦੁਆਰਾ ਸਰਵਣ ਕਰਵਾਈ ਜਾਏਗੀ ਸਾਰੀਆਂ ਸੰਗਤਾਂ ਬਾਅਦ ਚੁਣ ਬਾਅਦ ਚੜ ਕੇ ਕਥਾ ਸੁਣ ਕੇ ਲਾਹਾ ਪ੍ਰਾਪਤ ਕਰਨ ਸੰਗਤ ਟੀਵੀ ਚੈਨਲ ਵੱਲੋਂ ਭਾਈ ਗੁਰਪ੍ਰੀਤ ਸਿੰਘ ਜੀ ਪਹੁੰਚੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੋਰ ਵੀ ਜਿੰਨੇ ਚੈਨਲ ਪਹੁੰਚੇ ਆ ਤਮਦਵੀ ਟਕਸਾਲ ਚੈਨਲ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁੱਲਾ ਚੁੱਕਾ ਖਿਮਾ ਕਰਨੀ ਆ ਫੇਰ ਸਾਰੀਆਂ ਸੰਗਤਾਂ ਨੂੰ ਸਤਿਗੁਰਾਂ ਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਦੀ ਲੱਖ ਲੱਖ ਵਧਾਈ ਹੋਵੇ ਸੋਨਤ ਪਠਤ ਚਿਤ ਬਾਸ਼ਤ ਦਾਤਾ ਗੁਰਪਗ ਰਤ ਤੇ ਆਤਮ ਗਿਆਤਾ ਹੈ ਗੋਬਿੰਦ ਹੈ ਗੋਪਾਲ ਹੈ ਦਿਆਲ ਲਾਲ ਪ੍ਰਾਨਨਾਥ ਅਨਾਥ ਸਖੇ दीन दर्द निवार हे स्मरथ अगम पूरन मोहे माया का अंध कूप महापयान नानक पार उतार हे अचुत हे पार ब्रह्म अविनाशी अग्नास हे पूरन हे सर्वम दुख पंजन गुणतास हे संगी हे निरंकार हे निरगुण साबटेक हे गोविंद हे गुणनिधा जाक सदा विवेक हे अपरंपर हर हर है पी हो वनहार हे संतह का सदा संग नेधा राया आधार हे ठाकुर हाऊंदा असरो मैं निरगुण गुण नहीं कोई नानक दीजे नाम दा ਰਾਖੋ ਹੀ ਅਪਰੋ ਆਏ ਬ੍ਰह्म ਸਰਣਾਗਤੀ ਕਿਰਪਾ ਨਿਤ ਦਇਆ ਏਕ ਅੱਖਰ ਹਰ ਮਨ ਵਸਤ ਨਾਨਕ ਹੋ ਤਨਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸਉਤਰੇ ਪਾਰ ਜੋ ਸਰਦਾ ਕਰ ਸੇਮਦੇ ਗੁਰ ਪਾਰ ਉਤਾਰਨ ਹਾਰ ਜੋ ਸਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ ਸਾਧ ਸੰਗਤ ਜੀ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਫੇਰ ਗੁਰਪੁਰਬ ਦੀ ਆਪ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਸੰਗਤ ਟੀਵੀ ਚੈਨਲ ਇਹਨਾਂ ਦੇ ਸਾਰੇ ਪ੍ਰਬੰਧਕਾਂ ਨੂੰ ਸਾਰੇ ਧਾਰੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਲੜੀਵਾਰ ਕਥਾ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਵਾਲੇ ਜੋ ਦੰਦਬੀ ਟਕਸਾਲ ਦੇ ਬਾਰਵੇਂ ਮੁਖੀ ਸਨ ਉਹਨਾਂ ਦੁਆਰਾ ਕੀਤੀ ਕਥਾ 7 ਸਤੰਬਰ ਤੋਂ ਜਰੋ ਜੋ ਲੜੀਵਾਰ ਕਥਾ ਪ੍ਰారంਭ ਹੋ ਰਹੀ ਹੈ ਉਸ ਦੀ ਵੀ ਮੈਂ ਬਹੁਤ ਬਹੁਤ ਵਧਾਈ ਦਿੰਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੀ ਸੰਗਤ ਦਾ ਰੋਮ ਰੋਮ ਕਰਕੇ ਧੰਨਵਾਦ ਭੁੱਲਾਂ ਚੁੱਕਾਂ ਖਿਮਾ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ